बालक नायक खसम हमारे नमख नमख तुम ही प्रतपाल हो हम बालक तुम रे ताड़े
ਹੁਆਏ ਕਿ ਕਮਣ ਗੁਣ ਕਹੀਐ ਮੇ ਸੁਹਾਰ ਬੇਅੰਤ ਸੁਆਮੀ ਤੇਰ ਅੰਤ ਨ ਕਨਹੀ ਲਹੀਐ ਰਹਾਉ ਕੋਟ ਪੁਰਾਬ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਰੱਖ ਹੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਰੱਖ ਰੱਖਣ ਹਾਰ ਦਿਆਲਾ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਨਾਨਕ ਕਰਕੇ ਬੋਲੇ ਨਾਨਕ ਕਰਕੇ ਬੋਲੇ ਨਾਨਕ ਕਰਕੇ ਨਾਨਕ ਕਰਕੇ ਬੋਲੇ 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 ਵਾਹਿਗੁਰੂ ਨਾਨਕ ਕਰਕੇ ਬੋਲੇ 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 ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ ਸਤਿਗੁਰ ਰੱਖ ਲੋ ਨਾਨਕ ਕਰਕੇ ਬੋਲੇ ਸਤਿਗੁਰ ਰੱਖ ਲੋ
मरिया शरण तुम्हारी आशा कोई पूरा संहार तुमरी शरण तुम्हारी आशा तुम ही सजन सुहेले राखो राखन हार दयाला नानक घर के गोले परम सत्कार योग सतगुरां दी साजी और नवाजी होई बड़े ही अदब सत्कार नाल दूर दराडियां तो चल के समूह इलाका निवासी और समूह नगर निवासी पिंड गुजरा जिला संगरूर दी साध संगत वड़े भागा वाले हां सुभागा समा गुरु चरणा विच जुड़ बैठन दा प्राप्त होया है। आप सारे नगर निवासी और इलाका निवासी कम काजा तो वेल पा के धन धन साहब श्री गुरु ग्रंथ साहब महाराज जी की हाजर हजूरी विच पहुंच करके बड़े अदब सत्कार नाल जुड़ बैठे हो। आओ सरबत माई भाई गुरसिख संगतां सर्व विचारां दी सांझ तो पहला सतगुरां दी बख्शिश कीती होई पावन पवित्र गुरफते दी सांझ करिए। कोई भी रसना वांझी ना रहे बड़े अदब सत्कार नाल सतगुरु ग्रंथ साहब सच्चे पातशाह महाराज जी नूं शीश झुकाओ अते सारे माई भाई मिल के गज के आखो जी वाहिगुरु जी का खालसा वाहिगुरु जी की फतेह। एक बार फिर सारिया संगत जो पहली बार फतेह च शामिल होने रह गए हो माई भाई शामिल हो सतगुरां दी शहीदां दी सिंघां दी खुशियां प्राप्त करनी है सतगुर दी बख्शी हुई फतेह गज के सांझ करनी है। आओ सारे एक बार फिर सतगुरां नूं शीश झुका के मिल के गज के आखो जी वाहिगुरु जी का खालसा वाहिगुरु जी की फतेह। तीन रोजा गुरमत चेतना समागम धार्मिक दीवान अमृत संचार का जो प्रोग्राम उलीकिया नगर के नौजवानों बजुर्गों मातावां बीबियां भैणां बच्चियां सब साध संगत ने रल मिल के सरबन सदानी धन गुरु गोबिंद सिंह सच्चे पातशाह महाराज जी दे 350 साल प्रकाश दिहाड़े शताब्दी नूं समर्पित और सतगुरां दे परम भगत भगत धन्ना जी दी याद नूं समर्पित अज दूसरे दीवान च आपां सारे जुड़ बैठे हैं। काफी समय तो दीवाना दी आरंभता सतगुरु दी छत्र छाया च हो चुकी है बेअंत जथियां पासों गुरमुखां पासों और जथे वाले सिंघां पासों कथा कीर्तन गुर इतिहास गुरबाणी गुरमत विचारा सरवण करके तुसी लाहा प्राप्त कीता है। आओ रहिंदा समा जिवें हजूर सच्चे पातशाह कृपा करदे है गुरबाणी गुर इतिहास गुरमत विचारा नाल जुड़ के अपने समय ते सवासां नूं सफलियां करन दा जतन करिए। ਬੇਅੰਤ ਸੰਗਤਾਂ ਪਹੁੰਚ ਚੁੱਕੀਆਂ ਨੇ ਬਹੁਤ ਸੰਗਤਾਂ ਬੇਅੰਤ ਸੰਗਤਾਂ ਆ ਰਹੀਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਮੱਥਾ ਟੇਕ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੜੇ ਪਿਆਰ ਅਦਬ ਸਤਿਕਾਰ ਨਾਲ ਬੈਠਣ ਦੀ ਕਿਰਪਾਲਤਾ ਕਰੋ ਜਿਵੇਂ ਪੰਡਾਲ ਵਿੱਚ ਸੰਗਤਾਂ ਬੜੀਆਂ ਸ਼ਾਂਤ ਚਿੱਤ ਇਕਾਗਰ ਮਨ ਕਰ ਗੁਰੂ ਚਰਨਾਂ 'ਚ ਬਿਰਾਜਮਾਨ ਨੇ ਇਸੇ ਤਰ੍ਹਾਂ ਬਾਹਰਲੇ ਪਾਸੇ ਵੀ ਗੁਰੂ ਦੇ ਲੰਗਰਾਂ 'ਚ ਆਸੇ ਪਾਸੇ ਜੋ ਜੋੜੇ ਸਾਹਮਣੇ ਵਹੀਕਲ ਸਾਹਮਣੇ ਉੱਥੇ ਵੀ ਬੱਚਿਆਂ ਦੀ ਆਵਾਜ਼ ਨੂੰ ਕੰਟਰੋਲ ਕਰਨਾ ਤਾਂ ਕਿ ਕਿਸੇ ਦੇ ਰੌਲੇ ਰੱਪੇ ਦੀ ਆਵਾਜ਼ ਪੰਡਾਲ ਵਿੱਚ ਨਾ ਪਹੁੰਚੇ ਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਾਰਿਆਂ ਨੇ ਜੁੜ ਬੈਠਣਾ ਬੜਾ ਉਦਮ ਉਪਰਾਲਾ ਕੀਤਾ ਨਗਰ ਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਤਨ ਮਨ ਧਨ ਦੀ ਸੇਵਾ ਸਫਲੀ ਹੋ ਰਹੀ ਸਤਿਗੁਰ ਦੇ ਚਰਨਾਂ 'ਚ ਬੇਅੰਤ ਗੁਰੂ ਘਰਾਂ ਦੇ ਰਾਗੀ ਸਿੰਘ ਗ੍ਰੰਥੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਗਰ ਪੰਚਾਇਤਾਂ ਪੰਜ ਸਰਪੰਚ ਇਲਾਕੇ ਚੋਂ ਅੱਜ ਦੇ ਸਮਾਗਮ ਵਿੱਚ ਸਾਰੇ ਸਾਧ ਸੰਗਤ ਦੇ ਰੂਪ ਵਿੱਚ ਪਹੁੰਚੇ ਜੁੜ ਬੈਠੇ ਹੋ। ਹੁਕਮ ਹੋਇਆ ਸੀ ਸੰਗਤਾਂ ਦਾ ਸਮੇਂ ਜੋ ਸਮਾਂ ਕੱਢ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ ਹਾਂ ਭਾਵੇਂ ਕੰਮ ਕਾਜ ਦਾ ਸਮੇਂ। ਮੈਂ ਕੱਲ ਵੀ ਬੇਨਤੀ ਕੀਤੀ ਸੀ ਸਰਵਾਂ ਦੀ ਕਟਾਈ ਕਣਕਾਂ ਦੀ ਕਟਾਈ ਦਾ ਸਮਾਂ ਆ ਗਿਆ ਵਿਸਾਖੀ ਨੂੰ ਕੁੱਝ ਕੁ ਦਿਨ ਬਾਕੀ ਹੈ ਪਰ ਸੰਗਤਾਂ ਫਿਰ ਵੀ ਕੰਮਾਂ ਕਾਜਾਂ ਤੋਂ ਸਮਾਂ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਪਹੁੰਚੀਆਂ ਵੱਡੀ ਗਿਣਤੀ 'ਚ ਇਹਨਾਂ ਸਮਾਗਮਾਂ ਦੇ ਵਿੱਚ ਸਾਰਿਆਂ ਨੂੰ ਜੀ ਆਇਆ ਗੁਰਦਰਬਾਰ ਵਿੱਚ ਪ੍ਰਬੰਧਕ ਸੱਜਣਾ ਦੇ ਵੱਲੋਂ ਸੋਹਣਾ ਪ੍ਰਬੰਧ ਕੀਤਾ ਗਿਆ। ਆਪ ਸੰਗਤਾਂ ਬੜੇ ਪਿਆਰ ਸਤਿਕਾਰ ਉਤਸ਼ਾਹ ਨਾਲ ਆ ਰਹੇ ਹੈ
ਵੱਡੇ ਦੀਆਂ ਵਡਿਆਈਆਂ ਨਾਲ ਜੁੜਨ ਵਾਸਤੇ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੁਭਾਇਮਾਨ ਨੇ ਜਿਨ੍ਹਾਂ ਦੇ ਚਰਨਾਂ 'ਚ ਆਪਾਂ ਸਾਰੇ ਜੁੜ ਬੈਠੇ ਹਾਂ। ਇਸ ਇਲਾਕੇ ਵਿੱਚ ਦੀਵਾਨ ਸਜਦੇ ਰਹਿੰਦੇ ਆ, ਬੇਅੰਤ ਮਹਾਂਪੁਰਸ਼ ਪ੍ਰਚਾਰਕ ਅਰਦਾਸ ਨੇ ਵੀ ਬਹੁਤ ਵਾਰ ਦੀਵਾਨ ਇਸ ਇਲਾਕੇ ਦੇ ਅੰਦਰ ਵੱਡੇ ਸਮਾਗਮ ਗੁਰਮੁਖ ਪਿਆਰੇ ਤਿੰਨ ਤਿੰਨ ਰੋਜ਼ਾ ਆ ਸੁਨਾਮ ਦਾ ਏਰੀਆ ਦਿੜਬਾ ਲਹਿਰਾ ਗਾਗਾ ਜਾਖਲ ਮੰਡੀ ਸਮਾਣਾ ਪਾਤੜਾ ਪਟਿਆਲਾ ਭਵਾਨੀਗੜ੍ਹ ਇਸ ਏਰੀਏ ਦੇ ਅੰਦਰ ਅੱਜ ਵੀ ਕਈ ਨਗਰਾਂ 'ਚ ਸੰਗਤਾਂ ਮੈਂ ਦੇਖ ਰਹੀ ਹਾਂ, ਕਪਿਆਲ ਦੇਖ ਰਿਹਾ, ਕਪਿਆਲ ਨਗਰ ਤੋਂ ਸੰਗਤਾਂ ਜਿੱਥੇ ਪਿਛਲੇ ਸਮੇਂ ਦੀਵਾਨ ਸਜੇ ਸੀ, ਬਮਣਾ ਨਗਰ, ਕਪਿਆਲ, ਧਨੇਠਾ ਨਗਰ, ਹੋਰ ਕਈ ਨਗਰਾਂ ਦੇ ਵਿੱਚ ਇੱਧਰ ਸਾਜਲੀ ਸਾਜਲਾ ਦੀਵਾਨ ਸਜਦੇ ਰਹੇ। ਗੁਰਮੁਖ ਪਿਆਰਿਓ, ਜਦੋਂ ਜਦੋਂ ਸਮਾਂ ਬਣਦਾ ਔਰ ਸਤਿਗੁਰ ਨੇ ਰਹਿਮਤ ਕੀਤੀ ਹੈ, ਇਹ ਤਿੰਨ ਰੋਜ਼ਾ ਸਮਾਗਮ ਗੁਜਰਾਂ ਦੇ ਵਿੱਚ ਤੇ ਅੱਜ ਸਤਿਗੁਰ ਦੀ ਰਹਿਮਤ ਸਦਕਾ ਦੂਸਰਾ ਦੀਵਾਨ ਹੈ, ਸਾਰੇ ਗੁਰੂ ਚਰਨਾਂ ਵਿੱਚ ਪਹੁੰਚੇ ਹਾਂ। ਅਰਦਾਸ ਕਰੀਏ ਸਤਿਗੁਰ ਦੇ ਚਰਨਾਂ 'ਚ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖ ਹੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਗੁਰੂ ਚਰਨਾਂ ਦੇ ਵਿੱਚ ਗੁਰਮੁਖ ਪਿਆਰੇ ਸਤਿਗੁਰ ਦੇ ਘਰ ਦੇ ਗੋਲੇ ਬਣ ਕੇ, ਸੇਵਾਦਾਰ ਬਣ ਕੇ, ਤੇ ਸਤਿਗੁਰ ਗੋਲਿਆਂ ਦੀ, ਕੂਕਰਾਂ ਦੀ, ਸੇਵਾਦਾਰਾਂ ਦੀ ਆਪ ਰੱਖਿਆ ਕਰਦਾ। ਹਮ ਕੂਕਰ ਤੇਰੇ ਦਰਬਾਰ, ਭੌਕੇ ਆ ਗਏ ਬਦਨ ਪਸਾਰ, ਸਤਿਗੁਰ ਦੇ ਦਰ ਦੇ ਕੂਕਰ, ਸਤਿਗੁਰ ਦੇ ਦਰ ਦੇ ਗੋਲੇ, ਸਤਿਗੁਰ ਦੇ ਦਰ ਘਰ ਦੇ ਝਾੜੂ ਬਰਦਾਰ, ਸੇਵਾਦਾਰ ਬਣ ਕੇ ਅਰਦਾਸ ਬੇਨਤੀ ਕਰੀਏ ਸਤਿਗੁਰ ਦੇ ਚਰਨਾਂ 'ਚ। ਮਹਾਰਾਜ ਤੁਹਾਡੀ ਸ਼ਰਨ ਹੈ, ਤੁਹਾਡੀ ਹੀ ਆਸਾ ਹੈ, ਤੁਸੀਂ ਹੀ ਸੱਜਣ ਸੁਹੇਲੇ ਹੋ ਸਤਿਗੁਰ ਸੱਚੇ ਪਾਤਸ਼ਾਹ, ਰੱਖ ਲਓ ਰੱਖ ਹੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਆਪ ਜੀ ਕਿਰਪਾ ਕਰਕੇ ਰੱਖ ਲੈਣਾ ਕਰੋ, ਅਸੀਂ ਆਪ ਜੀ ਦੇ ਦਰ ਘਰ ਦੇ ਗੋਲੇ ਹਾਂ, ਤੁਸੀਂ ਦਾਤੇ ਹੋ, ਮਾਲਕ ਹੋ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰ। ਬੇਅੰਤ ਸੰਗਤਾਂ ਆਈਆਂ ਨੇ ਗੁਰਮੁਖ ਪਿਆਰਿਓ, ਬੇਅੰਤ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਲਾਈਵ ਟੈਲੀਕਾਸਟ ਸਰਵਣ ਕਰ ਰਹੀਆਂ ਨੇ ਦੁਨੀਆਂ ਦੇ ਹਰ ਕੋਨੇ 'ਚ। ਕੁਦਰਤ ਦੇ ਭੇਦਾਂ ਨੂੰ ਸਾਇੰਸ ਨੇ ਗੁਰਮੁਖ ਪਿਆਰਿਓ ਪਾਇਆ, ਬਹੁਤ ਵਿਨਾਸ਼ ਵੀ ਗੁਰਮੁਖ ਪਿਆਰਿਓ ਸਾਇੰਸ ਦੀਆਂ ਖੋਜਾਂ ਨਾਲ ਹੋਇਆ ਤੇ ਬੜਾ ਵਿਕਾਸ ਵੀ ਹੋਇਆ। ਸਾਇੰਸ ਦੀਆਂ ਖੋਜਾਂ ਨੇ ਬਹੁਤ ਕੁਝ ਐਸਾ ਦਿੱਤਾ ਜਿਹੜਾ ਮਨੁੱਖਤਾ ਦੇ ਭਲੇ ਲਈ ਹੈ। ਸਾਈਕਲ ਤੋਂ ਲੈ ਕੇ ਜਹਾਜ਼ਾਂ ਤੱਕ ਗੁਰਮੁਖ ਪਿਆਰਿਓ ਸਾਡੇ ਸਫ਼ਰ ਵਿੱਚ ਕਿੰਨਾ ਸਹਾਇਕ ਹੈ, ਸਮੇਂ ਦੀ ਬਚਤ ਹੁੰਦੀ ਔਰ ਸਮੁੰਦਰਾਂ ਤੋਂ ਦਰਿਆਵਾਂ ਤੋਂ ਲੰਘ ਜਾਣਾ। ਸਾਇੰਸ ਨੇ ਬਹੁਤ ਕੁਝ ਵਧੀਆ ਵੀ ਦਿੱਤਾ ਤੇ ਬੜੀਆਂ ਵਿਨਾਸ਼ਕਾਰੀ ਚੀਜ਼ਾਂ ਵੀ, ਆਈਟਮ ਬੰਬ ਬਣਾ ਦਿੱਤਾ, ਤੋਪਾਂ ਮਿਜ਼ਾਈਲਾਂ ਬਣਾ ਦਿੱਤੀਆਂ, ਛਿਣ ਮਾਤਰ ਦੇ ਵਿੱਚ ਹੀ ਸਾਰਾ ਕੁਝ ਮਲੀਆ ਮੇਟ ਖਤਮ, ਆਈਟਮ ਬੰਬ ਪਰਮਾਣੂ ਹਥਿਆਰ ਬਣਾ ਦਿੱਤੇ, ਇੱਕ ਦੇਸ਼ ਦੂਜੇ ਦੇਸ਼ ਤੇ ਵਰਤੋਂ ਕਰ ਦੇਵੇ ਤੇ ਗੁਰਮੁਖ ਪਿਆਰੇ ਵਿਨਾਸ਼ ਹੀ ਵਿਨਾਸ਼, ਬੜਾ ਦੁੱਖ। ਜਿਵੇਂ ਗੁਰਮੁਖ ਪਿਆਰਿਓ ਆ ਤੁਸੀਂ ਦੇਖਿਆ ਹੀ ਹੈ ਸੀਰੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਨਾਸ਼ ਦੀ ਲੀਲਾ ਚੱਲ ਰਹੀ ਹੈ, ਸਾਇੰਸ ਦੀ ਕਾਢ, ਕੈਮੀਕਲ ਅਟੈਕ ਹੋਇਆ। ਆ ਕੱਲ ਪਰਸੋਂ ਦੀ ਗੱਲ ਹੈ, ਕਿੰਨੇ ਬਜ਼ੁਰਗ ਬੱਚੇ ਨੌਜਵਾਨ ਉਸ ਕੈਮੀਕਲ ਅਟੈਕ ਦੀ ਭੇਟ ਚੜ ਗਏ। ਸਾਇੰਸ ਦੀ ਖੋਜ ਵਿਨਾਸ਼ ਲਈ ਵਰਤੀ ਗਈ, ਆਈਟਮ ਬੰਬ ਬਣਾਇਆ, ਕੀ ਹੋਵੇਗਾ ਜਦੋਂ ਚੱਲੇਗਾ ਮਨੁੱਖਤਾ ਦਾ ਖਾਤਮਾ, ਪਰਮਾਣੂ ਬੰਬ ਬਣਾਏ ਹੈ। ਆ ਹੀਰੋਸ਼ੀਮਾ ਨਾਗਾਸਾਕੀ ਜਪਾਨ ਵਿੱਚ ਚੱਲੇ ਸੀ, ਕਿੰਨੇ ਸਾਲ ਹੋ ਗਏ, ਕਿੰਨੇ ਦਹਾਕੇ ਲੰਘ ਗਏ, ਅੱਜ ਵੀ ਕਹਿੰਦੇ ਉੱਥੇ ਮਨੁੱਖ ਸਾਬਤਾ ਨਹੀਂ, ਜਿਹੜਾ ਬੱਚਾ ਜੰਮਦਾ ਨਾ ਉਹਦੇ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ, ਪਰਮਾਣੂ ਉਹ ਜ਼ਹਿਰ ਦਾ ਅੱਜ ਵੀ ਅਸਰ ਹੈ। ਸਾਇੰਸ ਨੇ ਖੋਜਿਆ ਕੁਦਰਤ ਦੇ ਭੇਦ ਨੂੰ, ਵਿਨਾਸ਼ ਵਾਲੀਆਂ ਚੀਜ਼ਾਂ ਵਿਕਾਸ ਵਾਲੀਆਂ ਵੀ। ਆ ਇੰਟਰਨੈਟ ਮਾਧਿਅਮ ਫੇਸਬੁੱਕ ਵਟਸਐਪ, ਇਹਦੀ ਸਹੀ ਵਰਤੋਂ ਕਰ ਲਓ ਤੇ ਬੜੇ ਭਲੇ ਦੀ ਗੱਲ ਹੈ, ਦੁਰਵਰਤੋਂ ਵੀ ਬਹੁਤ ਹੁੰਦੀ ਹੈ। ਪਰ ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖ ਪਿਆਰੇ, ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਇੱਥੇ
ਨਗਰ ਗੁਜਰਾ ਵਿੱਚ ਸਮਾਗਮ ਵਿੱਚ ਪਹੁੰਚ ਕੇ ਜੁੜ ਬੈਠ ਕੇ ਲਾਹਾ ਲੈ ਰਹੇ ਉੱਥੇ ਵਿਦੇਸ਼ਾਂ ਵਿੱਚ ਯੂਰਪ ਕੰਟਰੀਆਂ ਫੋਰਨ ਕੰਟਰੀਆਂ ਏਸ਼ੀਅਨ ਕੰਟਰੀਆਂ ਅਰਬ ਕੰਟਰੀਆਂ ਵਿੱਚ ਬੈਠੇ ਹੋਏ ਸਿੱਖ ਲਾਈਵ ਟੈਲੀਕਾਸਟ ਜੋ ਜਥੇ ਦਾ ਗੁਰਮੁਖ ਪਿਆਰੇ ਫੇਸਬੁੱਕ ਪੇਜ ਹੈ ਉਸ ਦੇ ਉੱਪਰ ਨਾਲੋ ਨਾਲ ਲਾਈਵ ਟੈਲੀਕਾਸਟ ਦੁਨੀਆਂ ਚ ਸੁਣਿਆ ਜਾ ਰਿਹਾ ਅੱਜ ਦਾ ਇਹ ਸਮਾਗਮ ਜਿੱਥੇ ਰਿਕਾਰਡਿੰਗ ਕੰਪਨੀਆਂ ਵਾਲੇ ਭਾਰਤ ਦੀ ਨੰਬਰ 1 ਰਿਕਾਰਡਿੰਗ ਕੰਪਨੀ ਰਿਕਾਰਡਿੰਗ ਵਾਸਤੇ ਪਹੁੰਚੇ ਉੱਥੇ ਗੁਰਮੁਖ ਪਿਆਰਿਓ ਲਾਈਵ ਟੈਲੀਕਾਸਟ ਪੂਰੀ ਦੁਨੀਆਂ ਦੇ ਅੰਦਰ ਫੇਸਬੁੱਕ ਪੇਜ ਦੇ ਉੱਪਰ ਜੋ ਦਾਸ ਦੇ ਨਾਂ ਤੇ ਬਣਿਆ ਹੋਇਆ ਜਥੇਦਾਰ ਬਲਜੀਤ ਸਿੰਘ ਖਾਲਸਾ ਦਾਦੂਵਾਲ ਇਸ ਪੇਜ ਦੇ ਉੱਪਰ ਗੁਰਮੁਖ ਪਿਆਰਿਓ ਮੈਨੂੰ ਗੁਰਮੁਖਾਂ ਨੇ ਲਿਖ ਕੇ ਭੇਜਿਆ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰ ਰਿਹਾ ਘਰਾਂ ਵਿੱਚ ਬੈਠ ਕੇ ਵੀ ਜਿਹੜੀਆਂ ਸੰਗਤਾਂ ਇੱਥੇ ਨਹੀਂ ਪਹੁੰਚ ਸਕੀਆਂ ਪੰਜਾਬ ਵਿੱਚ ਵੀ ਭਾਰਤ ਵਿੱਚ ਵਿਦੇਸ਼ਾਂ ਵਿੱਚ ਔਰ ਇਹ ਸਰਵਣ ਕਰ ਸਕਦੀਆਂ ਅੱਜ ਦੇ ਸਮਾਗਮਾਂ ਨਾਲ ਗੁਰੂ ਚਰਨਾਂ ਦੇ ਨਾਲ ਗੁਰਬਾਣੀ ਕਥਾ ਕੀਰਤਨ ਦੇ ਨਾਲ ਜੁੜ ਸਕਦੀਆਂ ਨੇ ਆਓ ਸਤਿਗੁਰ ਦੇ ਚਰਨਾਂ ਚ ਅਰਦਾਸ ਕਰੀਏ ਸਾਰੇ ਗੁਰਮੁਖ ਪਿਆਰਿਓ ਮਨ ਬਿਰਤੀਆਂ ਨੂੰ ਕਾਗਰ ਚਿਤ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰ ਸਾਵਧਾਨਤਾ ਇਕਾਗਰਤਾ ਗੁਰੂ ਦੇ ਚਰਨਾਂ ਵਿੱਚ ਤੇ ਸਾਵਧਾਨਤਾ ਇਕਾਗਰਤਾ ਲਈ ਸਾਰੀਆਂ ਸੰਗਤਾਂ ਇੱਕ ਵਾਰ ਮਿਲ ਕੇ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਰੀ ਸੰਗਤ ਲਾਹਾ ਲਓ ਫਿਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ 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 ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਤਨਾ ਸ੍ਰੀ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਦੇ ਸ਼ਬਦ ਉਚਾਰਦੇ ਵਚਨ ਕਰਦੇ ਨੇ ਧੰਨ ਕਹੋ ਗੁਰੂ ਅਰਜਨ ਕਹੋ ਵਿਦਵਾਨ ਕਹਿੰਦਾ ਉਸ ਗੁਰੂ ਅਰਜਨ ਦੇਵ ਮਹਾਰਾਜ ਨੂੰ ਧੰਨ ਕਹੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸੁਮਾਨਾ ਧੰਨ ਕਹੋ ਵਾਹਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਪਹਿਲੇ ਗੁਰੂ ਸਾਹਿਬਾਨਾਂ ਦੀ ਸੰਤਾਂ ਭਗਤਾਂ ਗੁਰਸਿੱਖਾਂ ਦੀ ਬਾਣੀ ਨੂੰ ਇਕੱਤਰ ਕੀਤਾ ਤੇ ਖੁਦ ਬਾਣੀ ਉਚਾਰਨ ਕਰਕੇ ਐਸਾ ਗ੍ਰੰਥ ਐਸਾ ਸਰੂਪ ਤਿਆਰ ਕਰ ਦਿੱਤਾ ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸੁਮਾਨਾ ਜਿਵੇਂ ਪਰਬਤਾਂ ਚ ਸੁਮੇਰ ਪਰਬਤ ਸਭ ਤੋਂ ਵੱਡਾ ਮੰਨਿਆ ਇਸੇ ਤਰ੍ਹਾਂ ਸਾਰੇ ਗ੍ਰੰਥਾਂ ਚੋਂ ਵੱਡਾ ਗ੍ਰੰਥ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਲਕਬ ਗੁਰੂ ਦੁਨੀਆਂ ਦੇ ਬਹੁਤ ਗ੍ਰੰਥ ਹੈ ਧਰਮ ਦਾ ਰਾਹ ਦੱਸਦੇ ਸਤਿਕਾਰ ਯੋਗ ਹੈ ਵੇਦ ਪੁਰਾਣ ਸਿਮਰਤ ਸ਼ਾਸਤਰ ਸਭ ਪਰ ਸੁਮੇਰ ਦੀ ਤਰ੍ਹਾਂ ਸਭ ਤੋਂ ਵੱਡੇ ਜਿਨ੍ਹਾਂ ਨੂੰ ਗੁਰੂ ਹੋਣ ਦਾ ਦੁਨੀਆਂ ਦੇ ਕਿਸੇ ਹੋਰ ਗ੍ਰੰਥ ਨੂੰ ਗੁਰੂ ਹੋਣ ਦਾ ਸਨਮਾਨ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆਂ ਦੇ ਵੇਦ ਸ਼ਾਸਤਰ ਪੁਰਾਣ ਸਿਮਰਤੀਆਂ ਧਰਮ ਦੇ ਗ੍ਰੰਥ ਬਹੁਤ ਹੈ ਧਰਮ ਦਾ ਰਾਹ ਦੱਸਦੇ ਉਪਦੇਸ਼ ਦਿੰਦੇ ਸਤਿਕਾਰ ਯੋਗ ਹੈ ਸਤਿਗੁਰਾਂ ਵੀ ਬਾਣੀ ਚ ਆਖਿਆ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਮਹਾਰਾਜ ਕਹਿੰਦੇ ਵੇਦ ਸ਼ਾਸਤਰਾਂ ਨੂੰ ਝੂਠੇ ਨਾ ਕਹੋ ਧਰਮ ਗ੍ਰੰਥਾਂ ਨੂੰ ਝੂਠੇ ਨਾ ਕਹੋ ਝੂਠਾ ਉਹ ਹੈ ਜਿਹੜਾ ਵਿਚਾਰ ਨਹੀਂ ਕਰਦਾ ਜਿਹੜਾ ਉਹਨਾਂ ਚੋਂ ਸਾਰ ਵਸਤੂ ਗ੍ਰਹਿਣ ਨਹੀਂ ਕਰਦਾ ਜੋ ਬੰਦਗੀ ਦੀ ਭਗਤੀ ਦੀ ਸੇਵਾ ਸਿਮਰਨ ਦੀ ਗੱਲ ਉਹਨੂੰ ਗ੍ਰਹਿਣ ਨਹੀਂ ਕਰਦਾ ਉਹਨੂੰ ਝੂਠਾ ਕਹੋ ਪਰ ਵੇਦ ਸ਼ਾਸਤਰ ਪੁਰਾਣਾ ਨੂੰ ਝੂਠਾ ਨਾ ਕਹੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਦਿੱਤਾ ਸੋ ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸੁਮਾਨਾ ਸੁਮੇਰ ਦੀ ਤਰ੍ਹਾਂ ਵੱਡਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਆਰ ਕੀਤੇ ਤੇ ਉਸ ਗ੍ਰੰਥ ਵਿੱਚ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਚਨ ਕਰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਇਹ ਸਤਿਗੁਰ ਹੇ ਪਰਮਾਤਮਾ ਤੁਸੀਂ ਦਾਤੇ ਹੋ ਤੁਸੀਂ ਐਸੇ ਦਾਤੇ ਹੋ ਜੋ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਸ ਦਾਤੇ ਨੂੰ ਸਮਰਪਿਤ ਹੋ ਕੇ ਦਾਤਾ ਮੰਗੀਏ ਜਿਹੜਾ ਦਿੰਦਾ ਤੇ ਹੈ ਮੰਗਦਾ ਨਹੀਂ ਦੁਨੀਆਂ ਦੇ ਦਾਤੇ ਬਹੁਤ ਹੈ ਦੇ ਕੇ ਮੰਗ ਲੈਂਦੇ ਬੜੇ ਦਾਤੇ ਕਹਾਉਂਦੇ ਹੈ
दातियां दा जिक्र करदे आं सतगुरां ने बाणी विच आसा दी वार पढ़दे आं देव देव मंगै सहसा गुणा सोभ करे संसार। कई इदां दे दाते जिहड़े दे के मंग लैंदे आ, कई सहसा गुणा वधा चढ़ा के ब्याज समेत मंगदे आ, ते कई दे के कहिंदे साडी शोभा होवे संसार विच, तां दिंदे आ कि साडा संसार जस करे, फलाना बड़ा दानी आ, यह बड़ा वड्डा दाता। जिवें अज असीं गुरद्वारियां दीआं कंधां, मस्जिदां मसीतां दीआं कंधां ते नां लिखा लिखा के गुरद्वारियां दीआं धर्म स्थानां दीआं कंधां कालियां कीतियां ने, फलाना दानी फलाना सिंह इन्ना दान कीता, दानी फलाना सिंह इन्ना दान कीता, असीं कित्थों जम पे दानी गुरमुखो। उस दाते तो ते मंगदे आ, इन्हां धर्म स्थानां तो सतगुर दे चरणां च आ के ते मंगदे आ, ते मंगता दानी थोड़ी है। 38 दिन मंगना, 30वें दिन संक्रांत वाले दिन आके ते कहना फलाना सुन इन्ना देगली दान देता, नां लिख लो ते अनाउंस कर दिया, नहीं गुरमुख प्यारे फलाना सुन इन्ना दान देता, पत्थर लिख के ला दियो गुरुद्वारे, प्लेट लाओ, नां लिखो। जन्मां जन्मांतरां दिए पाप कर्मां नाल असीं अपनी आत्मा ते मलीन कीती, जन्म जन्म कोई इस मन को मल लागी, काला हुआ स्याह, खनली धोती उजली ना हो वही दे सौ धोवण पाओ। जन्मां जन्मांतरां दे पाप कर्मां नाल मन ते मैला कीता सी, हां धर्म स्थानां गुरुद्वारियां दीआं कंधां रह गईआं कालियां, करन भी नां लिखा लिखा कालियां करो, फलाना संदानी नहीं गुरमुखो। सतगुरु दे दर दी सेवा दसमंद कढ़ना, सेवा करनी है, दानी नहीं है, असीं दानी ते दाता ते सतगुरु आ। तुम दाते ठाकुर प्रतपालक नायक खसम हमारे, सतगुरु दाता है, दुनिया दे दाते तां दे के मंग लैंदे आ, वधा चढ़ा के मंगदे आ, सोभा भलदे आ, संसार तों साडी सोभा होवे। पर ये सतगुर ऐसा दाता जेड़ा जुगां जुगांतरां तों दिंदा आ रिहा, लैण वाले लैके संसार तों कूच करदे जा रहे है, पर दाता उही है, दाता नहीं बदलिया गया, जिथे आखो सतनाम, दाता नहीं बदलिया, दाता उही है, लैण वाले बदलते जा रहे हैं, पुश्त दर पुश्त, पीढ़ी दर पीढ़ी, अज असी कल साडे पुत पोते गां पड़ोते गुरमुख प्यारे, इसे तरह पीढ़ी दर पीढ़ी लैण वाले, सदियां तो दाता उही है, जुगां तो दाता उही है, पर मंगण वाले मंगते बदल रहे, गुरमुख प्यारे असी लैण वाले, इस करके आओ सतगुरु नूं समर्पित होके ते फरियाद करिए, तुम दाते ठाकुर प्रतपालक, हे सतगुर सच्चे पातशाह तुसी दाते हो, तुसी ठाकुर हो, तुम दाते ठाकुर, तुसी मालक हो, ठाकुर कौन है, मालक, इत्थे ठाकुर वह नहीं जिवें ब्राह्मण पूजा वास्ते ठाकुर सालग्राम पत्थर रख के ते उहदी आरती उतारदा पूजा करदा, वह ठाकुर की गल नहीं, इत्थे ठाकुर का अर्थ है मालक, कहे सतगुरु सच्चे पातशाह परमात्मा तुसी दाते हो, ठाकुर प्रतपालक, प्रतपालना करदे हो, देखो परमात्मा दी प्रतपालना किहो जिहा प्रबंध कीता है परमात्मा ने जीव दी प्रतपालना दा, कि पहला मां दे पेट विच उदर विच प्रतपालदा, मां दे नाल संबंध जोड़िया, मां दी खुराक बच्चे तक जांदी है, ते जदों बच्चा जन्म ला लैंदा मूंह विच दंद नहीं दाड़ा नहीं, मां दा दुध पैदा कर दिता तरल पदार्थ, जे मां नूं दुध नहीं उतरिया गुरमुख प्यारे मझ गां दा दुध वरत लैंदा, पर सतगुरु ने उहदे जिउंदा रहण वास्ते तरल पदार्थ बना दिता, दुध बना दिता, मूंह विच दंद नहीं दाड़ा नहीं, कोई चिथ नहीं सकदा, खा नहीं सकदा। ते देखो परमात्मा इहो जिहा दाता, जदों नौजवान होया बच्चा, नौजवान होया ते फिर उहदे लई पदार्थ बना दिते, 36 प्रकार दे भोजन, बुढ़ापा आ गया हाथ पैर कम कर नहीं करदे, मंजे ते डिग पिया, पुत पोते उहदे ते रिश्तेदार परिवार उत्ते ला दिता, जिहड़े उहदे पए दे मुख विच बुरकियां पाउंदे आ क्योंकि हाथ पैर कम नहीं करदे, खुद खा नहीं सकदा, ते परिवार नूं उत्ते कर दिता परमात्मा ने। इह वखरी गल अज कलयुग दा वरतारा, विरले हुए पुत पोते आ, विरले बच्चे आ,
जेडे मां बाप की इस तरह सेवा करते नहीं ते अज कलयुग का वर्तारा अज ते जदों बेबे बापू का अंगूठा लवा लिया जमीन का पैसों का मुड़ के बेबे बापू नूं कौन पुछदा फिर तो कहिंदे कुछ बिरध आश्रम च छड्डे आओ कुछ गुरद्वारे थां लभ जाके घर नहीं हैगी जगह फिर बजुर्गां दा तिरस्कार हुंदा कलयुग दा इहो जिहा वर्तारा गल्लां सरवण दियां करदे आ जिहड़ा वेंगी च पा के घुमाउंदा सी तीर्थां ते अपने मां बाप नूं यात्रा करा रिहा सी ਵਹਿੰਗੀ ਵਿੱਚ ਪਾ ਕੇ ਮੋਢੇ ਤੇ ਚੱਕ ਕੇ ਗੱਲਾਂ ਸਰਵਣ ਦੀਆਂ ਪਰ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ ਸਰਵਣ ਕਿਹੜਾ ਹਰੇਕ ਨੇ ਬਣ ਜਾਣਾ ਹੋਵੇ ਸਰਵਣ ਵਿਰਲਾ ਕੋਈ ਕੋਈ ਵਿਰਲਾ ਹੀ ਸਰਵਣ ਬਣਦਾ ਕੋਈ ਵਿਰਲਾ ਹੀ ਬੱਚਾ ਜਿਹੜਾ ਮਾਂ ਬਾਪ ਦੀ ਸੇਵਾ ਬਜ਼ੁਰਗਾਂ ਦੀ ਸੇਵਾ ਏਦਾਂ ਕਰਦਾ ਨੀ ਤੇ ਕਲਯੁਗ ਦਾ ਵਰਤਾਰਾ ਕਹਿੰਦਾ ਬਜ਼ੁਰਗ ਗਲੋਂ ਕਿਉਂ ਨੀ ਰਹਿੰਦੇ ਇਹ ਗਲੋਂ ਕਿਉਂ ਨੀ ਰਹਿੰਦੇ ਮਾਫ ਕਰਨਾ ਜਿਹਨੇ ਸਾਰੀ ਉਮਰ ਪਹਿਲਾਂ ਜਨਮ ਦਿੱਤਾ ਫਿਰ ਪਾਲਿਆ ਪੋਸਿਆ ਫਿਰ ਖਡਾਇਆ ਫਿਰ ਮਿਹਨਤ ਕੀਤੀ ਦਿਨ ਰਾਤ ਇੱਕ ਖੂਨ ਪਸੀਨੇ ਦੀ ਕਮਾਈ ਕਰਕੇ ਬੱਚਿਆਂ ਦੀ ਪ੍ਰਤ ਪਾਲਣਾ ਕੀਤੀ ਪੜ੍ਹਾਇਆ ਲਿਖਾਇਆ ਪਰ ਨਹੀਂ ਫਿਰ ਆ ਦੇਖਦੇ ਅੱਜ ਕਲਯੁਗ ਦਾ ਵਰਤਾਰਾ ਗੁਰਮੁਖ ਪਿਆਰਿਓ ਇੱਕ ਮਾਂ ਬਾਪ ਗੁਰਮੁਖ ਪਿਆਰਿਓ ਪੰਜ ਸੱਤ ਬੱਚੇ ਪੈਦਾ ਹੋ ਜਾਣ ਪਿਛਲੇ ਸਮੇਂ ਦਰਜਨ ਦਰਜਨ ਬੱਚੇ ਵੀ ਪੈਦਾ ਹੁੰਦੇ ਰਹੇ ਉਦੋਂ ਵੀ ਵੱਧ ਹੁਣ ਤੇ ਇੱਕ ਦੋ ਬੱਚੇ ਗੁਰਮੁਖ ਪਿਆਰਿਓ ਪੈਦਾ ਹੁੰਦੇ ਆ ਇੱਕ ਦੋ ਹੀ ਪੈਦਾ ਕੀਤੇ ਜਾਂਦੇ ਆ ਤੇ ਲਿਖਿਆ ਵੀ ਹੁਣ ਤੇ ਕਹਿੰਦੇ ਦੋ ਹੀ ਕਾਫੀ ਹੋਰ ਤੋਂ ਮਾਫੀ ਅੱਜ ਦੇ ਵਰਤਾਰੇ ਚ ਪਰ ਪਹਿਲਾਂ ਦਰਜਨ ਦਰਜਨ ਵੀ ਬੱਚੇ ਦਰਜਨਾਂ ਤੋਂ ਵੀ ਵੱਧ ਹੁੰਦੇ ਸੀ ਪਰ ਖਿਆਲ ਕਰਿਓ ਪੰਜ ਸੱਤ ਬੱਚੇ ਰਲ ਕੇ ਗੁਰਮੁਖ ਪਿਆਰੇ ਇੱਕ ਮਾਂ ਬਾਪ ਪੰਜ ਸੱਤ ਬੱਚਿਆਂ ਦੀ ਦੇਖਭਾਲ ਪ੍ਰਤ ਪਾਲਣਾ ਕਰਦੇ ਆ ਪਰ ਕਲਯੁਗ ਦਾ ਵਰਤਾਰਾ ਪੰਜ ਸੱਤ ਬੱਚੇ ਰਲ ਕੇ ਇੱਕ ਮਾਂ ਬਾਪ ਦੀ ਦੇਖਭਾਲ ਕਰਨ ਨੂੰ ਤਿਆਰ ਨਹੀਂ ਇਹੋ ਜਿਹਾ ਕਲਯੁਗ ਦਾ ਵਰਤਾਰਾ ਇੱਕ ਮਾਂ ਬਾਪ ਪੰਜ ਸੱਤ ਬੱਚਿਆਂ ਦੀ ਪ੍ਰਤ ਪਾਲਣਾ ਕਰਦੇ ਆ ਪਰ ਪੰਜ ਸੱਤ ਬੱਚੇ ਮਿਲ ਕੇ ਮਾਂ ਬਾਪ ਦੀ ਨਹੀਂ ਕਹਿੰਦੇ ਬਿਰਧ ਆਸ਼ਰਮ ਛੱਡ ਆਓ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਮਾਂ ਬਾਪ ਦੀ ਸੇਵਾ ਕਰਨੀ ਗੁਰਮੁਖ ਪਿਆਰਿਓ ਬਜ਼ੁਰਗਾਂ ਦੀ ਸੇਵਾ ਕਰਨੀ ਵੱਡਿਆਂ ਦੀ ਸੇਵਾ ਕਰਨੀ ਉਹਨਾਂ ਦਾ ਅਦਭੁਤ ਸਤਿਕਾਰ ਕਰਨਾ ਤੇ ਬਜ਼ੁਰਗਾਂ ਵੀ ਬਜ਼ੁਰਗਾਂ ਵਾਂਗੂ ਗੁਰਮੁਖ ਪਿਆਰਿਓ ਫਿਰ ਆਪਣੇ ਬੱਚਿਆਂ ਦਾ ਮਾਣ ਸਨਮਾਨ ਸਤਿਕਾਰ ਤੇ ਬੱਚਿਆਂ ਨੇ ਬਜ਼ੁਰਗਾਂ ਦਾ ਬਜ਼ੁਰਗਾਂ ਵਾਂਗ ਮਾਣ ਸਤਿਕਾਰ ਤੇ ਉਹਨਾਂ ਦੀ ਸੇਵਾ ਅੱਜ ਗੁਰਮੁਖ ਪਿਆਰਿਓ ਦੇਖੋ ਪਰਮਾਤਮਾ ਨੇ ਕਿੱਡਾ ਵਧੀਆ ਪ੍ਰਬੰਧ ਕੀਤਾ ਜਦੋਂ ਬਜ਼ੁਰਗ ਹੋ ਗਏ ਬੱਚੇ ਉੱਪਰ ਕਰ ਦਿੱਤੇ ਪਰਿਵਾਰ ਉੱਪਰ ਕਰ ਦਿੱਤਾ ਰਿਸ਼ਤੇਦਾਰ ਉੱਪਰ ਕਰ ਦਿੱਤੇ ਜਿਹੜੇ ਮੂੰਹ ਵਿੱਚ ਬੈਠੇ ਦੇ ਮੂੰਹ ਵਿੱਚ ਗੁਰਮੁਖ ਪਿਆਰਿਓ ਅਨਾਜ ਪਾਉਂਦੇ ਜਿਉਂਦਾ ਰਹੇ ਪਰਮਾਤਮਾ ਦਾ ਪ੍ਰਬੰਧ ਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝਾ ਪਿਆਰੇ ਦੂਧ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਚਨ ਆ ਮਹਾਰਾਜ ਕਹਿੰਦੇ ਭਲਿਆ ਦੇਖ ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਕਿੱਡਾ ਸੋਹਣਾ ਸਰੀਰ ਦਿੱਤਾ ਅੰਗ ਪ੍ਰਤੰਗ ਦਿੱਤੇ ਆ ਕਦੇ ਖਿਆਲ ਕਰ ਜੇ ਅੱਖਾਂ ਮੱਥੇ ਦੀ ਜਗ੍ਹਾ ਗਿੱਟਿਆਂ ਕੋਲੇ ਪਰਮਾਤਮਾ ਲਾ ਦਿੰਦਾ ਦੇਖ ਕਿੰਨਾ ਸੋਹਣਾ ਸ਼ਿੰਗਾਰਿਆ ਤੈਨੂੰ ਤੂੰ ਜਿੰਨੇ ਮਰਜ਼ੀ ਪਾਊਡਰ ਕਰੀਮਾਂ ਲਾ ਲਾ ਤੂੰ ਓਦਾਂ ਦਾ ਸ਼ਿੰਗਾਰ ਨਹੀਂ ਕਰ ਸਕਦਾ ਜਿਹੜਾ ਪਰਮਾਤਮਾ ਨੇ ਕੀਤਾ ਤੇਰਾ ਜੇ ਅੱਖਾਂ ਤੇਰੀਆਂ ਸਿਰ ਦੀ ਜਗ੍ਹਾ ਗਿੱਟਿਆਂ ਕੋਲ ਲਾ ਦਿੰਦਾ ਘੱਟੇ ਨਾਲ ਹੀ ਭਰੀਆਂ ਰਹਿਣੀਆਂ ਸੀ ਆਪਣਾ ਰੇਤਲਾ ਇਲਾਕਾ ਘੱਟੇ ਦਾ ਇਲਾਕਾ ਖੁੱਲਣੀ ਹੀ ਨਹੀਂ ਸੀ ਦੂਰ ਤੱਕ ਦਿਸਣਾ ਹੀ ਨਹੀਂ ਸੀ ਆ ਨੱਕ ਸਿਰ ਵਿੱਚ ਲਾਇਆ ਜੇ ਗਿੱਟਿਆਂ ਕੋਲੇ ਲੱਗ ਜਾਂਦਾ ਘੱਟਾ ਪੈਣਾ ਗੁਰਮੁਖ ਪਿਆਰੇ ਸਿੱਕਾਂ ਹੀ ਮਾਰਦੇ ਰਹਿਣਾ ਸੀਗਾ ਘੱਟਾ ਪੈ ਜੇ ਨੱਕ ਵਿੱਚ ਆਪਾਂ ਸਿੱਕਾਂ ਮਾਰਨ ਲੱਗ ਜਾਂਦੇ ਪਰਮਾਤਮਾ ਨੇ ਹਰ ਚੀਜ਼ ਟਿਕਾਣੇ ਤੇ ਮੂੰਹ ਦੇ ਉੱਤੇ ਨੱਕ ਲਾਇਆ ਕਿ ਕਿਹੜੀ ਚੀਜ਼ ਖਾਣ ਵਾਲੀ ਕਿਹੜੀ ਨਹੀਂ ਨੱਕ ਉਦੋਂ ਹੀ ਸੁੰਘ ਕੇ ਦੱਸ ਦਿੰਦਾ ਦਿਮਾਗ ਨੂੰ ਵੀ ਆਹ ਚੀਜ਼ ਤੇਰੇ ਖਾਣ ਵਾਲੀ ਨਹੀਂ ਆ ਇਹਨੂੰ ਮੂੰਹ ਚ ਨਾ ਲਿਜਾਈ ਬਿਮਾਰ ਹੋ ਜਾਏਗਾ ਪਰਮਾਤਮਾ ਨੇ ਹਰੇਕ ਚੀਜ਼ ਦੇਖੋ ਅੰਗ ਪ੍ਰਤੰਗ ਹੱਥ ਲਾਏ ਆ ਪੈਰ ਲਾਏ ਆ ਪਰਮਾਤਮਾ ਨੇ ਕਿੱਡਾ ਸੋਹਣਾ ਸ਼ਿੰਗਾਰ ਕੀਤਾ ਅੱਜ ਵੱਖਰੀ ਗੱਲ ਆ ਕਿ ਗੁਰਮੁਖ ਪਿਆਰੇ ਪਰਮਾਤਮਾ ਦਾ ਸਰੂਪ ਵਿਗਾੜ ਕੇ ਅਸੀਂ ਕਹਿੰਦੇ ਵੀ ਸੋਹਣੇ ਤੇ ਸਮਾਰਟ ਬਣ ਗਏ ਜਿਹੜੇ ਨੌਜਵਾਨ ਕੈਂਚੀਆਂ ਵਰਤਦੇ ਵੀਰ ਉਹਨਾਂ ਨੂੰ ਮੈਂ ਬੇਨਤੀ ਕਰਾਂ ਉਹ ਸੋਹਣੇ ਨਹੀਂ ਬਣਦੇ ਉਹ ਤੇ ਵਿਗਾੜਦੇ ਆ ਸਰੂਪ ਨਾ ਸਵਾਰਦੇ ਨਹੀਂ ਜਿਹੋ ਜਿਹਾ ਪਰਮਾਤਮਾ ਨੇ ਸਵਾਰਿਆ ਉਹ ਜਿਹਾ ਸਵਾਰ ਨਹੀਂ ਸਕਦੇ ਜੇ ਸੱਜਣ ਆਇਆ ਮਿਲਣ ਵਾਸਤੇ ਦੂਜੇ ਆਪਣੇ ਸੱਜਣ ਮਿੱਤਰ ਨੂੰ
ਕਹਿੰਦਾ ਕਿੱਥੇ? ਕਹਿੰਦੇ ਇਹ ਮੂੰਹ ਬਣਾ ਰਿਹਾ। ਬਈ ਪਰਮਾਤਮਾ ਨੇ ਬਣਾਇਆ ਇਹ ਤਾਂ, ਤੂੰ ਤੇ ਵਿਗਾੜ ਰਿਹਾ, ਬਣਾ ਨਹੀਂ ਰਿਹਾ। ਇਹ ਕੱਖ ਉਹਦੀ ਛੋਟੀ ਸੀ, ਗੁਰਮੁਖ ਪਿਆਰੇ ਇੱਕ ਅੱਖ ਤੋਂ ਹੀ ਦਿਸਦਾ ਸੀ, ਇੱਕ ਤੋਂ ਦਿਸਦਾ ਨਹੀਂ ਸੀ। ਤੋ ਆਇਆ ਸੱਜਣ ਕਹਿੰਦਾ ਮੂੰਹ ਤੇ ਬਣਾ ਰਿਹਾ, ਸਵਾਦ ਤੇ ਤਾਂ ਆ ਜੇ ਅੱਖ ਬਣਾ ਕੇ ਦਿਖਾਏ ਜਿਹੜੀ ਪਰਮਾਤਮਾ ਨੇ ਨਹੀਂ ਬਣਾਈ ਤੇਰੀ। ਬਣਾ ਹੈ ਇਹਨੂੰ ਬਣਾ ਸਕਦਾ? ਤੂੰ ਕਹਿੰਦਾ ਮੂੰਹ ਬਣਾ ਰਿਹਾ, ਬਣਾ ਨਹੀਂ ਰਿਹਾ, ਵਿਗਾੜ ਰਿਹਾ। ਪਰਮਾਤਮਾ ਨੇ ਜਿਹੜਾ ਸਰੂਪ ਬਣਾਇਆ ਉਹਦੇ ਨਾਲੋਂ ਵਧੀਆ ਅਸੀਂ ਨਹੀਂ ਬਣਾ ਸਕਦੇ। ਤਾਂ ਹੀ ਸਤਿਗੁਰੂ ਕਹਿੰਦੇ ਸਮਰਪਿਤ ਹੋ ਪਰਮਾਤਮਾ ਦੀ ਬੰਦਗੀ ਕਰ, ਭਗਤੀ ਕਰ, ਉਹਦਾ ਨਾਮ ਧਿਆ ਜਿਹਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਤੇ ਜਿਹਨੇ ਤੈਨੂੰ ਉਸ ਜਠਰਾ ਅਗਨੀ ਦੇ ਵਿੱਚ ਰੱਖਿਆ ਵਾ ਜਿਹੜੀ ਅੱਗ ਵਿੱਚ ਦੇਖ ਸਭ ਕੁਝ ਖਾਧਾ ਪੀਤਾ ਭਸਮ ਹੋ ਜਾਂਦਾ। ਇਹੋ ਜੀ ਜਠਰਾ ਅਗਨੀ ਚਾਰ ਤਰ੍ਹਾਂ ਦੀ ਅੱਗ ਧਰਮ ਗ੍ਰੰਥਾਂ ਚ ਮੰਨੀ ਆ। ਇੱਕ ਜਠਰਾ ਅਗਨੀ ਆ, ਇੱਕ ਆ ਪ੍ਰਤੱਖ ਅਗਨੀ, ਇੱਕ ਸਮਾਨ ਅਗਨੀ, ਇੱਕ ਬੜਵਾ ਅਗਨੀ। ਗੁਰਮੁਖ ਪਿਆਰਿਓ, ਤੇ ਜਿਹੜੀ ਜਠਰਾ ਅਗਨੀ ਆ ਦੇਖੋ ਕਿਹੋ ਜੀ ਸਭ ਕੁਝ ਖਾਧਾ ਪੀਤਾ ਭਸਮ ਕਰ ਦਿੰਦੀ। ਜਿਹਦੀ ਉਹ ਅੱਗ ਮੱਧਮ ਪੈ ਜੇ ਨਾ ਤੇ ਕਹਿ ਦਿੰਦੇ ਨੂੰ ਵਾਧਾ ਹਜਮੀ ਹੋ ਗਈ, ਖਾਧਾ ਪੀਤਾ ਹਜਮ ਨਹੀਂ ਹੁੰਦਾ, ਇਹਦੀ ਜਠਰਾ ਅਗਨੀ ਮੱਧਮ ਪੈ ਗਈ ਆ। ਤੇ ਇਹੋ ਜੀ ਅੱਗ ਆ ਜਠਰਾ ਅਗਨੀ ਕਿ ਸਾਰਾ ਕੁਝ ਗੁਰਮੁਖ ਪਿਆਰਿਓ ਦੇਖੋ ਖਾਧਾ ਪੀਤਾ ਪਚਾਉਂਦੀ, ਉਹਦੇ ਵਿੱਚੋਂ ਤੱਤ ਕੱਢਦੀ ਹੈ, ਫੋਕ ਕੱਢਦੀ ਹੈ ਉਹ ਅੱਗ ਅੰਦਰ। ਇਹੋ ਜੀ ਮਸ਼ੀਨਰੀ ਪਰਮਾਤਮਾ ਨੇ ਲਾਈ ਹੈ ਤੇ ਪਰਮਾਤਮਾ ਨੇ ਤੈਨੂੰ ਉਸ ਅੱਗ ਦੇ ਵਿੱਚ ਹੱਥ ਦੇ ਕੇ ਰੱਖਿਆ। ਪਰਮਾਤਮਾ ਨੇ ਗੁਰਬਾਣੀ ਦਾ ਵਚਨ ਹੈ, ਸਤਿਗੁਰ ਕਹਿੰਦੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ। ਉਸ ਪਾਵਕ ਸਾਗਰ, ਪਾਵਕ ਅੱਗ ਦੇ ਸਾਗਰ ਦੇ ਵਿੱਚ, ਉਸ ਅੱਗ ਦੀਆਂ ਲਪਟਾਂ ਦੇ ਵਿੱਚ ਪਰਮਾਤਮਾ ਨੇ ਤੈਨੂੰ ਰੱਖਿਆ, ਮਾਂ ਦੇ ਪੇਟ ਵਿੱਚ, ਮਾਂ ਦੇ ਉਧਰ, ਮਾਂ ਦੇ ਗਰਭ ਵਿੱਚ। ਉਸ ਬਾਪੂ ਦਾ ਧਿਆਨ ਧਰ, ਉਸ ਪਰਮਾਤਮਾ ਦਾ ਧਿਆਨ ਧਰ ਜਿਹਨੇ ਤੈਨੂੰ ਉਸ ਅੱਗ ਵਿੱਚ ਗਰਭ ਅਗਨ ਮਹਿ ਜਿਹਨੇ ਉਵਾਰਿਆ ਤੇ ਤੇਰੀ ਰੱਖਿਆ ਕਰਕੇ ਤੇ ਤੈਨੂੰ ਪੈਦਾ ਕੀਤਾ, ਬਾਅਦ ਵਿੱਚ ਸੰਸਾਰ ਤੇ ਪ੍ਰਗਟ ਕੀਤਾ ਸਮੇਂ ਨਾਲ, ਤੇ ਫਿਰ ਬਾਹਰ ਵਿਵਸਥਾ ਤੁਝਿਆ ਪਿਆਰੇ ਦੁੱਧ, ਜਦੋਂ ਬਚਪਨ ਤੇਰੇ ਲਈ ਦੁੱਧ ਪੈਦਾ ਕੀਤਾ, ਭਰ ਜੋਬਨ ਜਵਾਨ ਹੋਇਆ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਤ ਸੈਨ ਮੁਖ ਪਿਆਓ, ਬੈਠ ਕੋ ਦੇਣ ਤੇਰੇ ਮੂੰਹ ਵਿੱਚ ਭੋਜਨ ਪ੍ਰਸ਼ਾਦਾ ਬੈਠੇ ਦੇ ਪਾਉਂਦੇ ਆ। ਪਰ ਸਤਿਗੁਰ ਕਹਿੰਦੇ ਮਨੁੱਖ ਇਹੋ ਜਿਹਾ ਨਿਰਗੁਣੀ ਆ ਰਿਹਾ, ਇਹੋ ਜਿਹਾ ਕਿਰਤ ਘਣ ਸਾਣ ਫਰਾਮੋਸ਼ ਹੈ, ਪਰਮਾਤਮਾ ਦੇ ਗੁਣਾਂ ਨੂੰ ਯਾਦ ਨਹੀਂ ਕਰਦਾ, ਉਹ ਵੱਡੇ ਦੀਆਂ ਵਡਿਆਈਆਂ ਨਾਲ ਨਹੀਂ ਜੁੜਦਾ। ਸਤਿਗੁਰ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਇਹੋ ਜਿਹਾ ਨਿਰਗੁਣੀ ਆ ਰਿਹਾ ਮਨੁੱਖ ਆ, ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ। ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਹਿਓ ਤੋਂ ਨਾਨਕ ਸੀਜੈ। ਤਾਂ ਹੀ ਸਤਿਗੁਰ ਕਹਿੰਦੇ ਪਰਮਾਤਮਾ ਤੂੰ ਆਪ ਹੀ ਬਖਸ਼ ਲੈ, ਆਪ ਹੀ ਜੀਵਾਂ ਨੂੰ ਤੁਮ ਦਾਤੇ ਠਾਕੁਰ ਪ੍ਰਤਪਾਲਕ, ਉਹ ਪ੍ਰਤਪਾਲਣਾ ਕਰਦਾ ਨਾਇਕ ਆਗੂ ਹੈ ਗੁਰਮੁਖ ਪਿਆਰੇ ਉਹ ਪਰਮਾਤਮਾ। ਖਸਮ ਹਮਾਰੇ ਖਸਮ ਏਕਾ ਪੁਰਖ ਸਬਾਈ ਨਾਰ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਨਿਮਖ ਮਾਤਰ ਨਿਮਖ ਨਿਮਖ ਹਰ ਪਲ ਹਰ ਸਾਸ ਹਰ ਸਵਾਸ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਪਰਮਾਤਮਾ ਸੀ ਤੇਰੇ ਹੀ ਆਸਰੇ ਆ, ਤੇਰਾ ਹੀ ਆਧਾਰ ਆ ਸਨ। ਜਿਹਵਾ ਏਕ ਕਵਣ ਗੁਣ ਕਹੀ ਹੈ ਪਰਮਾਤਮਾ, ਸਾਡੀ ਜਿਹਵਾ ਇੱਕ ਆ ਤੇ ਗੁਣ ਤੇਰੇ ਅਨੇਕਾਂ ਆ। ਕਵਣ ਗੁਣ ਕਹੀਏ ਤੇਰਾ, ਕਿਹੜਾ ਕਿਹੜਾ ਗੁਣ ਕਹੀਏ ਪਰਮਾਤਮਾ। ਤੂੰ ਮਾਂ ਦੇ ਗਰਭ ਵਿੱਚ ਰੱਖਦਾ, ਤੂੰ ਬਚਪਨ ਚ ਦੁੱਧ ਦਿੰਦਾ, ਜਵਾਨੀ ਚ ਪਦਾਰਥ ਭੋਜਨ ਦਿੰਦਾ, ਬੁਢਾਪੇ ਚ ਰਿਸ਼ਤੇਦਾਰ ਉੱਤੇ ਕਰਨ ਦਿੰਦਾ ਕਿ ਉਹ ਮੁੱਖ ਵਿੱਚ ਪਾਉਣ ਬੈਠੇ ਦੇ ਹੀ ਭੋਜਨ ਪਦਾਰਥ। ਪਰਮਾਤਮਾ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਜਿਹਵਾ ਏਕ ਕਵਣ ਗੁਣ ਕਹੀ ਹੈ। ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈ ਹੈ। ਪਰਮਾਤਮਾ ਬੇਸੁਮਾਰ ਨੇ ਗੁਣ ਤੇ, ਬੇਅੰਤ ਤੂੰ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣ, ਤੇਰੋ ਅੰਤ ਨਾ ਕਿਨਹੀ ਲਈ ਹੈ। ਨੇਤ ਨੇਤ ਕਥੰਤ ਬੇਦਾ, ਤੇਰਾ ਅੰਤ ਨਹੀਂ ਕੋਈ ਜਾਣ ਸਕਦਾ। ਤਾਂ ਹੀ ਗੁਰਮੁਖ ਪਿਆਰਿਓ ਆਓ ਉਸ ਪਰਮਾਤਮਾ ਦੇ ਗੋਲੇ ਬਣ, ਉਹਦੇ ਗੁਣ ਗਾਈਏ, ਜਿਹਦੇ ਗੁਣ ਕਥਨ ਵਿੱਚ ਨਹੀਂ ਆਉਂਦੇ ਕਿਹੜੇ ਕਿਹੜੇ ਗੁਣ ਗਾਈਏ। ਗੁਰਮੁਖ ਪਿਆਰਿਓ ਕਿੱਥੇ ਕਿੱਥੇ ਨੀ ਰੱਖਿਆ ਕਰਦਾ ਉਹ ਪਰਮਾਤਮਾ, ਕਿੱਥੇ ਕਿੱਥੇ ਨੀ ਜੀਵ ਦੀ ਗੁਰਮੁਖ ਪਿਆਰਿਓ ਬਾਂਹ ਫੜਦਾ ਪ੍ਰਤਪਾਲਣਾ ਕਰਦਾ। ਪਰ ਅਸੀਂ ਅਕਿਰਤ ਘਣ ਅਹਿਸਾਨ ਫਰਾਮੋਸ਼, ਉਹਦੀ ਬੰਦਗੀ ਨਹੀਂ ਕਰਦੇ, ਤਪ ਨਹੀਂ ਕਰਦੇ, ਉਹਦੇ ਅਹਿਸਾਨ ਮੰਦ ਨਹੀਂ ਹੁੰਦੇ, ਉਹਦੇ ਸ਼ੁਕਰ ਗੁਜ਼ਾਰ ਨਹੀਂ ਹੁੰਦੇ, ਉਹਦੇ ਚਲਾਏ ਰਾਹ ਤੇ ਨਹੀਂ ਚੱਲਦੇ।
ਗੁਰਮੁਖ ਪਿਆਰੇ ਆਓ ਜਪ ਵੀ ਲਓ ਸਾਰੇ ਪੜ੍ਹ ਵੀ ਲਓ ਦੇਹਵਾ ਏਕ ਕਵਣ ਗੁਣ ਕਹੀ ਹੈ ਬੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਏ ਸਾਰੇ ਰਸਨਾ ਸਫਲੀ ਕਰਿਆ ਗੁਰੂ ਕੋਈ ਰਸਨਾ ਵਾਂਝੀ ਨਾ ਰਹੇ ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਗੁਣ ਗਾਣ ਅਸਰਾਜ ਇੱਕ ਤੇ ਅਨੇਕਾਂ ਗੁਣ ਤੇਰੇ ਹਾਂ ਕਿਹੜੇ ਗੁਣ ਗਾਣ ਮਾਲ ਕਰ ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਗੁਣ ਗਾਣ ਮਾਲ ਕਰ ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ ਕਵਣ ਗੁਣ ਕਹੀ ਹੈ ਬੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਧਾਰੇ ਜਿਹਦਾ ਏਕ ਕਵਣ ਗੁਣ ਕਹੀ ਹੈ ਬੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ ਤੇਰਾ ਅੰਤ ਕੌਣ ਜਾਣ ਸਕਦਾ ਅਣਤ ਕੋ ਚਾਹਣ ਜੋ ਗਏ ਸੇ ਆਏ ਅਣਤ ਗਵਾਏ ਜਿਹਨਾਂ ਅਣਤ ਪਾਉਣਾ ਚਾਹਿਆ ਉਹਨਾਂ ਦਾ ਆਪ ਦਾ ਅੰਤ ਗਵਾਚ ਗਿਆ ਲੂਣ ਦੀ ਡਲੀ ਸਮੁੰਦਰ ਵਿੱਚ ਗਈ ਕਹਿੰਦੀ ਸਮੁੰਦਰ ਦੀ ਡੂੰਘਾਈ ਮਾਪ ਕੇ ਆਉਂਦੀ ਥੋੜਾ ਜਿਹਾ ਗਾਂਹ ਗਈ ਖੁਰ ਕੇ ਸਮੁੰਦਰ ਦਾ ਰੂਪ ਹੋ ਗਈ ਮੁੜ ਕੇ ਵਾਪਸ ਆ ਕੇ ਨਹੀਂ ਦੱਸਿਆ ਵੀ ਸਮੁੰਦਰ ਡੂੰਘਾ ਕਿੰਨਾ ਲੰਬਾਈ ਚੜਾਈ ਕੀ ਡੂੰਘਾਈ ਕੀ ਆ ਪਰਮਾਤਮਾ ਦਾ ਅੰਤ ਨਹੀਂ ਗੁਰਮੁਖ ਪਿਆਰਿਓ ਨਹੀਂ ਜਾਣ ਸਕਿਆ ਹਰ ਕੀ ਗੱਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰਬ ਲੋਕ ਸਿਆ ਨਹੀਂ ਉਹਦਾ ਆਦਿ ਅੰਤ ਗੁਰਮੁਖ ਪਿਆਰਿਓ
एहो अंत ना जाने कोई बहुता कही है बहुता है। महिमा नहीं जाने वेद ब्रह्मे नहीं जाने भेद अवतार ना जाने अंत परमेश्वर पार ब्रह्म बेअंत बेअंत आओ परमात्मा ओदे गुले बन जाइए रखिया करदा गुरमुख प्यारे धर्म निभाउंदा परमात्मा अपने प्यारियां दी बांह फड़दा रखिया करदा परमात्मा अपने प्यारियां दे अंग संग खड़दा ओ परमात्मा नु समर्पित हो गुरु नु समर्पित हो जाइए। देखो गुरु दा बनिया सी भाई जोगा जे गुरु दा वचन मन के आनंद कारज छड़ के विचाले तुरिया ते गुरु ने गुरमुख प्यारे पहरेदार बन के विश्वामां दे द्वारे ते पहरा दिता गुरु भी जा खड़िया गुरु ने ओदा धर्म निभाया ओने वचन पालिया ते गुरु ने ओदा धर्म बचाया ओनू नरक अग विशियां दी अग विच डिगण नहीं दिता परमात्मा गुरु ने। भाई जोगे दा प्रसंग तुहाडे सामने भाई संत राम गुरु अर्जुन देव महाराज दा सिख होया किवें धर्म निभाया उहने सिदक निभाया ते उहदा गुरमुख प्यारियो धर्म जदों चढ़ाई कर गया ना कतल कर दिता मुगलां ने जहांगीर बादशाह दा समां उहदा शहीद होए दा उहदा चढ़ाई कीते दा गुरमुख प्यारियो धर्म सतगुर ने निभाया सतगुर ने परमात्मा किन्ने को दे गुण गाइए केड़े पाख तो गाइए रिजक भी दिंदा पैदा करदा प्रतिपालना भी करदा मार आपे जीवाल दा सतगुर मेरा मार जीवाल है सतगुर मेरा सर प्रतपाल है। गुरु अर्जुन दे महाराज दा सिख भाई संत राम सतगुर दे चरणा च आके सिख बनिया सिखी लई गुरमुख प्यारे गुर मंत्र लिया जपिया रोम रोम विच वसिया गुर सिख दे ते दुनियावी उपजीविका लई नौकरी करदा ही जहांगीर दे दरबार बादशाह दे महलां विच ड्यूटी सी पहरेदार दी भाई संत राम दी गुरु का सिख है बाणी पढ़दा क्योंकि सिख जिथे भी है खेती करदिआं कम कार करदिआं बिजनेस व्यापार करदिआं उठदिआं बहिंदिआं तुरदिआं फिरदिआं उहने जपणा समा बणे ते वेले गुरमुख प्यारे वेला ते बैठ के भी जप सकदा नहीं ते हाथ पाऊं कर काम सब चीत निरंजन नाल जे समा नहीं है जे समा ते भावे भोरे च बह के जप ले चुबारे च बह के जप ले उजाड़ बिया बहण च बह के जप ले जे नहीं समा ते गुरमुख प्यारे तुरदे फिरदे वी मार्ग चलत हरे हर गाई है उठत बैठत सूबत नाम कहो नानक जन कै सद काम उठदियां बहिंदियां मार्ग चलदियां गुरमुख प्यारे जपना जिथे भी होवे सिख जिवें मछली दा जीवन पाणी है सिख दा जीवन बाणी है। गुरु का सिख बाणी पढ़न वाला सिमरन करन वाला भाई संत राम गुरमंत्र लिया जपदा बादशाह जहांगीर दे दरबार च पहरेदार है पर जपदा सतगुर दा गोला सेवक बनिया तुमरी सरन तुम्हारी आसा तुम ही सजन सुहेले राखो राखन हार दयाला नानक घर के परमात्मा रख लो सानू अपने दर घर दे गोले बना सेवक बना समर्पित हो जाइए सतगुर दे दर ना सतगुर दर दे गोले बन जाइए कूकर बन जाइए झाड़ू बरदार बन जाइए सतगुर दे दर दे जे लोग सुखिया पर लोग सुहेला करना जीवन सफला करना आओ ना गुरसिखां दा जीवन साडे लई चानण मनारे जिन्हां नाम जपिया जिन्हां कुर्बानियां कीतियां जिन्हां हठियां जपियां तपियां अरदास विच भी जेकर आउंदा ना जिन्हां नाम जपिया वंड छकिया देख चलाई तेग वाई ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਗੁਰਸਿੱਖਾਂ ਸਤਿਪੁਰਖਾਂ ਨਾ ਕੁਰਬਾਨੀ ਵਾਲਿਆਂ ਨੂੰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਦੀਪ ਸਿੰਘ ਵਰਗੇ ਸਰਲੱਥ ਯੋਧੇ ਬੰਦ ਬੰਦ ਕਟਾਉਣ ਵਾਲੇ ਖੋਪੜੇ ਲਵਾਉਣ ਵਾਲੇ ਉਬਲਦੀਆਂ ਦੇਗਾਂ ਚੁੱਭਣ ਵਾਲੇ ਅੱਜ ਉਹਨਾਂ ਨੂੰ ਯਾਦ ਕਰਦੇ ਤੇ ਅੱਜ 8 ਅਪ੍ਰੈਲ ਦਾ ਦਿਨ ਆ ਸਿੱਖ ਸੰਘਰਸ਼ ਦਾ ਗੁਰਮੁਖ ਪਿਆਰੇ ਦਿਨ ਦੇਖੀਏ ਕੌਮ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਦਾ ਸੰਘਰਸ਼ ਆਰੰਭਿਆ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿ ਕੌਮ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਚਾਹੀਦੀ ਆ ਸਿੱਖ ਕੌਮ ਵੱਖਰੀ ਧਰਮ ਵੱਖਰਾ ਤੇ ਸਾਡੀ ਮਾਣ ਮਰਜ਼ਾਦਾ ਸਾਡਾ ਆਣ ਸ਼ਾਨ ਜੋ ਸਾਡਾ ਬਣਦਾ ਸਿੱਖਾਂ ਨੂੰ ਮਿਲਣਾ ਚਾਹੀਦਾ ਤੇ ਖਿਆਲ ਕਰਿਓ ਸੰਘਰਸ਼ ਵਿੱਚ ਕੁੱਦੇ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਭਾਈ ਜੁਗਰਾਜ ਸਿੰਘ
ਜੋ ਸਿੱਖ ਸੰਘਰਸ਼ ਵਿੱਚ ਭਾਈ ਜੁਗਰਾਜ ਸਿੰਘ ਤੂਫਾਨ ਦੇ ਨਾਂ ਨਾਲ ਮਸ਼ਹੂਰ ਹੋਇਆ, ਜਾਣਿਆ ਜਾਂਦਾ, ਜਿਹਨੂੰ ਅਮਨ ਦਾ ਦੇਵਤਾ ਕਹਿੰਦੇ। ਅੱਜ ਉਸਦਾ ਸ਼ਹਾਦਤ ਦਾ ਦਿਨ ਹੈ, ਅੱਜ ਉਹਨਾਂ ਨੂੰ ਵੀ ਯਾਦ ਕਰ ਲਈਏ। ਸਿੱਖ ਸੰਘਰਸ਼ ਦਾ ਯੋਧਾ ਉਹ ਮਹਾਨ ਖਾੜਕੂ ਸਿੰਘ ਗੁਰਮੁਖ ਪਿਆਰਿਓ ਭਾਈ ਜੁਗਰਾਜ ਸਿੰਘ ਤੂਫਾਨ, ਗੁਰਦਾਸਪੁਰ ਦੀ ਧਰਤੀ ਦਾ ਗੁਰਮੁਖ ਪਿਆਰਿਓ, ਪਿੰਡ ਮਾੜੀ ਬੁੱਚੀਆਂ ਚੀਮਾ ਖੁੱਡੀ ਗੁਰਮੁਖ ਪਿਆਰਿਓ, ਉਸ ਜਗ੍ਹਾ ਦੇ ਉੱਤੇ ਗਦਾਰ ਦੀ ਗਦਾਰੀ ਦੇ ਕਾਰਨ ਅੱਜ ਦੇ ਦਿਨ ਮੁਕਾਬਲਾ ਲੜਦਾ ਹੋਇਆ ਸ਼ਹਾਦਤ ਦਾ ਜਾਮ ਪੀਤਾ। ਇਹੋ ਜਿਹਾ ਸਿੰਘ ਸੀ ਉਸ ਸਮੇਂ ਜਦੋਂ ਉਸ ਇਲਾਕੇ ਦੇ ਹਿੰਦੂ ਵੀਰ ਪਲਾਇਨ ਕਰ ਰਹੇ ਸੀ ਨਾ ਕਿ ਇਸ ਇਲਾਕੇ ਚੋਂ, ਕਿਉਂਕਿ ਮਾਝਾ ਅਗਾਂਹ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਗੁਰਦਾਸਪੁਰ ਦਾ ਇਲਾਕਾ, ਉਹਨੇ ਘਰਾਂ ਵਿੱਚ ਜਾ ਕੇ ਹਿੰਦੂ ਵੀਰਾਂ ਨੂੰ ਆਖਿਆ ਤੁਹਾਡੇ ਨਾਲ ਸਾਡੀ ਲੜਾਈ ਨੀ, ਸਾਡੀ ਲੜਾਈ ਤੇ ਸੈਂਟਰ ਗੌਰਮੈਂਟ ਨਾਲ ਆ, ਅਸੀਂ ਆਪਣਾ ਹੱਕ ਚਾਹੁੰਦੇ, ਸਾਡੀ ਕਿਸੇ ਧਰਮ ਦੇ ਫਿਰਕੇ ਦੇ ਖਿਲਾਫ ਨਹੀਂ ਲੜਾਈ, ਤੁਸੀਂ ਐਵੇਂ ਨਾ ਪਲਾਇਨ ਕਰੋ। ਘਰਾਂ ਵਿੱਚ ਜਾ ਕੇ ਉਹਨਾਂ ਨੇ ਗੁਰਮੁਖ ਪਿਆਰੇ ਉਹਨਾਂ ਨੂੰ ਧਰਵਾਸ ਦਿੱਤੀ ਤੇ ਉਹਨਾਂ ਦੀ ਰੱਖਿਆ ਕੀਤੀ ਸੀ ਭਾਈ ਜੁਗਰਾਜ ਸਿੰਘ ਤੂਫਾਨ। ਤੇ ਮੈਂ ਤੁਹਾਨੂੰ ਦੱਸ ਦਿਆਂ, ਕਿਉਂਕਿ ਮੇਰਾ ਇਲਾਕਾ ਗੁਰਦਾਸਪੁਰ ਜੰਪਲ ਧਰਤੀ ਹੈ, ਜਦੋਂ ਸ਼ਹੀਦ ਹੋਇਆ ਮੈਂ ਸਕੂਲ ਵਿੱਚ ਪੜ੍ਹਦਾ ਸੀ ਉਸ ਵੇਲੇ 90-91 ਦੀ ਗੱਲ, ਗੁਰਮੁਖ ਪਿਆਰੇ ਉਸ ਵੇਲੇ ਮੇਰੇ ਯਾਦ ਆ ਕਿ ਉਸ ਵੇਲੇ ਸ਼ਾਇਦ ਮੈਂ ਉਦੋਂ ਟਕਸਾਲ ਵਿੱਚ ਆ ਗਿਆ ਸੀ, ਦਮਦਮੀ ਟਕਸਾਲ, ਜਦੋਂ ਸਿੰਘ ਦੀ ਸ਼ਹਾਦਤ ਹੋਈ ਆ, ਉਮੜ ਪਈਆਂ ਸੀ ਸੰਗਤਾਂ, ਇਲਾਕਾ ਸਾਰਾ, ਉਦੋਂ ਸਿੰਘਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਨਹੀਂ ਸੀ ਦਿੱਤੀਆਂ ਜਾਂਦੀਆਂ, ਸਰੀਰ ਪਰਿਵਾਰਾਂ ਨੂੰ ਸੀ ਨਹੀਂ ਦਿੰਦੀ ਸਰਕਾਰ ਉਸ ਵੇਲੇ, ਆਪ ਵੀ ਖੁਦ ਉਹਨਾਂ ਦਾ ਗੁਰਮੁਖ ਪਿਆਰੇ ਕੱਚਾ ਭੁੰਨਾ ਸੰਸਕਾਰ ਜਿਸ ਤਰ੍ਹਾਂ ਹੋਵੇ ਸਰਕਾਰ ਤੋਂ ਉਹ ਕਰ ਦਿੰਦੇ ਸਨ, ਗੁਰਮਰਿਆਦਾ ਅਨੁਸਾਰ ਨਹੀਂ ਸੀ ਕਰ ਦਿੰਦੇ, ਪਰਿਵਾਰਾਂ ਨੂੰ ਸਰੀਰ ਵੀ ਨਹੀਂ ਸੀ ਦਿੰਦੇ। ਪਰ ਜਦੋਂ ਸ੍ਰੀ ਹਰਗੋਬਿੰਦਪੁਰ ਥਾਣਾ ਜਾ ਕੇ ਰਿਹਾ ਸੰਗਤਾਂ, ਹਜ਼ਾਰਾਂ ਲੱਖਾਂ ਸੰਗਤਾਂ ਨੇ ਸਰੀਰ ਲਏ ਉਹਨਾਂ ਸਿੰਘਾਂ ਦੇ, ਸੰਸਕਾਰ ਕੀਤਾ, ਤੇ ਜਦੋਂ ਅੰਤਮ ਅਰਦਾਸ ਭੋਗ ਪਿਆ ਨਾ, ਅੱਜ ਤੱਕ ਏਡਾ ਕਿਸੇ ਦੇ ਗੁਰਮੁਖ ਪਿਆਰੇ ਇਕੱਠ ਨਹੀਂ ਹੋਇਆ ਕਿਸੇ ਖਾੜਕੂ ਸਿੰਘ ਦੇ ਭੋਗ ਦੇ ਉੱਪਰ ਜਿੱਡਾ ਭਾਈ ਜੁਗਰਾਜ ਸਿੰਘ ਤੂਫਾਨ ਦੇ। ਉਸ ਵੇਲੇ ਦੀਆਂ ਅਖਬਾਰਾਂ, ਉਸ ਵੇਲੇ ਦੇ ਲੋਕ ਕਹਿੰਦੇ 5 ਲੱਖ ਤੋਂ ਵੱਧ ਦਾ ਇਕੱਠ ਸੀ ਉਸ ਸਿੰਘ ਦੇ ਭੋਗ ਵਾਲੇ ਦਿਨ। ਗੱਜ ਕੇ ਆਖੋ ਸਤਨਾ। 5 ਭੈਣਾਂ ਦਾ ਇਕਲੌਤਾ ਭਰਾ ਜਿਹਨੇ ਧਰਮ ਦੀ ਲੜਾਈ ਲੜੀ, ਤੇ ਜਦੋਂ ਸ਼ਹੀਦ ਹੋਇਆ ਨਾ, ਇਹ ਨਹੀਂ ਵੀ ਉਹਨੇ ਘਰ ਪਰਿਵਾਰ ਬਣਾਇਆ, ਧਨ ਦੌਲਤ ਪੈਸਾ ਇਕੱਠਾ ਕੀਤਾ, ਲੁੱਟਿਆ, ਕੋਈ ਇਹ ਕਰਮ ਨਹੀਂ ਸੀ। ਜਿਸ ਦਿਨ ਸ਼ਹੀਦ ਹੋਇਆ, ਲੋਕਾਂ ਦੇ ਘਰਾਂ ਵਿੱਚ ਤੇ ਲਾਈਟ ਲੱਗੀ ਸੀ, ਉਹਦੇ ਘਰ ਵਿੱਚ ਉਦਣ ਵੀ ਦੀਵਾ ਜਗਦਾ ਸੀ, ਦੀਵਾ, ਲਾਈਟ ਦਾ ਵੀ ਪ੍ਰਬੰਧ ਨਹੀਂ ਸੀ, ਲਾ ਸਕਦਾ ਸੀ ਉਹ। ਪਰ ਜਿਹਨਾਂ ਕੌਮ ਲਈ ਸੇਵਾ ਕੀਤੀ, ਧਰਮ ਲਈ ਸੇਵਾ ਕੀਤੀ, ਸੇਵਾ ਦੇਸ਼ ਕੌਮ ਧਰਮ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ, ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਦਾ ਨਾਂ ਵਰਤ ਵਰਤ ਕੇ ਬੜੇ ਲੋਕਾਂ ਨੇ ਘਰ ਬਾਰ ਬਣਾਏ ਹੋਣਗੇ। ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਕੁਰਬਾਨੀ ਕੀਤੀ, ਅੱਜ ਉਹਨਾਂ ਦਾ ਨਾਂ ਵਰਤ ਕੇ ਬਥੇਰਿਆਂ ਤੋਰੀ ਫੁਲਕਾ ਚਲਾਇਆ ਹੋਊਗਾ, ਬਥੇਰਿਆਂ ਲੋਕਾਂ ਨੇ ਕਹਿ ਕਹਿ ਕੇ ਗੁਰਮੁਖ ਪਿਆਰੇ ਉਹਨਾਂ ਦਾ ਨਾਂ, ਕਿਉਂ? ਕਿਉਂਕਿ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਵੇਲੇ ਤੇ ਪਛਾਣ ਹਟ ਜਾਂਦੇ ਆ, ਜਿਹੜੇ ਰਾਹ ਤੇ ਉਹ ਚੱਲਦੇ ਸੀ, ਗੁਰੂ ਗ੍ਰੰਥ ਪੰਥ ਮਰਜ਼ਾਦਾ ਤੇ ਉਹ ਮਰਜ਼ਾਦਾ ਤੇ ਹੈ ਨਹੀਂ ਆ, ਉਹ ਰਾਹ ਤੇ ਹੈ ਨਹੀਂ ਆ, ਉਸ ਰਾਹ ਤੇ ਤੁਰਨ ਤੋਂ ਤੇ ਡਰ ਲੱਗਦਾ, ਬਸ ਉਹਨਾਂ ਦਾ ਨਾਂ ਵਰਤ ਕੇ ਦੇਸਾਂ ਪਰਦੇਸਾਂ ਚ ਬਥੇਰਿਆਂ ਨੇ ਸੁੱਖ ਦੇ ਸਾਧਨ ਬਣਾਏ ਹੋਣਗੇ, ਬਥੇਰੇ ਅਸ਼ਪ੍ਰਸਤੀ ਦੇ ਅੱਡੇ ਘਰ ਬਾਰ ਧਨ ਦੌਲਤ ਪੈਸਾ ਸੁੱਖ ਦੇ ਸਾਧਨ ਬਣਾਏ ਹੋਣਗੇ ਉਹਨਾਂ ਦਾ ਨਾਂ ਵਰਤ ਕੇ, ਪਰ ਉਹਨਾਂ ਸਿੰਘਾਂ ਦਾ ਗੁਰਮੁਖ ਪਿਆਰੇ ਉਹਨਾਂ ਸੰਤ ਮਹਾਂਪੁਰਸ਼ਾਂ ਦਾ ਜੀਵਨ ਦੇਖੋ ਕਿ ਜਿਹਨਾਂ ਨੇ ਕੁਰਬਾਨੀ ਕੌਮ ਲਈ ਧਰਮ ਲਈ ਕੀਤੀ, ਉਹਨਾਂ ਨੇ ਧਨ ਪਦਾਰਥ ਬਿਜ਼ਨਸ ਵਪਾਰ ਨਹੀਂ ਕੀਤਾ, ਅੱਜ ਤੇ ਉਹਨਾਂ ਦੇ ਨਾਂ ਤੇ ਵਪਾਰ ਹੁੰਦਾ। ਮਾਫ ਕਰਿਓ ਗੁਰਮੁਖ ਪਿਆਰੇ ਭਾਈ ਜੁਗਰਾਜ ਸਿੰਘ ਤੂਫਾਨ, ਤੂਫਾਨ ਸਿੰਘ ਵੀ ਉਹਨੂੰ ਕਹਿੰਦੇ ਸਨ, ਤੂਫਾਨ ਸਿੰਘ, ਇਹੋ ਜਿਹਾ ਯੋਧਾ ਗੁਰਮੁਖ ਪਿਆਰੇ ਭਾਈ ਜੁਗਰਾਜ ਸਿੰਘ ਤੂਫਾਨ, ਸਾਥੀ ਦੀ ਗਦਾਰੀ ਨੇ ਜੋ ਬਲੈਕ ਐਡਸ ਨਾਲ ਗੁਰਮੁਖ ਪਿਆਰੇ ਸਰਕਾਰ ਨੇ ਵਾੜਿਆ ਰਲਿਆ ਸੀ, ਮੁਕਾਬਲੇ ਤੋਂ ਆਏ ਆਰਾਮ ਕਰ ਰਹੇ ਸੀ, ਸਰੀਰ ਠੀਕ ਨਹੀਂ, ਜਰਕਾਨ ਹੋਇਆ ਸੀ, ਬੁਖਾਰ ਵਿਗੜਿਆ, ਇੱਕ ਗੁਰਮੁਖ ਪਿਆਰਿਓ ਰਾਈਫਲ ਡਰਮ ਗਨ ਸੀ ਉਹਦੀ ਪਿੰਨ ਕੱਢ ਕੇ ਗਰੀਸ ਸੈਦ ਭਰ ਕੇ ਗੁਰਮੁਖ ਪਿਆਰਿਓ ਤੇ ਜਾ ਖਬਰ ਦਿੱਤੀ
ਤੇ ਸਿੰਘਾਂ ਨੇ ਗੁਰਮੁਖ ਪਿਆਰਿਓ ਜਦੋਂ ਮੁਕਾਬਲਾ ਸ਼ੁਰੂ ਕੀਤਾ ਹਥਿਆਰ ਨਕਾਰਾ ਸੀ ਪਰ ਫਿਰ ਵੀ ਗੁਰਮੁਖ ਪਿਆਰਿਓ ਮੁਕਾਬਲਾ ਲੜਿਆ ਸ਼ਹਾਦਤ ਹੋਈ ਉਹ ਸਿੰਘ ਦੀ ਅੱਜ ਅੱਠ ਅਪ੍ਰੈਲ ਦਾ ਦਿਨ ਹੈ ਸਿਜਦਾ ਉਹਨਾਂ ਦੀਆਂ ਸ਼ਹਾਦਤਾਂ ਨੂੰ ਪੁਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਨੂੰ ਜਿਹੜੇ ਕੌਮ ਖਾਤਰ ਧਰਮ ਖਾਤਰ ਜੂਝੇ ਆ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦਾ ਜੀਵਨ ਸਾਡੇ ਲਈ ਚਾਨਣ ਮੁਨਾਰਾ ਉਹ ਮੈਂ ਬੇਨਤੀ ਕਰ ਰਿਹਾ ਸੀ ਜਿਹੜੇ ਗੁਰਸਿੱਖ ਗੁਰੂ ਦੇ ਰਾਹ ਤੇ ਚੱਲੇ ਹੱਠੀਆਂ ਜੱਪੀਆਂ ਤੱਪੀਆਂ ਦੀ ਗੱਲ ਗੁਰਮੁਖ ਪਿਆਰੇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇਵ ਸੁਣ ਕੇ ਅੰਡਿਠ ਕੀਤਾ ਜਿਨ੍ਹਾਂ ਯੋਧਿਆਂ ਨੇ ਗੁਰਮੁਖ ਪਿਆਰੇ ਉਹਨਾਂ ਦਾ ਜੀਵਨ ਸਾਡਾ ਮਾਰਗ ਦਰਸ਼ਨ ਕਰਦਾ ਉਹਨਾਂ ਦੇ ਜੀਵਨ ਤੋਂ ਅਸੀਂ ਸਿੱਖਿਆ ਲੈ ਲਈਏ ਉਹਨਾਂ ਦੇ ਜੀਵਨ ਤਾਂ ਜਿਹੜੇ ਸਤਿਗੁਰ ਦੇ ਰਾਹ ਤੇ ਚੱਲੇ ਗੁਰੂ ਦੇ ਦਰ ਦੇ ਬਣ ਕੇ ਸਮਰਪਿਤ ਹੋਏ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਨੂੰ ਆਓ ਅਸੀਂ ਵੀ ਸਮਰਪਿਤ ਹੋ ਜਾਈਏ ਭਾਈ ਜੋਗਾ ਸਮਰਪਿਤ ਹੋਇਆ ਜੇ ਸਤਿਗੁਰ ਨੇ ਆਖਿਆ ਬੱਚੇ ਨੂੰ ਪੁੱਛੜ ਦਾ ਸੇਵਾ ਕਰਦੇ ਨੂੰ ਆਖਿਆ ਕਾਕਾ ਤੇਰਾ ਨਾਂ ਕੀ ਆਖਿਆ ਮਹਾਰਾਜ ਮੇਰਾ ਨਾਂ ਭਾਈ ਜੋਗਾ ਤੇ ਸਤਿਗੁਰਾਂ ਆਖਿਆ ਕਿਹਦੇ ਜੋਗਾ ਆਖਿਆ ਮੈਂ ਗੁਰੂ ਜੋਗਾ ਅਸੀਂ ਪੜ੍ਹਦੇ ਸੁਣਦੇ ਹਾਂ ਸਾਰੇ ਪਰ ਉਹ ਸਿੱਖਿਆ ਗ੍ਰਹਿਣ ਕਰ ਲਈਏ ਇਹ ਸਾਖੀਆਂ ਅਸੀਂ ਬਹੁਤ ਪੜੀਆਂ ਸੁਣੀਆਂ ਪੜ੍ਹਨੀਆਂ ਨੇ ਸੁਣਨੀਆਂ ਨੇ ਸਾਖੀਆਂ ਤੋਂ ਸਮਝ ਮਿਲਦੀ ਹੈ ਪਰ ਇਹਨਾਂ ਨੂੰ ਹਿਰਦੇ ਚ ਵਸਾਉਣਾ ਹੈ ਅਸੀਂ ਇਹਨਾਂ ਤੋਂ ਸਿੱਖਿਆ ਲੈਣੀ ਹੈ ਇਸ਼ਾਰਾ ਕੀ ਮਿਲਦਾ ਸਾਨੂੰ ਗੁਰਬਾਣੀ ਗੁਰਮੁਖ ਪਿਆਰੇ ਪੜ੍ਹਦੇ ਸੁਣਦੇ ਇਸ਼ਾਰਾ ਕੀ ਮਿਲਦਾ ਇਤਿਹਾਸ ਪੜ੍ਹਦੇ ਸਾਖੀਆਂ ਪੜ੍ਹਦੇ ਆ ਇਸ਼ਾਰਾ ਕੀ ਮਿਲਦਾ ਇਤਿਹਾਸਕ ਸਾਖੀਆਂ ਸਾਡੇ ਲਈ ਚਾਨਣ ਮੁਨਾਰਾ ਨੇ ਅੱਜ ਤੇ ਮਾਫ ਕਰਿਓ ਇਤਿਹਾਸ ਨੂੰ ਵੀ ਰੱਦ ਕੀਤਾ ਜਾ ਰਿਹਾ ਨਵੇਂ ਪੜਾਕੂ 16 ਦੂਣੀ 8 ਹੁੰਦਾ ਤੇ 8 ਦੂਣੀ 16 ਇਹ 16 ਦੂਣੀ 8 ਕਰਨ ਤੁਰੇ ਕਹਿੰਦੇ ਇਤਿਹਾਸ ਨੂੰ ਅਸੀਂ ਮੰਨਦੇ ਹੀ ਨਹੀਂ ਤੇ ਕੱਲਾ ਬਾਣੀ ਨੂੰ ਮੰਨਦੇ ਹਾਂ ਉਹ ਜੇ ਇਤਿਹਾਸ ਹੀ ਤੁਸੀਂ ਰੱਦ ਕਰ ਦਿੱਤਾ ਤੇ ਕਿੱਥੋਂ ਲਓਗੇ ਤੇ ਇਤਿਹਾਸ ਚ ਲਿਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਹੀ ਨਹੀਂ ਆ ਜੇ ਤੁਸੀਂ ਇਤਿਹਾਸ ਨੂੰ ਛੱਡਤਾ ਤੇ ਜੇ ਤੁਹਾਨੂੰ ਕਿਸੇ ਨੇ ਸਵਾਲ ਕਰਤਾ ਵੀ ਦੱਸੋ ਤੁਹਾਡੇ 10 ਗੁਰੂ ਕਿੱਥੇ ਹੋਏ ਆ ਕਿੱਥੇ ਆ ਤੁਹਾਡੇ ਕੋਲ ਪ੍ਰੂਫ ਤੇ ਤੁਸੀਂ ਕਹੋਗੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਦਾ ਨਾਂ ਹੀ ਨਹੀਂ ਹੈਗਾ ਇਹ ਤੇ ਅਧਿਆਤਮਕ ਆ ਰੂਹਾਨੀਆਂ ਤੇ ਆ 10 ਗੁਰੂਆਂ ਨੇ ਜੋ ਗਿਆਨ ਦਿੱਤਾ ਸਾਨੂੰ ਤੇ ਲੜ ਲਾਇਆ ਸਾਨੂੰ ਤੇ ਹੁਕਮ ਕਰ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐ ਸਮਝੋ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਇਤਿਹਾਸ ਤੋਂ ਬਿਨਾਂ ਵੀ ਨਹੀਂ ਸਰਦਾ ਅੱਜ ਕਹਿੰਦੇ ਨਹੀਂ ਇਤਿਹਾਸ ਪਰੇ ਕਰ ਦਿਓ ਇਤਿਹਾਸ ਪਾਸੇ ਰੱਖ ਦਿਓ ਤੇ ਜੇ ਪਾਸੇ ਰੱਖਦਾ ਇਤਿਹਾਸ ਤੇ ਫਿਰ ਤੁਹਾਨੂੰ ਕੋਈ ਕਹੇ ਵੀ ਤੁਹਾਡੇ ਤੇ 10 ਗੁਰੂ ਹੋਏ ਹੀ ਨਹੀਂ ਆ ਐਵੇਂ ਹੀ ਕਹੀ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਚ ਤੇ ਲਿਖਿਆ ਨਹੀਂ ਆ ਫਿਰ ਕਿੱਥੋਂ ਵਿਸ਼ਵਾਸ ਦਵਾਓਗੇ ਫਿਰ ਉਹਨਾਂ ਗੁਰਸਥਾਨਾਂ ਤੇ ਲੈ ਕੇ ਜਾਓਗੇ ਨਾ ਆਹ ਗੁਰਸਥਾਨ ਗੁਰੂ ਨਾਨਕ ਸਾਹਿਬ ਦਾ ਆਹ ਗੁਰੂ ਅੰਗਦ ਦੇਵ ਸਾਹਿਬ ਦਾ ਆਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਉਹਨਾਂ ਸਥਾਨਾਂ ਤੇ ਇੱਥੇ ਚਰਨ ਪਾਏ ਤੇ ਉਹਨਾਂ ਤੇ ਅਸਥਾਨਾਂ ਦੀਆਂ ਸਾਖੀਆਂ ਨੇ ਫਿਰ ਹੁਣ ਤੇ ਬਹੁਤੇ ਕਹੀ ਜਾਂਦੇ ਸਥਾਨ ਵੀ ਢਾ ਦਿਓ ਵੀ ਇਤਿਹਾਸ ਹੀ ਨਹੀਂ ਹੈਗਾ ਆ ਕੇ ਦੱਸੋ ਹੁਣ ਤੇ ਨਾ ਇਤਿਹਾਸ ਨੂੰ ਮੰਨਣਾ ਨਾ ਇਤਿਹਾਸਕ ਗੁਰਦੁਆਰਿਆਂ ਨਾ ਤੇ ਨਾ ਉੱਥੇ ਲਿਖ ਕੇ ਲਾਏ ਬੋਰਡ ਇਤਿਹਾਸ ਤੇ ਫਿਰ ਗੱਲ ਕਿੱਧਰ ਨੂੰ ਜਾ ਰਹੀ ਹੈ ਕਿਸ ਪਾਸੇ ਨੂੰ ਕਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਗੁਰਮੁਖ ਪਿਆਰਿਓ ਜਾਂ ਤੇ ਅਣਜਾਣਪੁਣਾ ਬੇਸਮਝੀ ਅਗਿਆਨਤਾ ਤੇ ਜਾਂ ਪਿੱਛੇ ਕੋਈ ਸਾਜ਼ਿਸ਼ ਹੈ ਜੋ ਸਾਡੇ ਇਤਿਹਾਸ ਨੂੰ ਗੁਰਮੁਖ ਪਿਆਰਿਓ ਖਤਮ ਕਰਨਾ ਚਾਹੁੰਦੇ ਆ ਏਡਾ ਗੌਰਵਮਈ ਸੰਘਰਸ਼ਮਈ ਸਾਡਾ ਗੁਰੂਆਂ ਦਾ ਸਾਹਿਬਜ਼ਾਦਿਆਂ ਦਾ ਸੰਤ ਮਹਾਂਪੁਰਸ਼ਾਂ ਦਾ ਸਿੰਘਾਂ ਸ਼ਹੀਦਾਂ ਦਾ ਏਡਾ ਵੱਡਾ ਇਤਿਹਾਸ ਦੁਨੀਆਂ ਕੋਲੇ ਹੋ ਗਿਆ ਇਤਿਹਾਸ ਨਹੀਂ ਹੈਗਾ ਤੇ ਅਸੀਂ ਖੁਦ ਹੀ ਖਤਮ ਕਰਨ ਲੱਗ ਗਏ ਹਾਂ ਜੇ ਕੋਈ ਇਤਿਹਾਸ ਵਿੱਚ ਮਿਲਾਵਟਾਂ ਨੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਉਹਨਾਂ ਮਿਲਾਵਟਾਂ ਨੂੰ ਕੱਢ ਦਿਓ ਕਿ ਗੁਰੂ ਨਾਨਕ ਸਾਹਿਬ ਨੇ ਸ਼ਰਾਧ ਕਰਾਏ ਕੱਢ ਦਿਓ ਇਹ ਮਿਲਾਵਟ ਹੋਈ ਆ ਸ਼ਰਾਧਾਂ ਨੂੰ ਤੇ ਸਤਿਗੁਰ ਨੇ ਭੰਡਿਆ ਜੇ ਮਾਸ ਦੀ ਗੱਲ ਕਿਤੇ ਆਉਂਦੀ ਆ ਨਸ਼ਿਆਂ ਦੀ ਆਉਂਦੀ ਕੱਢ ਦਿਓ ਸਾਡੇ ਗੁਰੂਆਂ ਨੇ ਇਹਨਾਂ ਤੋਂ ਵਿਵਰਜਿਤ ਕੀਤਾ ਸਾਨੂੰ ਰੋਕਿਆ ਕਿਤੇ ਕੋਈ ਏਦਾਂ ਦੀ ਮਨਮਤ ਦੀ ਹੁਣ ਤੇ ਬੰਦਗੀ ਨੂੰ ਵੀ ਗੁਰਮੁਖ ਪਿਆਰੇ ਮਨਮਤ ਕਹਿਣ ਲੱਗ ਗਏ ਇਹ ਭੋਰੇ ਚ ਬੈਠ ਕੇ ਤਪ ਕਰਨਾ ਬੰਦਗੀ ਕਰਨੀ ਇਹ ਵੀ ਨਹੀਂ ਲੈ ਦੱਸੋ ਮੈਂ ਪਹਿਲਾਂ ਬੇਨਤੀ ਕਰ ਹਟਿਆ ਜੇ ਸਮਾਂ ਭਾਵੇਂ ਭੋਰੇ ਚ ਬਹਿ ਕੇ ਭਾਵੇਂ ਚਵਾਰੇ ਚ ਬਹਿ ਕੇ ਤੇ ਭਾਵੇਂ ਪੱਧਰੇ ਤੇ ਜਾੜ ਬੀਆ ਬਣ ਬਹਿ ਕੇ ਕਰ ਲਓ ਤੇ ਜੇ ਸਮਾਂ ਨਹੀਂ ਚੱਲਦੇ ਫਿਰਦੇ ਕਿਰਤ ਕਰਦੇ ਮਾਰਗ ਚੱਲਦੇ ਬਿਜਨਸ ਵਪਾਰ ਕਰਦੇ ਮਾਰਗ ਚੱਲਦਾ ਹਰੇ ਹਰ ਗਾਈ ਆ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਪਰ ਜੇ ਕਹੋ
ਵੀ ਇਹ ਮਨ ਮਤ ਆ ਤੇ ਮਾਫ ਕਰਿਓ ਗੁਰਮੁਖ ਪਿਆਰਿਓ ਕਹਿਣ ਵੀ ਇਹ ਲਿਖਿਆ ਨਹੀਂ ਕਿਤੇ ਤੇ ਫਿਰ ਸਤਿਗੁਰ ਨੇ ਗ੍ਰਿਸ਼ਤ ਮਤ ਦਿੱਤਾ ਬਹੁਤ ਸਾਰੇ ਸਾਡੇ ਗੁਰਸਿੱਖ ਸਾਧੂ ਸੰਤ ਮਹਾਤਮਾ ਬਿਹੰਗਮ ਹੋਏ ਆ ਕੀ ਰੱਦ ਕਰੋਗੇ ਉਹਨਾਂ ਨੂੰ ਜੇ ਕਹੋ ਵੀ ਅਸੀਂ ਕੱਲਾ ਗੁਰਬਾਣੀ ਅਨੁਸਾਰ ਹੀ ਚੱਲਦੇ ਫਿਰ ਬਾਣੀ ਨੇ ਤੇ ਗ੍ਰਿਸ਼ਤੀ ਬਣਾਇਆ ਫਿਰ ਬਿਹੰਗਮ ਕਿਉਂ ਆ ਤੁਸੀਂ ਫਿਰ ਗ੍ਰਿਸ਼ਤੀ ਬਣੋ ਘਰ ਪਰਿਵਾਰ ਵਸਾਓ ਜ਼ਿੰਮੇਵਾਰੀ ਨਿਭਾਓ ਨਾਲੇ ਗ੍ਰਿਸ਼ਤ ਦੀ ਫਿਰ ਗ੍ਰਿਸ਼ਤ ਨੂੰ ਮਾੜਾ ਗਿਣਦੇ ਹੋ ਤੁਸੀਂ ਤਾਂ ਕਰਕੇ ਗ੍ਰਿਸ਼ਤੀ ਨਹੀਂ ਹੁੰਦੇ ਜਿਹੜੇ ਵੀਰ ਇਹੋ ਜਿਹੀਆਂ ਗੱਲਾਂ ਕਰਦੇ ਆ ਫਿਰ ਤੁਸੀਂ ਮਾੜਾ ਗਿਣਦੇ ਹੋ ਮੈਂ ਸਿੱਧਾ ਜੋਗੀਆਂ ਵਾਂਗੂ ਜਿਵੇਂ ਸਿੱਧ ਜੋਗੀ ਕਹਿੰਦੇ ਗ੍ਰਿਸ਼ਤੀ ਤੇ ਬਹੁਤ ਮਾੜੇ ਆ ਮੋਹ ਮਾਇਆ ਚ ਫਸੇ ਆ ਅਸੀਂ ਤੇ ਰੱਬ ਪਾਉਣਾ ਪਹਾੜਾਂ ਦੀਆਂ ਕੰਦਰਾਂ ਪਹਾੜਾਂ ਦੀਆਂ ਚੋਟੀਆਂ ਪਰਬਤਾਂ ਦੀਆਂ ਚੋਟੀਆਂ ਤੇ ਬੈਠੇ ਸਨ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਉਹਨਾਂ ਨਾਲ ਗੋਸ਼ਟ ਕੀਤੀ ਗਿਆਨ ਦਿੱਤਾ ਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਫਿਰ ਬਾਬੇ ਨੇ ਆਖਿਆ ਓਏ ਹੋਏ ਅਤੀਤ ਗ੍ਰਿਸ਼ਤ ਤਾਜ ਫਿਰ ਉਹਨੂੰ ਕਾ ਘਰ ਮੰਗਣ ਜਾਈ ਕਹਿੰਦੇ ਉਹ ਕਹਿੰਦੇ ਅਸੀਂ ਗ੍ਰਿਸ਼ਤੀਆਂ ਤੋਂ ਵੱਡੇ ਆ ਫਿਰ ਉਹਨਾਂ ਦੇ ਦਰਵਾਜੇ ਤੇ ਜਾ ਕੇ ਕਿਉਂ ਲੱਖ ਜਗਾਉਂਦੇ ਹੋ ਕਿਉਂ ਮਧੂਕਰੀ ਮੰਗਦੇ ਹੋ ਕਿਉਂ ਡਾਲੀ ਮੰਗਦੇ ਹੋ ਕਿਉਂ ਰੋਟੀ ਮੰਗਦੇ ਹੋ ਜੇ ਗ੍ਰਿਸ਼ਤੀ ਮਾੜੇ ਆ ਤੇ ਫਿਰ ਉਹਨਾਂ ਦੀ ਰੋਟੀ ਚੰਗੀ ਆ ਰਿਜ਼ਕ ਚੰਗਾ ਉਹਨਾਂ ਦਾ ਫਿਰ ਬਣੋ ਖੁਦ ਗ੍ਰਿਸ਼ਤੀ ਗ੍ਰਿਸ਼ਤ ਨੂੰ ਭੰਡਿਆ ਨਹੀਂ ਸਤਿਗੁਰ ਨੇ ਗ੍ਰਿਸ਼ਤੀ ਹੋਣ ਦਾ ਸਤਿਗੁਰ ਨੇ ਆਖਿਆ ਪ੍ਰਵਾਨ ਗ੍ਰਿਸ਼ਤ ਉਦਾਸਾ ਜੀ ਉਹ ਗ੍ਰਿਸ਼ਤ ਉਦਾਸੀ ਪ੍ਰਵਾਨ ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਲਿਖਿਆ ਸਗਲ ਆਸ਼ਰਮ ਗ੍ਰਿਸ਼ਤੀ ਪ੍ਰਧਾਨ ਆ ਗ੍ਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਆ ਗ੍ਰਿਸ਼ਤ ਦਾ ਧਰਮ ਸਤਿਗੁਰ ਨੇ ਦਿੱਤਾ ਤੇ ਫਿਰ ਜਿਹੜੇ ਅੱਜ ਗ੍ਰਿਸ਼ਤੀ ਨਹੀਂ ਆ ਉਹ ਤੇ ਫਿਰ ਗੁਰਮੁਖ ਪਿਆਰਿਓ ਬਹੁਤ ਸਾਧੂ ਸੰਤ ਸਾਡੇ ਨਹੀਂ ਹੋਏ ਅਸੀਂ ਉਹਨਾਂ ਦਾ ਸਤਿਕਾਰ ਅਦਬ ਕਰਦੇ ਆ ਪਰ ਖਿਆਲ ਕਰਿਓ ਅੱਜ ਕਈ ਵੀਰ ਕਹਿੰਦੇ ਅਸੀਂ ਬਾਣੀ ਅਨੁਸਾਰ ਚੱਲਦੇ ਹਾਂ ਅਸੀਂ ਸਿੱਖੀ ਅਨੁਸਾਰ ਫਿਰ ਬਣੋ ਗ੍ਰਿਸ਼ਤੀ ਕਰੋ ਧੀਆਂ ਪੁੱਤਰ ਪੈਦਾ ਫਿਰ ਨਿਭਾਓ ਉਹਨਾਂ ਦੀ ਜ਼ਿੰਮੇਵਾਰੀ ਫਿਰ ਪਤਾ ਲੱਗ ਵੀ ਵਾਕਿਆ ਤੁਸੀਂ ਇਹ ਪੱਖ ਕਿਉਂ ਛੱਡਿਆ ਇੱਕ ਇਹ ਪੱਖ ਨੂੰ ਵੀ ਲਓ ਰਹੋ ਵਿਚਾਰ ਮੈਂ ਬੇਨਤੀ ਕਰਾਂ ਸਾਡਾ ਇਤਿਹਾਸ ਜੇ ਇਤਿਹਾਸ ਨੂੰ ਛੱਡ ਦਿੱਤਾ ਫਿਰ ਇਹ ਸਾਖੀਆਂ ਫਿਰ ਕਿੱਥੋਂ ਸਾਨੂੰ ਪਤਾ ਲੱਗੇ ਦਸ ਪਾਤਸ਼ਾਹੀਆਂ ਹੋਈਆਂ ਪੰਜ ਪਿਆਰਿਆਂ ਦਾ ਨਾਂ ਨਹੀਂ ਹੈਗਾ ਚਾਰ ਸਾਹਿਬਜ਼ਾਦਿਆਂ ਦਾ ਨਾਂ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਉਂਕਿ ਰੂਹਾਨੀਅਤ ਹੈ ਗਿਆਨ ਦਸ ਪਾਤਸ਼ਾਹੀਆਂ ਦਾ ਚਾਰ ਸਾਹਿਬਜ਼ਾਦੇ ਪੰਜ ਪਿਆਰਿਆਂ ਦਾ ਨਾਂ ਸਾਡੇ ਇਤਿਹਾਸ ਵਿੱਚ ਆ ਤੇ ਜੇ ਤੁਸੀਂ ਇਤਿਹਾਸ ਹੀ ਛੱਡਤਾ ਤੇ ਫਿਰ ਕਿਵੇਂ ਕਹੋਗੇ ਆਨੰਦਪੁਰ ਸਾਹਿਬ ਸਤਿਗੁਰ ਨੇ ਛੱਡਿਆ ਸਰਸਾ ਤੇ ਪਰਿਵਾਰ ਵਿਛੋੜਾ ਹੋਇਆ ਚਮਕੌਰ ਗੜੀ ਦਾ ਸਾਕਾ ਸਰਹੰਦ ਦਾ ਸਾਕਾ ਖਦਰਾਣੇ ਦੀ ਢਾਬ ਕਿੱਥੋਂ ਲਿਆਓਗੇ ਜੇ ਇਤਿਹਾਸ ਹੀ ਨਹੀਂ ਤਾਂ ਇਤਿਹਾਸ ਤੋਂ ਬਿਨਾਂ ਅਸੀਂ ਕਿਵੇਂ ਚੱਲ ਸਕਦੇ ਗੁਰਮੁਖ ਪਿਆਰਿਓ ਇਤਿਹਾਸ ਜਿਹੜਾ ਸਾਡਾ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਇਤਿਹਾਸ ਹੁੰਦੇ ਆ ਤੇ ਅਸੀਂ ਆਪਣੇ ਉਹ ਇਤਿਹਾਸ ਨੂੰ ਜੇ ਭੁੱਲ ਗਏ ਗੁਰਮੁਖ ਪਿਆਰਿਓ ਨਹੀਂ ਇਤਿਹਾਸ ਤੇ ਯਾਦ ਰੱਖਣਾ ਪ੍ਰਸਿੱਧ ਕਵੀਸ਼ਰ ਗੁਰਮੁਖ ਪਿਆਰਿਓ ਉਹਦੀਆਂ ਦੋ ਲਾਈਨਾਂ ਲਿਖੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਉਹ ਕਹਿੰਦਾ ਇਤਿਹਾਸ ਨਹੀਂ ਭੁੱਲਣਾ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੀਆਂ ਲਿਖੀਆਂ ਦੋ ਲਾਈਨਾਂ ਉਹ ਕਹਿੰਦਾ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਜੇ ਇਤਫਾਕ ਆ ਪੁੱਤ ਪੋਤਿਆਂ ਪੜੋਤਿਆਂ ਤੱਕ ਪਰਿਵਾਰ ਇਕੱਠੇ ਵੱਸਦੇ ਆ ਜੇ ਇਤਫਾਕ ਨਹੀਂ ਆ ਤੇ ਬਾਪ ਦੇ ਜਿਉਂਦਿਆਂ ਹੀ ਭਰਾ ਵੱਖ ਹੋ ਜਾਂਦੇ ਗੁਰਮੁਖ ਪਿਆਰੇ ਇਤਫਾਕ ਟੁੱਟ ਗਿਆ ਇਤਫਾਕ ਖਤਮ ਹੋ ਗਿਆ ਕਬੀਲਦਾਰੀ ਵੱਖਰੀ ਹੋ ਗਈ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗ ਜਿਵੇਂ ਗਲਤ ਅੱਖਰ ਨੂੰ ਆਪਾਂ ਮਿਟਾ ਦਿੰਦੇ ਹਾਂ ਨਾ ਨਹੀਂ ਰੱਖਦੇ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਅਸੀਂ ਇਤਿਹਾਸ ਨਹੀਂ ਭੁੱਲਣਾ ਇਤਿਹਾਸ ਤੋਂ ਬਿਨਾਂ ਅਸੀਂ ਕਿਸ ਜੋਗੇ ਗੁਰਮੁਖ ਪਿਆਰੇ ਇਤਿਹਾਸ ਵੀ ਨਾਲ ਨਾਲ ਹੈ ਗੁਰਬਾਣੀ ਸਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ ਹੈ ਸਤਿਗੁਰ ਦੇ ਬਚਨ ਕਿ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਵੀ ਇਤਿਹਾਸ ਤੋਂ ਪਤਾ ਲੱਗਦਾ ਕਿ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਹਿਲਾ ਸਰੂਪ ਤਿਆਰ ਕਰਾਇਆ ਇਹ ਵੀ ਇਤਿਹਾਸ ਤੋਂ ਪਤਾ ਲੱਗਦਾ ਕਿ ਦਸਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਤੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਲਾ ਕੇ ਤੇ ਦੁਬਾਰਾ ਬਾਣੀ ਨੂੰ ਕੰਠੋਂ ਉਚਾਰਨ ਕਰਕੇ ਲਿਖਾਇਆ ਨਾਲੇ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ
ਵਿੱਚ ਚੜਾਇਆ ਸਤਿਗੁਰੂ ਨੇ ਸਰੂਪ ਦੇ ਅੰਦਰ। ਪਹਿਲਾ ਸਰੂਪ ਪੰਜਵੇਂ ਪਾਤਸ਼ਾਹ ਦਾ ਲਿਖਾਇਆ 30 ਰਾਗਾਂ ਵਿੱਚ ਆ ਤੇ ਦਸਵੇਂ ਪਾਤਸ਼ਾਹ ਦਾ ਲਿਖਾਇਆ ਸਰੂਪ ਜਿਹਨੂੰ ਗੁਰਿਆਈ ਅਰਪਣ ਕੀਤੀ ਉਹ 31 ਰਾਗਾਂ ਚ 31ਵਾਂ ਰਾਗ ਜੈ ਜੈ ਬੰਤੀ ਇਹਦੇ ਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਰਾਗ ਜੈ ਜੈ ਬੰਤੀ ਵਿੱਚ 31 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਮੈਂ ਸਾਂਝਾ ਕਰਾਂ ਗੁਰਮੁਖ ਪਿਆਰੇ ਬਚਨ ਤੁਹਾਡੇ ਨਾਲ 31 ਰਾਗਾਂ ਦਾ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵੱਡ ਹੰਸ ਸੋਠ ਧਨਾਸਰੀ ਤੇ ਜੈਤ ਸਰੀ ਟੋਡੀ ਤੇ ਬਰਾੜੀ ਉਹ ਤਲੰਗ ਸੂਹੀ ਛਾਇਓ ਹੈ ਬਿਲਾਵਲ ਤੇ ਗੋਂਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਉਹ ਕੇਦਾਰਾ ਭੈਰੋਂ ਭਾਇਓ ਹੈ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਭਾਸ ਜੈ ਜੈ ਬੰਤੀ ਗੁਣ ਗਾਇਓ ਹੈ। 31 ਰਾਗ ਨੇ ਪਹਿਲਾ ਰਾਗ ਸ੍ਰੀ ਰਾਗ 31ਵਾਂ ਰਾਗ ਰਾਗ ਜੈ ਜੈ ਬੰਤੀ ਤੇ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਤੇ ਜਿਹੜੇ ਗੁਰਸਿੱਖਾਂ ਨੇ ਗੁਰਬਾਣੀ ਨੂੰ ਲਿਖਿਆ ਉਹਨਾਂ ਗੁਰਸਿੱਖਾਂ ਦੀ ਹੋਰ ਲਿਖੇ ਗ੍ਰੰਥ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਭਾਈ ਗੁਰਦਾਸ ਜੀ ਦੇ ਗੁਰਮੁਖ ਪਿਆਰੇ ਲਿਖੇ ਉਹ ਪੜ੍ਹੋ ਤੇ ਜੇ ਆਪਾਂ ਕਹੀਏ ਕੇਵਲ ਗੁਰਬਾਣੀ ਮੰਨਦੇ ਹਾਂ ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਉੱਥੇ ਭਾਈ ਗੁਰਦਾਸ ਦੀਆਂ ਵਾਰਾਂ ਭਾਈ ਨੰਦ ਲਾਲ ਦੀਆਂ ਗਜ਼ਲਾਂ ਤੇ ਦਸਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਕੀਰਤਨ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਵੀ ਹੁੰਦਾ। ਜਿਹਨਾਂ ਗੁਰਸਿੱਖਾਂ ਨੇ ਇਤਿਹਾਸ ਲਿਖਿਆ ਉਹਨਾਂ ਬਾਣੀ ਵੀ ਲਿਖੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਚ ਕਿੰਨੇ ਸਿੱਖਾਂ ਦਾ ਜ਼ਿਕਰ ਆ ਉਹਨਾਂ ਦੇ ਨਾਂ ਜਦੋਂ ਉਹਨਾਂ ਨੂੰ ਗੁਰਮੁਖ ਪਿਆਰਿਓ ਪੜਾਂਗੇ ਇਤਿਹਾਸ ਉਹਨਾਂ ਦਾ ਤੇ ਫਿਰ ਇਤਿਹਾਸ ਸਾਨੂੰ ਮਿਲੇਗਾ। ਇਤਿਹਾਸ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਸੰਸਰਦਾਰ ਦੇ ਇੰਦਰ ਰੋਆਇਆ ਪਰਸ ਰਾਮ ਰੋਵੇ ਘਰ ਆਇਆ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ ਇਹ ਤਾਂ ਇਸ਼ਾਰੇ ਮਾਤਰ ਆ। ਸੰਸਰ ਕਿਵੇਂ ਰੋਇਆ ਪਰਸ ਰਾਮ ਕਿਵੇਂ ਰੋਇਆ ਦਸਵੇਂ ਪਾਤਸ਼ਾਹ ਦੀ ਬਾਣੀ ਪੜਾਂਗੇ ਫਿਰ ਸਾਨੂੰ ਪਤਾ ਲੱਗੂਗਾ। ਜਦੋਂ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਪੜਾਂਗੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ ਪਊ ਫਿਰ ਪਤਾ ਲੱਗੂਗਾ। ਸਨਾਤਨ ਮਤ ਦੇ ਗ੍ਰੰਥਾਂ ਨੂੰ ਪੜ੍ਹਨਾ ਪਊ ਫਿਰ ਪਤਾ ਲੱਗੂ। ਸੰਸਰ ਦਾਨ ਦੇ ਅੰਦਰ ਰੋਆਇਆ ਪਰਸ ਰਾਮ ਰੋਵੇ ਘਰ ਆਇਆ ਰੋਵੇ ਰਾਮ ਨਿਕਾਲਾ ਭਇਆ ਇਹਦੇ ਅਰਥ ਜਦੋਂ ਪੜ੍ਹਨੇ ਆ ਤੇ ਉਹਨਾਂ ਗ੍ਰੰਥਾਂ ਵੱਲ ਜਾਣਾ ਪਊ ਤੇ ਜੇ ਅਸੀਂ ਕਹੀਏ ਬਾਣੀ ਤੋਂ ਬਿਨਾਂ ਹੋਰ ਗ੍ਰੰਥ ਪੜ੍ਹਨਾ ਕੋਈ ਨਹੀਂ ਹੈ ਇਤਿਹਾਸ ਵੀ ਛੱਡ ਦਿਓ ਦਸਵੇਂ ਪਾਤਸ਼ਾਹ ਦੀ ਬਾਣੀ ਵੀ ਛੱਡ ਦਿਓ ਵੇਦ ਸ਼ਾਸਤਰ ਵੀ ਛੱਡ ਦਿਓ ਫਿਰ ਤਾਂ ਕੱਟੜ ਤਾਂ ਕਹੀ ਜਾ ਸਕਦੀ ਜਾਣ ਜਾਣ ਤਾਂ ਮੂਰਖ ਤਾਂ ਕਹੀ ਜਾ ਸਕਦੀ ਹੈ ਤੇ ਜਾਂ ਗੁਰਮੁਖ ਪਿਆਰਿਓ ਕੋਈ ਸਾਜਿਸ਼ ਕਹੀ ਜਾ ਸਕਦੀ ਹੈ ਇਹਦੇ ਪਿੱਛੇ ਕੋਈ ਸਾਜਿਸ਼ ਹੈ। ਅੱਜ ਇਤਿਹਾਸ ਨੂੰ ਕੱਟ ਦਿਓ ਕੱਲ ਨੂੰ ਬਾਣੀ ਨੂੰ ਕੱਟ ਦਿਓ ਅੱਜ ਪਰੰਪਰਾਵਾਂ ਨੂੰ ਕੱਟ ਦਿਓ ਮਰਿਆਦਾਵਾਂ ਨੂੰ ਕੱਟ ਦਿਓ ਜੋ ਸੀਨਾ ਬਸੀਨਾ ਚਲੀਆਂ ਆ ਰਹੀਆਂ ਨੇ ਤੇ ਕੱਲ ਨੂੰ ਫਿਰ ਗੁਰਬਾਣੀ ਨੂੰ ਹੱਥ ਪਾ ਲਏ। ਵੈਸੇ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਨੇ ਅੱਜ ਕੋਈ ਨਵੀਂ ਨਹੀਂ ਆ ਪਰ ਹਮੇਸ਼ਾ ਇਹਨਾਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਆ ਭਾਵੇਂ ਉਹਨਾਂ ਦੇ ਲੱਗਣ ਵਾਲੇ ਪਿੱਛੇ ਸੈਂਕੜੇ ਹੋਣ ਤੇ ਭਾਵੇਂ ਹਜ਼ਾਰਾਂ ਤੇ ਭਾਵੇਂ ਲੱਖਾਂ ਹੋਣ ਫਰਕ ਕੋਈ ਨਹੀਂ ਪੈਂਦਾ ਬਾਣੀ ਵੀ ਸਤਿਗੁਰ ਦੀ ਆ ਇਹਨੂੰ ਕੋਈ ਗੁਰਮੁਖ ਪਿਆਰੇ ਮਿਟਾ ਨਹੀਂ ਸਕਦਾ ਤੇ ਇਤਿਹਾਸ ਵੀ ਸਤਿਗੁਰਾਂ ਦੇ ਸਤਿਗੁਰ ਦੇ ਪਿਆਰਿਆਂ ਦਾ ਇਹਨੂੰ ਕੋਈ ਬਦਲ ਨਹੀਂ ਸਕਦਾ ਮਿਟਾ ਨਹੀਂ ਸਕਦਾ ਇਹਨਾਂ ਪਰੰਪਰਾਵਾਂ ਨੂੰ ਇਹ ਚੱਲ ਰਹੀਆਂ ਗੁਰਮੁਖ ਪਿਆਰੇ ਮਰਿਆਦਾਵਾਂ ਨੂੰ ਨੌਵੇਂ ਪਾਤਸ਼ਾਹ ਨੇ ਬੰਦਗੀ ਕੀਤੀ ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਬਣਿਆ ਕੋਈ ਢਾ ਨਹੀਂ ਸਕਦਾ ਤੇ ਬਾਬਾ ਦੀਪ ਸਿੰਘ ਦਾ ਭੋਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਮੈਂ ਅੱਜ ਹੀ ਦਰਸ਼ਨ ਕਰਕੇ ਆਇਆ ਇੱਥੇ ਦੀਵਾਨ ਤੇ ਆਉਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਖ਼ਤ ਸਾਹਿਬ ਦੇ ਦਰਸ਼ਨ ਬਾਬਾ ਦੀਪ ਸਿੰਘ ਦੇ ਭੋਰਾ ਸਾਹਿਬ ਦੇ ਦਰਸ਼ਨ ਜਿੱਥੇ ਬੈਠ ਕੇ ਬਾਣੀ ਦੇ ਚਾਰ ਸਰੂਪ ਲਿਖੇ ਬੰਦਗੀ ਕੀਤੀ ਕਿਉਂਕਿ ਵਿਸਾਖੀ ਦੇ ਸਮੇਂ ਤੁਹਾਡੇ ਸਹਿਯੋਗ ਨਾਲ ਪਿਛਲੇ 20 ਸਾਲਾਂ ਤੋਂ ਉੱਥੇ ਧਾਰਮਿਕ ਦੀਵਾਨਾਂ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੁੰਦੀ ਹੈ 11, 12, 13, 14 ਗੁਰਮੁਖ ਪਿਆਰੇ ਵਿਸਾਖੀ ਤੇ ਮਹੱਲੇ ਵਾਲਾ ਦਿਨ ਮਹੱਲਾ ਖੇਡਿਆ ਜਾਂਦਾ ਨਿਹੰਗ ਸਿੰਘ ਜਥੇਬੰਦੀਆਂ ਵੱਲ ਤੇ ਉੱਥੇ ਧਾਰਮਿਕ ਦੀਵਾਨਾਂ ਲੰਗਰਾਂ ਦੀ ਸੇਵਾ ਅੱਜ ਉੱਥੇ ਜਗ੍ਹਾ ਦੇਖਣ ਵਾਸਤੇ ਗੁਰਮੁਖ ਪਿਆਰਿਓ ਜੋ ਪਿਛਲੇ 20 ਸਾਲਾਂ ਤੋਂ ਸੇਵਾ ਚੱਲਦੀ ਹੈ ਤੇ ਅੱਜ ਉੱਥੇ ਗਏ ਦਰਸ਼ਨ ਕਰਕੇ ਆਏ ਆ ਤੁਸੀਂ ਵੀ ਜਾਂਦੇ ਹੋ ਵਿਸਾਖੀ ਦੇ ਸਮੇਂ ਸਾਡੇ ਵੱਲੋਂ ਸੱਦਾ ਵੀ ਆ
ਕਿ ਵਹੀਰਾਂ ਘੱਤ ਕੇ ਆਓ ਵਿਸਾਖੀ ਦੇ ਦਿਹਾੜੇ ਤੇ ਖਾਲਸੇ ਦਾ ਸਾਜਣਾ ਦਿਵਸ ਪੂਰੇ ਪੰਥ ਵਿੱਚ ਸੰਸਾਰ ਚ ਮਨਾਇਆ ਜਾਂਦਾ ਮਨਾਉਣਾ ਪਰ ਮੁੱਖ ਸਮਾਗਮ ਤਖ਼ਤ ਦਮਦਮਾ ਸਾਹਿਬ ਵਿਖੇ ਹੁੰਦੇ ਪੰਥ ਵੱਲੋਂ ਇਹ ਪੰਥ ਦਾ ਹੀ ਫੈਸਲਾ ਹੋਇਆ ਸੀ ਸਾਜਿਆ ਖਾਲਸਾ ਭਾਵੇਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਪਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦਾ ਦਿਨ ਮਨਾਇਆ ਜਾਂਦਾ ਵੱਡੀ ਪੱਧਰ ਤੇ ਜਿਹੜਾ ਵਿਸਾਖੀ ਦਾ ਦਿਨ ਸੀ ਉਹ ਪੰਥ ਨੇ ਦਮਦਮਾ ਸਾਹਿਬ ਤਖ਼ਤ ਤੇ ਰੱਖ ਦਿੱਤਾ ਸੀ ਕਿ ਦਮਦਮਾ ਸਾਹਿਬ ਜਿਵੇਂ ਮਾਘੀ ਦਾ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਤੇ ਭਾਵੇਂ ਉੱਥੇ ਜੰਗ 21 ਵਿਸਾਖ ਨੂੰ ਹੋਇਆ ਗਰਮੀ ਦੇ ਸਮੇਂ ਚ ਹੋਇਆ ਸੀ ਪਰ ਪਾਣੀ ਦੀ ਘਾਟ ਕਰਕੇ ਪੰਥ ਨੇ ਉੱਥੇ ਦਿਨ ਮਾਘੀ ਦਾ ਸਿਆਲ ਦੇ ਦਿਨਾਂ ਦਾ ਰੱਖ ਦਿੱਤਾ ਹੁਣ 40 ਮੁਕਤਿਆਂ ਦਾ ਦਿਨ ਮਾਘੀ ਦੇ ਸਮੇਂ ਜੰਗ 21 ਵਿਸਾਖ ਨੂੰ ਹੋਈ ਸੀ ਉੱਥੇ ਗਰਮੀ ਦੇ ਸਮੇਂ ਇਹ ਪੰਥ ਦੇ ਰੱਖੇ ਹੋਏ ਦੇਣੇ ਆ ਪੰਥ ਦੀਆਂ ਗੱਲਾਂ ਜਿਵੇਂ ਅਰਦਾਸ ਹੈ ਸਾਡੀ ਗੁਰਮੁਖ ਪਿਆਰੇ ਨੌਵੇਂ ਪਾਤਸ਼ਾਹ ਦਾ ਜ਼ਿਕਰ ਕਰਕੇ ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਇਥੋਂ ਤੱਕ ਤੇ ਦਸਵੇਂ ਪਾਤਸ਼ਾਹ ਦੀ ਬਾਣੀ ਆ ਦਸਮ ਗ੍ਰੰਥ ਸਾਹਿਬ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਆ ਪਰ ਇਦੋਂ ਗਾਂ ਅਰਦਾਸ ਪੰਥ ਨੇ ਬਣਾਈ ਆ ਪੰਥ ਨੇ ਰਲ ਕੇ ਬਣਾਈ ਆ ਅਰਦਾਸ ਪੰਥ ਨੇ ਗੁਰਮੁਖ ਪਿਆਰੇ ਫੈਸਲੇ ਕੀਤੇ ਨੇ ਸਿਰ ਜੋੜ ਕੇ ਪੰਥ ਦੇ ਹੱਠੀਆਂ ਜਪੀਆਂ ਤਪੀਆਂ ਨੇ ਵਿਦਵਾਨਾਂ ਨੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਾਂ ਜੋ ਪੰਥ ਦੇ ਅੰਦਰ ਚੱਲਦਾ ਆ ਰਿਹਾ ਕੋਈ ਬਦਲ ਨਹੀਂ ਸਕਦਾ ਨਾ ਤੇ ਬਾਬਾ ਬਕਾਲਾ ਸਾਹਿਬ ਦਾ ਭੂਰਾ ਕੋਈ ਗੁਰਮੁਖ ਪਿਆਰਿਓ ਢਾ ਸਕੇ ਤੇ ਨਾ ਬਾਬਾ ਦੀਪ ਸਿੰਘ ਦਾ ਤੇ ਨਾ ਕੋਈ ਬੰਦਗੀ ਤਪ ਤੋਂ ਢਾ ਸਕਿਆ ਮੈਂ ਗੱਲਾਂ ਗੁਰਮੁਖ ਪਿਆਰਿਓ ਇਹੋ ਜਿਹੀਆਂ ਵਾਦ ਵਿਵਾਦਾਂ ਵਾਲੀਆਂ ਸਾਡੇ ਵੀਰਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ ਜਿਹੜੇ ਵੀਰ ਰਾਗੀ ਢਾਡੀ ਪ੍ਰਚਾਰ ਕਥਾ ਬਾਚ ਕਿੱਦਾਂ ਦੀਆਂ ਗੱਲਾਂ ਕਰਦੇ ਆ ਨਾ ਬਾਅਦ ਆਉਣਾ ਚਾਹੀਦਾ ਉਹਨਾਂ ਨੂੰ ਪੰਥ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਕੋਈ ਗੱਲਬਾਤ ਆ ਬੈਠ ਕੇ ਹੱਲ ਕਰ ਲੋ ਵਿਚਾਰ ਕਰ ਲੋ ਕੋਈ ਰੱਬੀ ਗਿਆਨ ਕੋਈ ਇਲਾਹੀ ਲਾਮ ਹੋਇਆ ਦੱਸੋ ਕੋਈ ਬ੍ਰਹਮ ਗਿਆਨ ਹੋਇਆ ਜੇ ਕਿਤਾਬਾਂ ਤੋਂ ਲੈ ਕੇ ਗੱਲ ਇਸ ਕਿਤਾਬ ਚਾਹ ਲਿਖਿਆ ਇਸ ਚਾਹ ਲਿਖਿਆ ਕਿਤਾਬਾਂ ਚ ਤੇ ਬਹੁਤ ਕੁਝ ਲਿਖਿਆ ਵਿਦਵਾਨਾਂ ਨੇ ਤੇ ਬੜਾ ਕੁਝ ਲਿਖਿਆ ਫਿਰ ਆਪੋ ਆਪਣੀ ਮਾਤ ਜਿਹਦਾ ਜੀ ਕਰਦਾ ਕਿ ਕੁੰਡਾ ਉੱਤੇ ਹੈ ਕੋਈ ਨੀ ਚਾਰ ਕਿਤਾਬਾਂ ਪੜ੍ਹੀਆਂ ਪੰਜਵੀਂ ਆਪਣੀ ਲਿਖ ਦਿੱਤੀ ਚਾਰ ਟੇਪਾਂ ਸੁਣੀਆਂ ਪੰਜਵੀਂ ਆਪਣੀ ਕੱਢ ਦਿੱਤੀ ਇਹੋ ਜਿਹਾ ਤੇ ਬਹੁਤ ਕੁਛ ਆ ਪਰ ਮੈਂ ਬੇਨਤੀ ਕਰਾਂ ਜੋ ਸਾਡੀਆਂ ਪਰੰਪਰਾਵਾਂ ਮਰਿਆਦਾਵਾਂ ਜੋ ਸਾਡੇ ਇਤਿਹਾਸਕ ਸਥਾਨ ਜੋ ਸਾਡਾ ਇਤਿਹਾਸ ਸਾਨੂੰ ਸਾਖੀਆਂ ਤੋਂ ਪਤਾ ਲੱਗਦਾ ਭਾਈ ਸੰਤ ਰਾਮ ਭਾਈ ਜੋਗੇ ਦਾ ਇਤਿਹਾਸ ਸਾਨੂੰ ਇਤਿਹਾਸਕ ਸਾਖੀਆਂ ਤੋਂ ਪਤਾ ਲੱਗਦਾ ਸੀ ਇਤਿਹਾਸ ਤੋਂ ਬਿਨਾਂ ਨਹੀਂ ਗੁਰਮੁਖ ਪਿਆਰੇ ਗੁਰਬਾਣੀ ਸਾਡਾ ਗੁਰੂ ਹੈ ਇਤਿਹਾਸ ਸਰੀਰ ਹੈ ਤੇ ਬਾਣੀ ਆਤਮਾ ਇਤਿਹਾਸ ਗੌਰਵਮਈ ਸੰਘਰਸ਼ਮਈ ਇਤਿਹਾਸ ਸਾਡਾ ਭਾਈ ਸੰਤ ਰਾਮ ਵਰਗਾ ਸਿੱਖ ਗੁਰਮੁਖ ਪਿਆਰੇ ਬਾਣੀ ਪੜ੍ਹਦਾ ਸਿੱਖ ਦਾ ਜੀਵਨ ਬਾਣੀ ਹੈ ਮਛਲੀ ਦਾ ਜੀਵਨ ਪਾਣੀ ਹੈ ਸਿੱਖ ਦਾ ਜੀਵਨ ਬਾਣੀ ਮਛਲੀ ਪਾਣੀ ਬਿਨਾ ਨਹੀਂ ਜਿਉਂਦੀ ਤੇ ਸਿੱਖ ਬਾਣੀ ਬਿਨਾ ਨਹੀਂ ਜਿਉਂਦਾ ਜੇ ਪਾਣੀ ਤੋਂ ਬਿਨਾ ਜਿਉਂਦਾ ਕੋਈ ਜੀਵ ਉਹ ਡੱਡੂ ਕਛੂ ਤੇ ਹੋ ਸਕਦਾ ਵੀ ਪਾਣੀ ਚ ਵੀ ਜਿਉਂਦਾ ਤੇ ਪਾਣੀ ਤੋਂ ਬਾਹਰ ਵੀ ਪਰ ਮਛਲੀ ਨਹੀਂ ਇਸੇ ਤਰ੍ਹਾਂ ਜਿਹੜਾ ਬਾਣੀ ਤੋਂ ਬਿਨਾ ਜਿਉਂਦਾ ਉਹ ਸਿੱਖ ਨਹੀਂ ਕੋਈ ਹੋਰ ਹੋ ਸਕਦਾ ਸਿੱਖ ਤੇ ਬਾਣੀ ਤੋਂ ਬਿਨਾਂ ਨਹੀਂ ਜਿਉਂਦਾ ਜੋ ਮਛਲੀ ਬਿਨ ਪਾਣੀ ਹੈ ਤੇ ਜੀਵਨ ਪਾਵੇ ਗੁਰਮੁਖ ਪਿਆਰੇ ਮਛਲੀ ਦਾ ਜੀਵਨ ਉਹਦਾ ਮੀਨ ਪਕੜ ਫਾਂਕਿਓ ਅਰ ਕਾਟਿਓ ਰੰਭ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਉਹਨੂੰ ਤੇ ਟੁਕੜਾ ਟੁਕੜਾ ਕਰ ਦਿੱਤਾ ਬਰਤਨ ਪਤੀਲੇ ਚ ਪਾ ਕੇ ਭੁੰਨ ਲਿਆ ਤਾਂ ਵੀ ਉਹ ਭੁੱਜਦੀ ਪਾਣੀ ਮੰਗਦੀ ਆ ਜਿਹਨੇ ਖਾ ਲਿਆ ਉਹਨੂੰ ਉਹ ਵੀ ਪਾਣੀ ਪਾਣੀ ਕਰਦਾ ਫਿਰਦਾ ਤਾਂ ਹੀ ਜਿਹੜਾ ਕੋਈ ਬਹੁਤਾ ਪਾਣੀ ਮੰਗੇ ਕਹਿੰਦੇ ਕੀ ਗੱਲ ਮਛਲੀ ਤਾਂ ਨਹੀਂ ਖਾਧੀ ਮੱਛੀ ਖਾਧੀ ਆ ਪਾਣੀ ਪਾਣੀ ਕਰਦਾ ਫਿਰਦਾ ਮਛਲੀ ਢਿੱਡ ਚ ਪਈ ਸ਼ਿਕਾਰੀ ਦੇ ਢਿੱਡ ਵਿੱਚ ਖਾਣ ਵਾਲੇ ਦੇ ਢਿੱਡ ਵਿੱਚ ਪਈ ਵੀ ਮਛਲੀ ਪਾਣੀ ਮੰਗਦੀ ਆ ਜਿੰਨਾ ਚਿਰ ਵਜੂਦ ਵਿੱਚ ਰਹਿੰਦੀ ਆ ਪਾਣੀ ਦਾ ਪਿਆਰ ਨਹੀਂ ਛੱਡਦੀ ਇਸੇ ਤਰ੍ਹਾਂ ਸਿੱਖ ਕਿਤੇ ਵੀ ਹੋਵੇ ਬਾਣੀ ਦਾ ਪਿਆਰ ਨਹੀਂ ਛੱਡਦਾ ਸਿੱਖ ਦਾ ਜੀਵਨ ਬਾਣੀ ਆ ਮਛਲੀ ਦਾ ਜੀਵਨ ਪਾਣੀ ਆ ਤਾਂ ਹੀ ਸਤਿਗੁਰਾਂ ਬਾਣੀ ਚ ਕਹਿ ਦਿੱਤਾ ਖੰਡ ਖੰਡ ਕਰ ਭੋਜਨ ਕੀਨਾ ਤਉ ਨਾ ਬਿਸਰਿਓ ਪਾਣੀ ਸਤਿਗੁਰ ਕੀ ਕਹਿ ਰਹੇ ਸਾਰੇ ਰਸਨਾ ਸਫਲੀ ਕਰਿਓ ਪਿਆਰੇ ਸਿੱਖ ਮੰਗਰਾ ਤੋਂ ਨਾ ਦੀਵੇ ਮੱਛੀ ਨਾ ਦੀਵੇ ਨੀਰ ਤੋਬਨਾ ਪਿਆਰੇ ਸਿੱਖ ਮੰਗਰਾ ਤੋਂ ਨਾ ਦੀਵੇ ਮੱਛੀ ਨਾ ਦੀਵੇ ਨੀਰ ਤੋਬਨਾ ਕੇ ਮੰਗਰਾ ਤੋਂ ਨਾ ਦੀਵੇ ਮੱਛੀ ਨਾ ਦੀਵੇ ਨੀਰ ਤੋਬਨਾ ਤਾਰੇ ਸਿੱਖ ਮੰਗਰਾ ਤੋਂ ਨਾ ਦੀਵੇ ਨਾ ਜੀਵੇ ਨੀਰ ਸੋਗਨਾ ਸੋਗਨਾ ਜੀਵੇ।
ਅਜਲੀ ਨਾਨੀ ਅਮੀਰ ਤੋਂ ਬਿਨਾ ਪਿਆਰ ਇੱਕ ਗੁਰਾਂ ਤੋਂ ਬਿਨਾ ਜੀਏ ਅਜਲੀ ਨਾਨੀ ਅਮੀਰ ਤੋਂ ਬਿਨਾ ਮਛਲੀ ਪਾਣੀ ਤੋਂ ਬਿਨਾਂ ਨਹੀਂ ਤੇ ਸਿੱਖ ਬਾਣੀ ਤੋਂ ਬਿਨਾਂ ਗੁਰੂ ਤੋਂ ਬਿਨਾਂ ਨਹੀਂ ਸਿੱਖ ਜਿੱਥੇ ਵੀ ਹੋਊ ਗੁਰੂ ਦੀ ਬਾਣੀ ਨਾਲ ਜੁੜਿਆ ਜਿਹੜਾ ਸਿੱਖ ਆ ਗੁਰ ਸਤਿਗੁਰ ਕਾ ਜੋ ਸਿੱਖ ਆ ਜਿਹੜਾ ਗੁਰੂ ਦਾ ਸਿੱਖ ਆ ਮੀਨ ਪਕੜ ਫਾਂਕਿਓ ਅਰ ਕੱਟਿਓ ਰੰਧ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਊ ਨਾ ਦੂਸਰਿਓ ਪਾਣੀ ਨਹੀਂ ਬਚਦਾ ਗੁਰਮੁਖ ਪਿਆਰਿਓ ਸਿੱਖ ਬਾਣੀ ਬਿਨਾਂ ਮਛਲੀ ਪਾਣੀ ਬਿਨਾਂ ਉਹ ਨੀਰ ਤੋਂ ਬਿਨਾਂ ਨਾ ਬਚਦੀ ਮਛਲੀ ਬਚੇ ਨਾ ਸੁਖ ਬਾਣੀ ਤੋਂ ਬਿਨਾਂ ਨੀਰ ਤੋਂ ਬਿਨਾਂ ਨਾ ਬਚਦੀ ਮਛਲੀ ਬਚੇ ਨਾ ਸੁਖ ਬਾਣੀ ਤੋਂ ਬਿਨਾਂ ਸਿੱਖ ਬਾਣੀ ਤੋਂ ਬਿਨਾਂ ਨੀਰ ਤੋਂ ਬਿਨਾਂ ਨਾ ਬਚਦੀ ਮਛਲੀ ਬਚੇ ਨਾ ਸਿੱਖ ਬਾਣੀ ਤੋਂ ਬਿਨਾਂ ਤੋਂ ਬਿਨਾਂ ਨਾ ਬਚਦੀ ਮਛਲੀ ਬਚੇ ਨਾ ਸਿੱਖ ਬਾਣੀ ਤੋਂ ਬਿਨਾਂ ਇੱਕ ਨੀਰ ਤੋਂ ਬਿਨਾਂ ਨਾ ਬਚਦੀ ਮਛਲੀ ਬਚੇ ਨਾ ਸਿੱਖ ਬਾਣੀ ਤੋਂ ਬਿਨਾਂ ਨੀਰ ਤੋਂ ਬਿਨਾਂ ਨਾ ਬਚਦੀ ਸਿੱਖ ਬਾਣੀ ਤੋਬਨਾ ਹਰ ਜੀ ਬਚਨਾ ਸਿੱਖ ਬਾਣੀ ਤੋਬਨਾ ਯਾਰ ਬਚਨਾ ਸਿੱਖ ਬਾਣੀ ਉਹ ਬਚਨਾ ਸਿੱਖ ਜੀ ਬਾਣੀ ਤੋਬਨਾ ਬਚਨਾ ਸਿੱਖ ਜੀ ਸੰਗਤ ਬਾਣੀ ਤੋਬਨਾ ਬਚਨ ਸਿੱਖ ਬਾਣੀ ਤੋਂ ਬਿਨਾਂ
ਸਰੀਰ ਤੋਂ ਬਿਨਾ ਨਾ ਬਾਜ ਦੀ ਮਜਲੀ ਬਾਣੀ ਤੋਂ ਬਿਨਾ ਨਾ ਬਾਜ ਦੀ ਮਜਲੀ ਨੀਂਦ ਕਦਰ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਵਿਛੜਿਓ ਪਾਣੀ। ਮਛਲੀ ਨੂੰ ਪਾਣੀ ਨਹੀਂ ਵਿਸਰਦਾ, ਸਿੱਖ ਨੂੰ ਬਾਣੀ ਨਹੀਂ ਵਿਸਰਦੀ। ਸਿੱਖ ਹੈ ਹੀ ਉਹੀ ਆ ਜਿਹੜਾ ਗੁਰੂ ਨੇ ਗੁਰਬਾਣੀ ਨਾਲ ਜੁੜਿਆ। ਰਹੋ ਵਿਚਾਰ, ਸਮਾਂ ਲੰਘਦਾ ਗਿਆ। ਗੁਰਮੁਖ ਪਿਆਰਿਓ ਪਹਿਰੇਦਾਰੀ ਦੀ ਨੌਕਰੀ ਕਰਦਾ ਭਾਈ ਸੰਤ ਰਾਮ ਜਹਾਂਗੀਰ ਬਾਦਸ਼ਾਹ ਦੇ ਮਹਿਲਾਂ ਦਰਬਾਰ ਵਿੱਚ। ਹੁਣ ਬਾਣੀ ਪੜਨ ਵਾਲਾ ਸਿੱਖ, ਭਜਨ ਪਾਠ ਕਰਨ ਵਾਲਾ, ਜਪੀ ਤਪੀ, ਚਿਹਰੇ ਦਾ ਤੇਜ ਪ੍ਰਤਾਪ, ਬਾਣੀ ਪੜਨ ਵਾਲੇ ਦਾ ਗੁਰਮੁਖ ਪਿਆਰੇ ਤੇਜ ਪ੍ਰਤਾਪ ਚਿਹਰੇ ਤੇ ਇੱਕ ਆਭਾ ਬਣ ਜਾਂਦੀ ਹੈ। ਚਿਹਰੇ ਦੇ ਉੱਤੇ ਨਾਮ ਦੀ ਬਾਣੀ ਦੀ ਰੋਸ਼ਨੀ, ਗੁਰਮੁਖ ਪਿਆਰੇ ਚਿਹਰਾ ਦੱਸਦਾ, ਭਜਨ ਪਾਠ ਤਪਦਾ ਦਗਦਾ ਚਿਹਰਾ, ਦਗਦਾ ਕਰਦਾ ਚਿਹਰਾ ਬਾਣੀ ਪੜਨ ਵਾਲੇ ਦਾ, ਭਜਨ ਪਾਠ ਕਰਨ ਵਾਲੇ ਦਾ, ਉਹਦੇ ਸਰੂਪ ਦੀ ਸੋਭਾ ਬਣ ਜਾਂਦੀ ਹੈ। ਜਦ ਕੀ ਹੋਇਆ, ਮਹਿਲਾਂ ਵਿੱਚ ਬਾਣੀ ਪੜ ਰਿਹਾ ਸਿੱਖ, ਭਜਨ ਕਰ ਰਿਹਾ ਤੇ ਨਾਲ ਪਹਿਰੇਦਾਰੀ ਨਿਭਾ ਰਿਹਾ, ਹੱਥ ਵਿੱਚ ਵਰਸ਼ਾ, ਤੇ ਉਧਰ ਜਹਾਂਗੀਰ ਬਾਦਸ਼ਾਹ ਦੀ ਬੇਟੀ ਦੀ ਨਜ਼ਰ ਪਈ। ਜਦੋਂ ਪਹਿਰੇਦਾਰ ਤੇ ਨਜ਼ਰ ਪਈ ਨਾ, ਤੇ ਇਤਿਹਾਸ ਕਹਿੰਦਾ ਗੁਰਮੁਖ ਪਿਆਰਿਓ ਇਹੋ ਜਿਹਾ ਚਿਹਰਾ ਸੀ, ਐਸਾ ਸੁੰਦਰ ਸਰੂਪ ਸੀ ਭਾਈ ਸੰਤ ਰਾਮ ਦਾ ਕਿ ਜਹਾਂਗੀਰ ਬਾਦਸ਼ਾਹ ਦੀ ਬੇਟੀ ਦਾ ਮਨ ਲੁਭਾਏ ਮਨ ਹੋ ਗਿਆ, ਤੇ ਮਨ ਹੀ ਮਨ ਸੋਚਿਆ ਕਿ ਜੇ ਨਿਕਾਹ ਕਰਨਾ ਤੇ ਇਹੋ ਜਿਹੇ ਬੰਦੇ ਦੇ ਨਾਲ, ਇਹੋ ਜਿਹਾ ਸੋਹਣਾ ਸਰੂਪ। ਅਕਸਰ ਗੁਰਮੁਖ ਪਿਆਰੇ ਬੱਚੇ ਬੱਚੀਆਂ ਇਹੋ ਜਿਹਾ ਮਨ ਚ ਖਿਆਲ ਕਰ ਲੈਂਦੇ ਆ, ਮਨ ਚ ਭਾਵਨਾ ਹੁੰਦੀ ਹੈ ਬੱਚੇ ਬੱਚੀ ਦੇ ਮਨ ਵਿੱਚ, ਜਿਹਦੇ ਨਾਲ ਮੇਰਾ ਵਿਆਹ ਹੋਵੇ, ਸੋਹਣਾ ਸਰੂਪ, ਸੁੰਦਰ ਸਰੂਪ ਹੋਵੇ। ਤੇ ਅੱਜ ਜਹਾਂਗੀਰ ਦੀ ਬੇਟੀ ਨੇ ਐਸਾ ਫੁਰਨਾ ਮਨ ਵਿੱਚ ਕਰ ਲਿਆ, ਪਰ ਸਿੱਖ ਨੂੰ ਨਹੀਂ ਪਤਾ, ਪਹਿਰੇਦਾਰ ਭਾਈ ਸੰਤ ਰਾਮ ਨੂੰ ਨਹੀਂ ਪਤਾ। ਮਨ ਵਿੱਚ ਫੁਰਨਾ ਕੀਤਾ, ਆਪਣੀ ਮਾਂ ਨੂੰ ਦੱਸਿਆ, ਮਾਂ ਦੇ ਨਾਲ ਮਾਂ ਧੀ ਦੀ ਸਾਂਝ ਬੈਠਣਾ ਦੀ, ਗੁਰਮੁਖ ਪਿਆਰਿਓ ਜਹਾਂਗੀਰ ਬਾਦਸ਼ਾਹ ਦੀ ਬੇਗਮ ਨੂੰ ਦੱਸਿਆ ਆਪਣੀ ਮਾਂ ਨੂੰ, ਕਹਿੰਦੀ ਮਾਂ ਜੇ ਨਿਕਾਹ ਕਰਨਾ ਤੇ ਉਸ ਪਹਿਰੇਦਾਰ ਦੇ ਨਾਲ, ਏਡਾ ਸੋਹਣਾ ਸਰੂਪ ਉਸਦਾ। ਤੇ ਹੁਣ ਜਦੋਂ ਮਾਂ ਨੇ ਬਥੇਰਾ ਸਮਝਾਇਆ, ਸੁਣ ਕੇ ਗੱਲ ਆਖੀ ਆ, ਪੁੱਤ ਕਿੱਥੇ ਤੂੰ ਬਾਦਸ਼ਾਹ ਦੀ ਰਾਜਕੁਮਾਰੀ ਬੇਟੀ, ਕਿੱਥੇ ਇੱਕ ਪਹਿਰੇਦਾਰ ਸੰਬੰਧ ਨਹੀਂ ਬਣਦਾ, ਬਾਦਸ਼ਾਹ ਕਿਸੇ ਅਹਿਲਕਾਰ ਕਿਸੇ ਸੂਬੇਦਾਰ ਨਾਲ ਤੇਰਾ ਨਿਕਾਹ ਕਰੂਗਾ ਕੋਈ ਬਰਾਬਰ ਦੇ ਨਾਲ, ਤੂੰ ਕਿਹੋ ਜਿਹਾ ਫੁਰਨਾ ਮਨ ਚ ਲੈ ਲਿਆ। ਕਹਿਣ ਲੱਗੀ ਨਾ ਮਾਂ, ਮਰਨਾ ਮਨਜ਼ੂਰ ਆ, ਪਰ ਨਿਕਾਹ ਉਸ ਪਹਿਰੇਦਾਰ ਨਾਲ ਹੀ ਕਰਨਾ ਆਖਿਆ, ਉਹ ਤੇ ਹੈ ਵੀ ਸਿੱਖ ਆ, ਆਪਾਂ ਮੁਸਲਮਾਨ, ਇਸਲਾਮ ਦੀ ਸ਼ਰ੍ਹਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਪਰ ਹੁਣ ਮਨ ਗੁਰਮੁਖ ਪਿਆਰੇ ਲੁਭਾਈਮਾਨ ਹੋਇਆ ਸੀ ਜਹਾਂਗੀਰ ਬਾਦਸ਼ਾਹ ਦੀ ਬੇਟੀ ਦਾ, ਕਹਿਣ ਲੱਗੀ ਨਾ ਮਾਂ, ਜੋ ਮਰਜ਼ੀ ਹੋਵੇ ਨਿਕਾਹ ਉਹਦੇ ਨਾਲ ਕਰਨਾ। ਹੁਣ ਗੁਰਮੁਖ ਪਿਆਰਿਓ ਜਦੋਂ ਆਹ ਗੱਲ ਹੋਈ ਨਾ, ਕੁਝ ਦਿਨ ਲੱਗੇ ਮਾਂ ਫਿਕਰ ਵਿੱਚ ਪੈ ਗਈ, ਬਾਦਸ਼ਾਹ ਨਾਲ ਅਕਸਰ ਗੱਲ ਤੇ ਸਾਂਝੀ ਕਰਨੀ ਸੀ, ਬਾਦਸ਼ਾਹ ਨਾਲ ਇੱਕ ਦਿਨ ਗੱਲ ਸਾਂਝੀ ਕੀਤੀ ਉਸ ਆਪਣੀ ਬੇਟੀ ਦੇ ਬਾਪ ਨਾਲ, ਆਖਿਆ ਬਾਦਸ਼ਾਹ ਆਹ ਗੱਲ ਪਹਿਲਾਂ ਤੇ ਸੁਣਦਿਆਂ ਹੀ ਅੱਗ ਬਬੂਲਾ ਹੋ ਗਿਆ ਵੀ ਆਹ ਗੱਲ ਕਿਉਂ। ਤੇ ਗੁਰਮੁਖ ਪਿਆਰਿਓ ਫਿਰ ਗੁੱਸੇ ਵਿੱਚ ਆਇਆ ਤੇ ਆਪਣੀ ਬੇਗਮ ਨੂੰ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ, ਏਦਾਂ ਨਹੀਂ ਹੋ ਸਕਦਾ। ਬੇਗਮ ਨੇ ਬਥੇਰਾ ਸਮਝਾਇਆ, ਕੁਝ ਦਿਨ ਲੰਘੇ ਪਿਆਰ ਨਾਲ ਸਮਝਾਉਂਦਿਆਂ, ਅਖੀਰ ਉਹਨੇ ਰਾਹ ਦੱਸਿਆ, ਕਹਿੰਦੇ ਵੀ ਉਹ ਤੇ ਮਰਨਾ ਮਨਜ਼ੂਰ ਆ, ਪਰ ਜਹਾਂਗੀਰ ਨੂੰ ਬੇਟੀ ਨਾਲ ਪਿਆਰ ਵੀ ਬਹੁਤ ਸੀ, ਬੇਟੀ ਨੂੰ ਸਮਝਾਉਣ ਦੀ ਗੱਲ ਆ ਗਈ। ਸਾਰੇ ਇਕੱਠੇ ਬੈਠੇ ਸਮਝਾਇਆ ਜਹਾਂਗੀਰ ਬਾਦਸ਼ਾਹ ਨੇ, ਬੇਗਮ ਨੇ ਬੇਟੀ ਨੂੰ, ਕਹਿਣ ਲੱਗੀ ਨਹੀਂ ਮੈਂ ਤੇ ਮਨ ਚ ਫੁਰਨਾ ਪੱਕਾ ਹੀ ਕਰ ਲਿਆ, ਨਿਕਾਹ ਕਰਨਾ ਤੇ ਉਸ ਪਹਿਰੇਦਾਰ ਨਾਲ ਨਹੀਂ ਤੇ ਕਰਨਾ ਨੀ, ਮਰਨਾ ਮਨਜ਼ੂਰ ਆ। ਫਿਰ ਉਸ ਵੇਲੇ ਬਾਦਸ਼ਾਹ ਕਹਿੰਦਾ ਚਲੋ ਹੱਲ ਕੱਢਦੇ, ਹੱਲ ਕੀ ਕੱਢਿਆ, ਕਹਿੰਦਾ ਇਹਨੂੰ ਇਸਲਾਮ ਚ ਕਨਵਰਟ ਕਰਕੇ, ਤਬਦੀਲ ਕਰਕੇ ਤੇ ਇਹਨੂੰ ਕਿਸੇ ਸੂਬੇ ਦਾ ਸੂਬੇਦਾਰ ਲਾ ਦਿੰਦੇ ਆ, ਤੇ ਫਿਰ ਉਹਦੇ ਨਾਲ ਨਿਕਾਹ ਸੂਬੇਦਾਰ ਬਣਾ ਦਿੰਦੇ।
ਹੁਣ ਬਾਦਸ਼ਾਹ ਇਹਨੂੰ ਵੀ ਅਮੀਰ ਬਰਾਬਰ ਕਰ ਲੈਨੇ, ਸੂਬੇਦਾਰ ਬਣਾ ਲੈਨੇ ਆ। ਜਦੋਂ ਆਹ ਗੱਲ ਕਰ ਰਿਹਾ ਸੀ ਨਾ ਤੇ ਦੂਸਰਾ ਪਹਿਰੇਦਾਰ ਕੋਲ ਖੜਾ ਸੁਣ ਰਿਹਾ ਸੀ, ਉਹਨਾਂ ਦੀ ਗੁਫ਼ਤਗੂ ਹੋ ਰਹੀ ਸੀ ਤੇ ਉਹਨੇ ਘਰ ਵਿੱਚ ਜਾ ਕੇ ਗੁਰਮੁਖ ਪਿਆਰੇ ਆਪਣੀ ਘਰਵਾਲੀ ਨੂੰ ਦੱਸਿਆ ਪਹਿਰੇਦਾਰ ਨੇ ਕਿ ਜਿਹੜਾ ਮੇਰਾ ਸਾਥੀ ਆ ਨਾ। ਹੁਣ ਜਿਸ ਵੇਲੇ ਆਹ ਗੱਲਬਾਤ ਪਹਿਰੇਦਾਰ ਨੇ ਸੁਣੀ, ਪਹਿਰੇਦਾਰ ਦੀ ਘਰਵਾਲੀ ਨੇ ਸੁਣੀ, ਉਹ ਬਾਦਸ਼ਾਹ ਦੀ ਬੇਗਮ ਦੇ ਕੋਲ ਡਿਊਟੀ ਕਰਦੀ, ਉਹਨੇ ਜਾ ਕੇ ਪਹਿਰੇਦਾਰ ਨੂੰ ਦੱਸਿਆ। ਐਸਾ ਇਤਿਹਾਸ ਵਿੱਚ ਜ਼ਿਕਰ ਆ ਕਿ ਪਹਿਰੇਦਾਰ ਨੂੰ ਉਹਦੀ ਘਰਵਾਲੀ ਨੇ ਜਾ ਕੇ ਦੱਸਿਆ, ਕਹਿਣ ਲੱਗੀ ਜਿਹੜਾ ਤੁਹਾਡਾ ਦੋਸਤ ਨਾਲ ਪਹਿਰੇਦਾਰ ਤੁਹਾਡੇ, ਤੁਸੀਂ ਇਕੱਠੇ ਕਈ ਵਾਰੀ ਜਪ ਤਪ ਦੀਆਂ ਗੱਲਾਂ ਕਰਦੇ, ਉਹ ਮੁਸਲਮਾਨ ਸੀ, ਬੰਦਗੀ ਦੀਆਂ ਗੱਲਾਂ ਕਰਦੇ ਭਗਤੀ ਦੀਆਂ, ਉਹਦੀ ਤੇ ਕਿਸਮਤ ਖੁੱਲ ਗਈ, ਭਗਤੀ ਸਫਲ ਹੋ ਗਈ, ਬਾਦਸ਼ਾਹ ਨੇ ਆਪਣੀ ਬੇਟੀ ਦਾ ਨਿਕਾਹ ਕਰਨ ਲਈ ਹਾਂ ਭਰ ਦਿੱਤੀ ਤੇ ਉਹਨੂੰ ਕਿਸੇ ਸੂਬੇ ਦਾ ਸੂਬੇਦਾਰ ਬਣਾਉਣ ਵਾਸਤੇ। ਜਦੋਂ ਘਰਵਾਲੀ ਨੇ ਉਹ ਪਹਿਰੇਦਾਰ ਨੂੰ ਦੱਸਿਆ ਤੇ ਪਹਿਰੇਦਾਰ ਦਾ ਦੋਸਤ ਸੀ ਸੰਤ ਰਾਮ, ਉਹਨੇ ਆ ਕੇ ਜਦੋਂ ਡਿਊਟੀ ਤੇ ਆਇਆ ਤੇ ਵਧਾਈ ਮੁਬਾਰਕ, ਆਖਿਆ ਸੰਤ ਰਾਮਾ ਤੇਰੇ ਤੇ ਭਾਗ ਖੁੱਲ ਗਏ, ਤੇਰੀ ਭਗਤੀ ਸਫਲ ਹੋ ਗਈ, ਤੇਰਨਾ ਤੇ ਉਹ ਕਹਿੰਦਾ ਦੱਸ ਗੱਲ ਕੀ ਆ, ਕਹਿੰਦਾ ਤੈਨੂੰ ਤੇ ਬਾਦਸ਼ਾਹ ਸੂਬੇਦਾਰ ਲੱਗਿਆ ਬਣਾਉਣ ਕਿਸੇ ਸੂਬੇ ਦਾ, ਉਹ ਕਹਿੰਦਾ ਇੰਨੀ ਮੇਰੇ ਤੇ ਰਹਿਮਤ ਕਾਹਦੇ ਵਾਸਤੇ ਕਰਨ ਲੱਗਿਆ। ਉਹ ਕਹਿੰਦੇ ਉਹਦੀ ਬੇਟੀ ਨੇ ਤੈਨੂੰ ਪਸੰਦ ਕਰ ਲਿਆ, ਤੇਰੇ ਨਾਲ ਨਿਕਾਹ ਕਰਨਾ ਤੇ ਉਹਨੂੰ ਤੈਨੂੰ ਬਰਾਬਰ ਦਾ ਕਰਕੇ ਸੂਬੇਦਾਰ ਬਣਾ ਕੇ ਤੇਰੇ ਨਾਲ ਨਿਕਾਹ ਕਰਨਾ। ਜਦੋਂ ਆਹ ਗੱਲ ਸਿੱਖ ਨੇ ਸੁਣੀ, ਗੁਰਮੁਖ ਪਿਆਰੇ ਗੁਰੂ ਕਾ ਸਿੱਖ ਸਿੱਖੀ ਵਿੱਚ ਰੰਗਿਆ ਹੋਇਆ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਿੰਡ ਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗਾ ਦਾਗਾ। ਉੱਥੇ ਕੋਈ ਲੋਭ ਲਾਲਚ ਵਾਲੀ ਗੱਲ ਨਹੀਂ ਸੀ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਸਾਰਾ ਕੁਝ ਛੱਡਿਆ ਗੁਰੂ ਦੀ ਸਿੱਖੀ, ਨਾਮ ਜਿੱਥੇ ਵਸਿਆ, ਤ੍ਰਿਸ਼ਨਾ ਕਿੱਥੇ, ਬੰਦਗੀ ਜਿੱਥੇ ਵਸੀ ਆ, ਉੱਥੇ ਫਿਰ ਆਸਾ ਵਾਸ਼ਨਾਵਾਂ ਲੋਭ ਲਾਲਚ ਕਿੱਥੇ। ਕਹਿਣ ਲੱਗਾ ਪਹਿਰੇਦਾਰਾ ਭਰਾਵਾ, ਮੈਂ ਗੁਰੂ ਕਾ ਸਿੱਖ ਆ, ਸਿੱਖੀ ਮੇਰੇ ਰੋਮ ਰੋਮ ਚ ਆ, ਮੈਂ ਮੁਸਲਮਾਨ ਨਹੀਂ ਬਣਨਾ, ਉਹਨਾਂ ਨੂੰ ਉਹਨਾਂ ਦਾ ਧਰਮ ਵਿਵਹਾਰਕ ਮੈਨੂੰ ਮੇਰਾ, ਮੈਂ ਨੀ ਸੂਬੇਦਾਰ ਬਣਨਾ, ਨਾ ਮੈਂ ਬੇਟੀ ਦਾ ਨਿਕਾਹ ਲਵਾਂ ਬਾਦਸ਼ਾਹ ਜੀ ਦਾ, ਉਹ ਮੁਸਲਮਾਨ, ਮੈਂ ਸਿੱਖ ਆ, ਗੁਰੂ ਕਾ ਵਿਵਾਹ ਹੋਊਗਾ ਤੇ ਕਿਸੇ ਸਿੱਖ ਦੇ ਨਾਲ ਹੀ ਹੋਊਗਾ, ਕਿਸੇ ਸਿੱਖਣੀ ਗੁਰੂ ਕੀ ਪੁੱਤਰੀ ਦੇ ਨਾਲ, ਮੁਸਲਮਾਨ ਦੇ ਨਾਲ, ਮੁਸਲਮਾਨਣੀ ਦੇ ਨਾਲ ਮੈਂ ਨਿਕਾਹ ਨਹੀਂ ਕਰ ਸਕਦਾ। ਉਹ ਕਹਿਣ ਲੱਗਿਆ ਮੈਂ ਤੇ ਤੈਨੂੰ ਮੁਬਾਰਕਾਂ ਦੇ ਰਿਹਾ, ਏਡੀ ਖੁਸ਼ੀ ਦੀ ਗੱਲ ਆ, ਲੋਕ ਦੇ ਲੱਭਦੇ ਆ ਕਿ ਬਾਦਸ਼ਾਹ ਦੇ ਸੰਬੰਧੀ ਬਣ ਜਾਈਏ, ਅਮੀਰਾਂ ਦੇ ਆ ਰਾਜੇ ਲੋਕਾਂ ਦੇ ਸੰਬੰਧੀ ਬਣ ਜਾਈਏ, ਨਾਲੇ ਸੂਬੇਦਾਰ ਤਰੱਕੀਆਂ ਲੋਕ ਲੱਭਦੇ ਆ, ਪਰ ਤੈਨੂੰ ਤੇ ਖੁਦ ਬਾ ਖੁਦ ਬਾਦਸ਼ਾਹ ਨੇ ਚੁਣਿਆ, ਉਹਦੀ ਬੇਟੀ ਨੇ ਪਸੰਦ ਕੀਤਾ, ਪਰ ਗੁਰੂ ਕਾ ਸਿੱਖ ਸੀ, ਬਾਣੀ ਨਾਲ ਜੁੜਿਆ ਹੋਇਆ, ਭਜਨ ਪਾਠ ਨਾਲ ਜੁੜਿਆ ਹੋਇਆ, ਧਰਮ ਸੀ ਪਿਆਰਾ ਉੱਥੇ, ਗੁਰਮੁਖ ਪਿਆਰੇ ਆ, ਉੱਥੇ ਕੋਈ ਲੋਭ ਲਾਲਚ ਵਾਲੀ ਗੱਲ ਨਹੀਂ ਸੀ। ਆਖਿਆ ਨਹੀਂ ਬਈ ਭਰਾਵਾ, ਕਹਿੰਦਾ ਫਿਰ, ਕਹਿੰਦਾ ਫੜ ਵਰਸ਼ਾ ਤੇ ਮੈਨੂੰ ਹੁਣ ਆਪਣਾ ਰਾਹ ਲੈਣ ਦੇ, ਪਰ ਦੱਸੀ ਨਾ। ਜਦੋਂ ਆਹ ਗੱਲ ਗੁਰਮੁਖ ਪਿਆਰੇ ਪਹਿਰੇਦਾਰ ਸਾਥੀ ਨੂੰ ਫੜਾ ਤਾ ਵਰਸ਼ਾ ਤੇ ਆਪ ਨਿਕਲਿਆ ਦਰਬਾਰ ਚੋਂ, ਨੌਕਰੀ ਹੋਈ ਸਮਾਪਤ, ਜਿਸ ਵੇਲੇ ਡਿਊਟੀ ਸਮਾਪਤ ਹੋਈ ਨਿਕਲਿਆ, ਛੱਡਤਾ ਬਾਦਸ਼ਾਹ ਦਾ ਦਰਬਾਰ, ਲਾਹੌਰ ਛੱਡਤਾ, ਦਿਨੇ ਕਿਤੇ ਉਜਾੜ ਬੀਆ ਬਣ ਝੱਲ ਵਿੱਚ ਬੈਠ ਦਿਆ ਕਰੇ ਤੇ ਰਾਤ ਨੂੰ ਸਫ਼ਰ ਕਰਿਆ ਕਰੇ, ਕਿੱਧਰ ਨੂੰ, ਪਿਸ਼ਾਵਰ ਨੂੰ ਤੁਰ ਪਿਆ। ਗੁਰੂ ਕਾ ਸਿੱਖ ਬਾਦਸ਼ਾਹ ਦੀ ਨੌਕਰੀ ਦਰਬਾਰ ਛੱਡ ਕੇ, ਕਿਉਂਕਿ ਧਰਮ ਪਿਆਰਾ, ਉੱਥੇ ਲੋਭ ਲਾਲਚਾਂ ਦੀ ਗੱਲ ਨੀ, ਧਰਮ ਪਿਆਰਾ, ਗੁਰੂ ਕਾ ਸਿੱਖ ਛੱਡ ਕੇ ਗੁਰਮੁਖ ਪਿਆਰੇ ਪਿਸ਼ਾਵਰ ਜਾ ਪਹੁੰਚਿਆ। ਤੇ ਜਦੋਂ ਪਹਿਰੇਦਾਰ ਨੌਕਰੀ ਤੇ ਨਾ ਆਇਆ ਤੇ ਪੁੱਛਿਆ ਬਾਦਸ਼ਾਹ ਨੇ, ਕਹਿੰਦੇ ਉਹ ਤੇ ਆਇਆ ਹੀ ਨੀ ਨੌਕਰੀ ਤੇ, ਸਾਰੀ ਗੱਲ ਦਾ ਪਤਾ ਲੱਗਿਆ, ਪਹਿਰੇਦਾਰ ਨੇ ਦੱਸਿਆ, ਕਹਿੰਦੇ ਵੀ ਉਹ ਤੇ ਕਹਿੰਦਾ ਸਿੱਖੀ ਨਹੀਂ ਛੱਡਣੇ, ਨਹੀਂ ਸੂਬੇਦਾਰ ਬਣਨਾ, ਨਹੀਂ ਬਾਦਸ਼ਾਹ ਦੀ ਬੇਟੀ ਦਾ ਨਿਕਾਹ ਪੜਨਾ ਨਾਲ, ਕਹਿੰਦੇ ਕਿੱਥੇ, ਕਹਿੰਦੇ ਪਤਾ ਨਹੀਂ, ਲਾਹੌਰ ਛੱਡ ਗਿਆ। ਬਾਦਸ਼ਾਹ ਨੇ ਗੁਰਮੁਖ ਪਿਆਰੇ ਮਨਾਦੀ ਕਰਵਾ ਦਿੱਤੀ, ਬੰਦੇ ਛੱਡ ਦਿੱਤੇ ਸਿਪਾਹੀ, ਬਈ ਲੱਭੋ ਉਸਨੂੰ, ਭੁਲੀਆ ਦੱਸ ਦਿੱਤਾ ਬਈ ਲੱਭੋ, ਜਾ ਕੇ ਲਿਆਓ ਉਹਨੂੰ, ਤੇ ਨਾਲ ਹੀ ਕਹਿ ਦਿੱਤਾ ਜੇ ਜਿਉਂਦਾ ਮਿਲੇ, ਮੰਨ ਜਾਵੇ ਨਿਕਾਹ ਵਾਸਤੇ ਇਸਲਾਮ ਕਬੂਲ ਕਰਨ ਲਈ, ਤੇ ਫਿਰ ਤੇ ਜਿਉਂਦਾ ਲਾਇਓ ਮੇਰੇ ਕੋਲ, ਤੇ ਜੇ ਮੰਨੇ ਨਾ ਨਾ ਪੁੱਛ ਕੇ ਦੇਖ ਲਿਓ, ਫਿਰ ਉਹਦਾ ਸਿਰ ਹੀ ਵੱਢ ਕੇ ਲਿਆਇਓ। ਕਹਿੰਦੇ ਜਿਉਂਦਾ ਨਹੀਂ, ਸਿਰ ਹੀ ਵੱਢ ਕੇ ਲਿਆਇਓ। ਬਾਦਸ਼ਾਹ ਜਹਾਂਗੀਰ ਕਹਿੰਦਾ ਜਿਉਂਦਾ ਨਾ ਲਿਆਇਓ। ਹੁਣ ਬਾਦਸ਼ਾਹ ਲੋਕ, ਰਾਜੇ ਲੋਕ ਕੌਣ ਉਹਨਾਂ ਨੂੰ ਰੋਕੇ, ਜੋ ਕਹਿਤਾ ਕਹਿਤਾ ਉਹੀ ਕਰਨਾ।
आले दुआले ते खुशामदीद ही होंदे आ गुरमुख प्यारे उन्होंने ते जो नाले सत बचन दे घर ही जो कहता चंगा करे माड़ा करे बादशाह नाले गालो दी बेटी दे निकाह दा सवाल सीगा ते बदनामी हेठी भी समझदा सी कि कमाल एक पहरेदार छोटी जी नौकरी करन वाला उन्हूं मैं दमाद होना मन लिया मैं फैसला कर लिया ते उन्हूं सूबेदार बनाउणा एक सूबे दा मैं मन च फैसला कर लिया ते ओ मेरी सूबेदारी ठकरा के मेरी धी दा निकाह ठकरा के रिश्ता नाता ठकरा के ते ओ ते नीमा दिखा गया बदनामी कित्थों झले होवे बादशाह कोलों ए हेठी मनादी करवा दिती किन्ने क दिन लुकदा सिख गुरमुख प्यारियो किन्ने क दिन बचाउंदा अपने आप ना अज पेशावर दे विच इक धर्मशाला च वड़न लग्गिया हुलिया वेख के सिपाहियां पछाण लिया ते पेशावर दे सूबेदार दे पेश कर दिता भाई संत राम नूं जदों सूबेदार दे पेश कीता ते सूबेदार कहिंदा होए कमलिया सिखा ओ मैं लोचदा के बादशाह मैनू अपना दमाद बना लवे मेरे नाल नाता जोड़ के संबंधी बन जावे ओ तेरे ते कर्म खुले भाग खुले तू ठकरा के छड़े आया कमलिया की सोचिया तैं पेशावर दा जेड़ा सूबेदार सी जदों उन्हें आखिया ना ते भाई संत राम गुरु का सिख कहिंदा भाई तुहानू मुबारक सूबेदारियां ते बादशाह दियां रिश्तेदारियां मैं ते गुरु का सिख हां रोजी रोटी कमाउण लई नौकरी करदा सी उत्थे मैं अपना धर्म नहीं वेचदा मेरा जेड़ा धर्म सतगुर ने सिखी मैनू बख्शी आ मैनू ते सिखी प्यारी आ ते पेशावर दे सूबेदार ने आख्या पसौर दे सूबेदार कहिंदा फिर गांह ला हुकम सुन ला बादशाह ने आख्या जे ते निकाह मन जे ते लै आयो जिउंदा फड़िया तू गया ते जे निकाह नहीं मनदा ते हुण फिर सिर वखरा ते धड़ वखरा करना गुरु का सिख संत राम कहिंदा भी इस वास्ते मैं तैयार हां मौत दी परवाह नहीं भै काहू को दे देना नै पै मान ते आन जो नर दुख मैं दुख नहीं मन सुख स्नेह अर भै नहीं जाके कंचन माटी मन गुरु का सिख कहन लगा मौत दा डर कोई नहीं मौत दा भै कोई नहीं है धर्म साबित रहना चाहिदा मैं गुरु दा सिख गुरु दा गोला गुरु दा झाड़ू बरदार गुरु दा कूकर हां अदना जा सिख मेरी सिखी सलामत रहनी चाहिदी है गुरु दी बाणी ने गुरु दे बचना ने यही सिखाया कि धर्म प्यारा रखना जान भी प्यारी किते धर्म पिछे देनी पवे ना ते जान दे देनी धर्म नहीं जान दे मौत लई तैयार हां कहिंदे आखरी इच्छा दस दे कोई कहिंदा नदी ते इशनान करा लो बाणी पढ़ूंगा जब जी दा पाठ जदों पूरा हो जे मेरा ते जदों मैं सिर नवा के सतगुरु नूं सिर उतां नूं चक्कां ना ते उदों तलवार चला के सिर धड़ तों वखरा कर लिओ कहिंदा पर मैं सिखी नहीं छड्डणी धर्म नहीं छड्डणा ते सौर को सूबेदार नूं भाई संत राम की कहिंदा मैनू धर्म प्यारी अपनी
मेरे प्यारे जिंद ना प्यारी अपनी अरे 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 ओ जिंद ना प्यारी अपनी हां जिंद ना प्यारी अपनी जिंदना प्यारी अपनी मनो धर्म प्यारा अपना जिंदना प्यारी अपनी मनो धर्म प्यारा अपना जिंदना प्यारी अपनी धर्म प्यारा अपना जिंदना प्यारी अपनी मनो धर्म धन गुरु का सिख भाई संत राम गुरु अर्जुन दे महाराज दा सिख आख्या सूबेदारा ना मैनू सूबेदारी दा लालच आ ना बादशाह दी बेटी दे निकाह दा मैनू ते अपना धर्म प्यारा धर्म मैनू मौत दे डरावे ना दे मौत दी परवाह नहीं सगों शरीर तो सुरखरू कर दे सिखी सिदक केसां सवासां नाल निभ जाऊगा ना मैनू बादशाह दा दमाद बनना पवे ते ना सूबेदार ते ना सिखी चो इस्लाम च जाना पवे मौत कबूल आ मैनू मरना कबूल आ पहला मरन कबूल मैं ते पढ़िया सतगुर दी बाणी च हिरदे च वसिया मेरे सतगुर दी कृपा नाल रोम रोम विच पहला मरन कबूल जीवन की छड़ियास हो सबना की रेणका तो आओ हमारे पास इथे तो पहला मरना कबूलना पैंदा गुरु दे दर ते आउणा गुरु दे सिख जिहड़े गुरसिख बन जांदे गुरु दे प्यार वाले जिन्हें सिखी सिदक निभाया जिन्हां दा जीवन साडे लई चानण मुनारा मार्ग दर्शन करदा आ उहनां नूं सजदा करदे असीं गुरु दी सिखी नाल जुड़ जाइए गुरमुख नाल जुड़ जाइए परमात्मा नाल जुड़ जाइए धन गुरु के सिख गुरमुख प्यारे जिन्हें सिखी सिदक निभाया तो जिन्हां दी नित अरदासां करदे जिन्हां दे जिक्र अरदास विच आउंदे जिन्हां सिंघां सिंघणियां धर्म हेत शीश दित्ते बंद बंद कटाए खोपड़ियां लोहाइयां चरखड़ियां ते चढ़े तनारियां नाल चराए जींदे जंडां नाल बन्ह के साड़े गोलियां डांगां दा शिकार होए गड्डियां हेठ लताड़े गए सिखी सिदक केसां सवासां नाल निभाया फांसियां दे टंगे गए गुरमुख प्यारे जिन्हां मतावां बीबियां भैणां मीर मन्नू दी जेल विच सवा सवा मन दे गिले पीसने पीसे खन्नी खन्नी रोटी ते गुजारा कीता बच्चियां दे डक्करे करा झोलियां च पवाए गलां च हार पवाए नेजियां ते टंगवाए पर सिखी सिदक धर्म नहीं हारिया गुरसिखी भाणे नूं मिठा मिठा करके मन्निया तिन्हां पुरातन अते वर्तमान समें दे समूह शहीदां मुरीदां दे महान पावन करड़ी कमाई दा ते अंतर के सर्वत खालसा जी साहब बोलो जी वाहगुरु बोलो जी वाहगुरु आओ गुरमुख प्यारे उहनां दा जिक्र अरदासां विच हुंदा परवान होए साडे लई चानण मुनारा गुरु का सिख भाई संत राम कहिंदा मरना कबूल आ जिस मरने ते जग डरै मेरा मन आनंद मरने ही ते पाई पूर्ण परमानंद जे मरना सब जगत तरासिया सो मरना गुरशब्द परकासे अब कैसे मरो मरन मन मानिया मर मर जाते जिन राम न जानिया गुरु का सिख भाई संत राम कहिंदे आखरी इच्छा कहिंदा इशनान कराओ ਲੈ ਗਏ ਸਖਤ ਪਹਿਰੇ ਹੇਠ ਨਦੀ ਤੇ ਵਗਦੇ ਜਲ ਚ ਇਸ਼ਨਾਨ ਕੀਤਾ ਲੈ ਆਂਦਾ ਜਿੱਥੇ ਕਤਲ ਕਰਨਾ ਸੀ ਸਿੱਖ ਨੂੰ ਸ਼ਹੀਦ ਕਰਨਾ ਬੈਠ ਗਿਆ ਕਲਾਥੀ ਮਾਰ ਕੇ ਜਪਜੀ ਸਾਹਿਬ ਦਾ ਪਾਠ ਅੜੰਭਿਆ ਸਿੱਖ ਨੇ ਬਾਣੀ ਪੜ੍ਹੀ ਮੂਲ ਮੰਤਰ ਪੜ੍ਹਿਆ ਸੁਣਿਆ ਦੀਆਂ ਪੌੜੀਆਂ ਮੰਨੇ ਦੀਆਂ ਪੌੜੀਆਂ ਪੰਜ ਪ੍ਰਵਾਨ ਦੀ ਪੌੜੀ ਸੋਧਰ ਦੀ ਪੌੜੀ ਪੜ੍ਹੀ ਅਸੰਖ ਦੀਆਂ ਪੌੜੀਆਂ ਸੋਧਰ ਦੀ ਪੌੜੀ
ਧਰਮ ਖੰਡ, ਕਰਮ ਖੰਡ, ਗਿਆਨ ਖੰਡ, ਸੱਚ ਖੰਡ, ਪੰਜ ਖੰਡਾਂ ਦਾ ਜ਼ਿਕਰ ਜਪਜੀ ਸਾਹਿਬ ਦੀ ਬਾਣੀ ਚ ਪੜਦਾ ਗਿਆ ਸਿੱਖ ਆਤਮਕ ਆਨੰਦ ਵਿੱਚ। ਬਾਣੀ ਕੀ ਪੜਦਾ ਸਿੱਖ? ਬਾਣੀ ਦਾ ਰੂਪ ਆ। ਅਸੀਂ ਬਾਣੀ ਪੜ੍ਹਦੇ, ਭਜਨ ਸਿਮਰਨ ਕਰਦੇ, ਬਾਣੀ ਭਜਨ ਸਿਮਰਨ ਦਾ ਰੂਪ ਹੋ ਜਾਈਏ। ਆਓ ਹਾਂ, ਸਿੱਖ ਬਾਣੀ ਪੜ੍ਹ ਰਿਹਾ ਸੰਤ ਰਾਮ, ਤੇ ਅਸੀਂ ਵੀ ਜਰਾ ਸਿਮਰਨ ਵਿੱਚ ਲੀਨ ਹੋ ਜਾਈਏ। ਵਾਹਿਗੁਰੂ ਮੰਤਰ ਦਾ ਸਿਮਰਨ ਜੋ ਸਦਾ ਕਰਨਾ, ਉੱਠਦਿਆਂ ਬਹਿੰਦਿਆਂ, ਉਠਤ ਬੈਠ ਕੇ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੈ। ਸਾਰੇ ਪਲਾਥੀਆਂ ਮਾਰ ਕੇ ਬੈਠੋ, ਚੌਂਕੜੀਆਂ ਮਾਰ ਕੇ ਧਿਆਨ ਕਰੋ ਗੁਰੂ ਚਰਨਾਂ ਦਾ, ਤੇ ਸਾਰੇ ਸਿੱਖ ਉਧਰ ਜਪਜੀ ਸਾਹਿਬ ਪੜ ਰਿਹਾ, ਤੇ ਆਪਾਂ ਵਾਹਿਗੁਰੂ ਸਿਮਰਨ ਵਿੱਚ ਲੀਨ ਹੋਈਏ। ਫਿਰ ਆਗਾਂਹ ਵਿਚਾਰ ਵੱਲ ਵੱਧਦੇ, ਕੋਈ ਰਸਨਾ ਵਾਂਝੀ ਨਾ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹੀਆਂ ਨੂੰ ਪ੍ਰਤੱਖ ਜਾਣਦੇ, ਸਤਿਗੁਰ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੇ ਸਿਮਰਨ ਕਰੋ। ਵਾਹਿਗੁਰੂ, 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 ਵਾਹਿਗੁਰੂ। ਗੱਜ ਕੇ ਸ਼ਾਮਲ ਹੋਵੋ ਸਾਰੀ ਸੰਗਤ, ਗੱਜ ਕੇ ਸਾਰੇ। ਵਾਹਿਗੁਰੂ, 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 ਵਾਹਿਗੁਰੂ ਜੀ। ਗੁਰੂ ਕਾ ਸਿੱਖ ਭਾਈ ਸੰਤ ਰਾਮ ਬਾਣੀ ਪੜ ਰਿਹਾ, ਗੁਰਮੁਖ ਪਿਆਰੇ ਸਿਮਰਨ ਕਰ ਰਿਹਾ ਸੀ, ਬਾਣੀ ਪੜ੍ਹਨੀ। ਵਾਹਿਗੁਰੂ ਮੰਤਰ ਜੋ ਸਾਨੂੰ ਗੁਰਮੰਤਰ ਦਿੱਤਾ, ਪੰਜ ਪਿਆਰਿਆਂ ਦਾ ਜਾਪ ਕਰਨਾ, ਸਿਮਰਨ ਕਰਨਾ। ਅੱਜ ਤੇ ਮਾਫ ਕਰਿਓ, ਸਿਮਰਨ ਕਰਨ ਨੂੰ ਵੀ ਕੋਈ ਤੋਤਾ ਰਟਣ ਕਹਿਣ ਲੱਗ ਪਏ ਆ। ਅੱਜ ਬਾਣੀ ਪੜ੍ਹਨ ਨੂੰ ਵੀ ਤੋਤਾ ਰਟਣ, ਸਿਮਰਨ ਨੂੰ ਵੀ ਤੋਤਾ ਰਟਣ ਕਹਿਣ ਲੱਗ ਪਏ। ਗੁਰਮੁਖ ਪਿਆਰਿਓ, ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਪੌਸ਼ਟਿਕ ਭੋਜਨ ਚਾਹੀਦਾ, ਖੁਰਾਕ ਚਾਹੀਦੀ ਆ, ਇਸੇ ਤਰ੍ਹਾਂ ਆਤਮਾ ਦੀ ਖੁਰਾਕ ਆ ਬਾਣੀ ਸਿਮਰਨ ਭਜਨ। ਆਤਮਾ ਨੂੰ ਤੰਦਰੁਸਤ ਰੱਖਣ ਲਈ ਗੁਰਮੁਖ ਪਿਆਰਿਓ, ਆਤਮਕ ਤੌਰ ਤੇ ਤੰਦਰੁਸਤ ਰਹਿਣ ਵਾਸਤੇ, ਤੰਦਰੁਸਤ ਰਹਿਣ ਵਾਸਤੇ ਅਸੀਂ ਭਜਨ ਸਿਮਰਨ ਬੰਦਗੀ ਕੋਈ ਤੋਤਾ ਰਟਣ ਨਹੀਂ ਆ। ਸਰੀਰ ਨੂੰ ਰੋਜ਼ ਖੁਰਾਕ ਰੋਟੀ ਚਾਹੀਦੀ ਆ, ਇਸੇ ਤਰ੍ਹਾਂ ਨਿਤ ਨੇਮ ਤੈਨੂੰ ਗੁਰਮੁਖ ਪਿਆਰਿਓ ਆਤਮਕ ਤੌਰ ਤੇ ਬੁਲੰਦ ਰਹਿਣ ਲਈ ਰੋਜ਼ ਭਜਨ ਦੀ ਲੋੜ, ਸਿਮਰਨ ਦੀ ਲੋੜ, ਬਾਣੀ ਦੀ ਲੋੜ, ਨਿਤ ਨੇਮ ਦੀ ਲੋੜ ਆ। ਗੁਰੂ ਦਾ ਸਿੱਖ ਜਪਜੀ ਸਾਹਿਬ ਦਾ ਪਾਠ ਪੜ੍ਹ ਰਿਹਾ, ਦੇਖੋ ਗੁਰੂ ਕਾ ਸਿੱਖ ਸੂਬੇਦਾਰੀ ਠੁਕਰਾ ਦਿੱਤੀ,
बादशाह दी बेटी दा निकाह ठकरा देता। यह गुरु दे प्यारे गुरसिख गोले जेड़े बने गुरमुख प्यारे गुरु दे भगत बने सेवक बने एहो जे सेवक मान महान मंदे सो सेवक नाही तत दर्शी संतो कोई कोट मंदा ही कोट मध्य को विरला सेवक होर सगले बुहारी बिहारी ते बहुत आ बिजनेस मैन बिजनेस व्यापार ली तो बहुत पर सेवक कोई करोड़ा च विरला ते उन्हां दी फिर निभदी आ सेवक की ओड़क निभ प्रीत जीवत साहिब सेवियो अपना चलते राखियो चीतो है भगत परमात्मा दे जे कोई संसारी हुंदा कहिंदा वाह बादशाह दी बेटी दा निकाह ते सूबेदारी मिल रही है ते ठकरावां इत्थे ते माफ करियो छोटियां छोटियां मैंबरियां पिछे धर्म वेखदा छोटे छोटे लालचां पिछे एक शराब दे बोतल पिछे धर्म वेख जांदा सामने दिसदा बंदा भ्रिष्ट आ पर शराब दी बोतल 500,000 रुपया कहिंदा वोट पाओ इहदी संदूखड़ी च धर्म वेख जांदा शराब दी बोतल नाल 500,000 रुपये नाल धर्म वेख जांदा लीडरां दा वेख जांदा अकाल तख्त साहब दा हुक्मनामा नहीं दिसदा डेरे जा बैंदे वोटां दी भीख मंगण वास्ते माफ करियो धर्म वेख जांदा धर्म दी पार्टी श्रोमणी अकाली दल शहादतां पा के होंद विच पंथ ने जिवें गुरद्वारियां दे प्रबंध लई श्रोमणी गुरद्वारा प्रबंधक कमेटी होंद विच लियांदी ते उवें पंथ दी राजनीतिक पार्टी श्रोमणी अकाली दल लियांदा पर मौजूदा प्रधान वोटां दी खातर उत्थे शनि ते तेल पाउंदा देखिया फोटोआं प्रकाशित होईआं तुसीं देखीआं प्रधान धर्म दी पार्टी दा श्रोमणी अकाली दल दा ते पारिआ शनि ते तेल पता नहीं किहड़ा शनि टाल रिहा सी उत्थे तेल पा के साडा धर्म ते आगे ही नहीं दिंदा शनि ते तेल पाउणा साडा धर्म ते आगे ही नहीं दिंदा मड़ियां कबरां दी पूजा साडा धर्म ते शब्द दी पूजा शब्द गुरु सुरत धुन चेला जागत जोत जपै निस बसर एक बिना मनैक नयन साडा धर्म ते आग्या दिंदा मड़ियां कबरां दी पूजा साडा धर्म आग्या नहीं दिंदा साडा धर्म ते शब्द दी परमात्मा दी गुरु दी पूजा दी आग्या दिंदा गुरु परमेश्वर इको जान पर उत्थे देखो धर्म वेखदा शनि ते तेल पा रहे किते हवन करा रहे आ दसो किते मुकट पा रहे किते मत्थे ते तिलक लवा रहे दसो किहड़े पंथ दे आगू किहड़े पंथ दे लीडर आ कोई होर लवावे 100 वारी लवाई जावे पर किहड़े पंथ दे आगू किहड़े पंथ दे लीडर आ ते जे मेरे अरगा कोई कहिंदा कहिंदे फड़ो पा दिओ मुकदमा सिट दिओ जेल च पर सच दी गल कहणो ना जेलां रोक सकदियां ना मुकदमे रोक सकदे आ क्यों बाणी कहिंदी बोल सो धर्मीड़िया मोण कत धारी राम जे धर्मी आ ते बोल तेरी ड्यूटी आ ते बोल सुन साडी तुसी ड्यूटी लाई आ प्रचार प्रसार दी कर रहे आ ड्यूटी लाई तुसी साडी गुरमुख प्यारियो तखत साहबाना दी सरकारी जथेदारां नूं रद्द करके 10 नवंबर 2015 नूं सरबत खालसा विच निभा रहे आ ड्यूटी नहीं वेख्या सी कौन किन्ना बाहुबली आ किन्ना शक्तिशाली आ करदे पंथ चों बाहर कोई वास्ता नहीं इन्हां दा हुण असीं ते अपनी ड्यूटी निभाती हुण तुसीं अपनी निभाउणी आ तुसीं मनणा उह हुकम निरपख अकाल तखत साहब दा गंभीर विचारां गुरमत दी बाणी दी रोशनी च जे गलत आ ते बह के विचार कर लो जो निरपख ड्यूटी लाई निरपख कोई पख पात नहीं तुहाडे सामने ड्यूटी लाई आ निभा रहे आ गुरमुख प्यारे सतगुर रहमत करे गुरु आप कृपा करके संगत आशीर्वाद बख्श के ड्यूटी लै लैण नहीं परवाह मनी किसे दी भी कौन कड्डा बाहुबली है जगत मैं कान न कहूं की धरां जिथे धर्म दी गल कौम दी गल ईमान दी गल आ उथे कोई कड्डा बाहुबली होवे नहीं कोई घबराहट निजी वैर किसे नाल नहीं विरोध कोई नहीं किसे नाल वट दा रौला नहीं जमीन दा रौला नहीं पानी दा रौला नहीं है साडा किसे लीडर किसे आगू किसे पार्टी नाल धर्म दी गल किसे दे गिटे लगे गोडे लगे ड्यूटी निभा रहे हां जो ड्यूटियां तुसी बख्शियां गुरमुख प्यारे निरपख तौर ते गुरमत दी बाणी दी रोशनी आओ मैं बेनती कर रहा सी धर्म मुकदे देखो छोटे छोटे लालचां दे अंदर शनि दी पूजा इथे हमन हो रहे आ कहाणा पंथ दे आगो मैं ते पिछले दिनां च बेनती कीती दसो
ਪੰਥ ਦੇ ਆਗੂ ਅਮਰ ਦੇ ਛਕਣ ਦਾ ਡਰਾਮਾ ਵੀ ਕੀਤਾ, ਕਦੇ ਗਾਤਰੇ ਕਿਰਪਾਨ ਦੇਖੀ ਤੁਸੀਂ ਇਹਨਾਂ ਦੇ? ਦੱਸੋ ਮੈਨੂੰ, ਪੰਜ ਕਕਾਰੀ ਮਰਜ਼ਾਦਾ ਦਿੱਤੀ ਸਤਿਗੁਰ ਨੇ, ਇਹਨਾਂ ਲੀਡਰਾਂ ਦੇ ਕਦੇ ਦੇਖੀ ਤੁਸੀਂ ਗਾਤਰੇ ਕਿਰਪਾਨ? ਪੰਜ ਕਕਾਰ ਹੈਗੇ ਆ, ਕਦੇ ਦੇਖੋ ਕੇਸਾਂ ਚ ਹੈ ਕੰਘਾ, ਹੈ ਕਸ਼ਹਿਰਾ, ਹੈ ਕੜਾ ਕਿਰਪਾਨ? ਜੇ ਨਹੀਂ ਤੇ ਫਿਰ ਕਾਹਦੇ ਪੰਥ ਦੇ ਆਗੂ ਕਿਉਂ ਡਰਾਮਾ ਕੀਤਾ? ਦੇਖਿਆ ਹੀ ਆ ਤੁਸੀਂ ਪਿਛਲੇ ਦਿਨਾਂ ਚ ਹੋਲੀ ਖੇਡਦਿਆਂ ਗੁਰਮੁਖ ਪਿਆਰੇ ਨਾ ਸਿਰ ਤੇ ਦਸਤਾਰ, ਨਾ ਗਾਤਰੇ ਕਿਰਪਾਨ, ਤੇ ਪੰਥ ਦੀ ਪਾਰਟੀ ਦਾ ਪ੍ਰਧਾਨ ਦੱਸੋ? ਧਰਮ ਵੇਖਦੇ ਆ ਲਾਲਚ ਧਨ ਭਾਈ ਸੰਤ ਰਾਮ, ਗੁਰੂ ਕੇ ਸਿੱਖ ਨੇ ਧਰਮ ਨਹੀਂ ਗੁਰਮੁਖ ਪਿਆਰੇ ਵੇਚਿਆ, ਧਰਮ ਨਿਭਾਇਆ। ਦੁਨਿਆਵੀ ਬੰਦਾ ਹੁੰਦਾ ਲਾਲਚਾਂ ਚ ਆ ਜਾਂਦਾ, ਛੋਟੇ ਛੋਟੇ ਲਾਲਚਾਂ ਚ। ਗੁਰਮੁਖ ਪਿਆਰੇ, ਮਾੜਾ ਜਿਹਾ ਥਾਪੜਾ ਮਿਲ ਜੇ ਵੀ ਤੈਨੂੰ ਚੇਅਰਮੈਨੀ ਦਾਂਗੇ, ਬਸ ਲੀਡਰ ਦਾ ਜੋ ਕੁਛ ਮਾੜਾ ਚੰਗਾ ਸਭ ਭੁੱਲ ਜਾਂਦੇ ਤੇ ਬਸ ਥਾਪੜਾ ਲੈ ਕੇ ਤੁਰ, ਛੋਟੀ ਜੀ ਮੈਂਬਰੀ ਪਿੱਛੇ, ਸਰਪੰਚੀ ਪਿੱਛੇ, ਚੇਅਰਮੈਨੀ ਪਿੱਛੇ, ਧਰਮ ਵੇਖਦਾ। ਤਾਂ ਹੀ ਭਗਤਾਂ ਤੇ ਗੁਰੂ ਦੇ ਸਿੱਖਾਂ ਤੇ ਸੰਸਾਰੀਆਂ ਦਾ ਜੋੜ ਤਾਂ ਹੀ ਨਹੀਂ ਹੈ ਨਾ, ਬਾਣੀ ਦਾ ਬਚਨ ਹੈ ਭਗਤਾਂ ਤੇ ਸਹਸਾਰੀਆਂ, ਜੋੜ ਕਦੇ ਨਾ ਆਇਆ। ਜਿਹੜੇ ਭਗਤ ਆ, ਗੁਰਸਿੱਖ ਆ, ਸਾਧੂ ਸੰਤ ਰੱਬ ਦੇ ਪਿਆਰੇ, ਤਾਂ ਹੀ ਉਹਨਾਂ ਦਾ ਸੰਸਾਰੀਆਂ ਨਾਲ ਜੋੜ ਨਹੀਂ, ਸੰਸਾਰੀ ਬਿਰਤੀ ਤੇ ਲੋਭ ਲਾਲਚ ਦੀ ਆ। ਲੈ ਲਾ ਉਹਦਾ ਲਾਲਚ ਲੈ ਲਾ, ਪਰ ਭਗਤ ਕਹਿੰਦਾ ਨਹੀਂ, ਗੁਰੂ ਪਿਆਰਾ, ਧਰਮ ਪਿਆਰਾ, ਸਿੱਖੀ ਪਿਆਰੀ ਆ। ਤਾਂ ਹੀ ਸਤਿਗੁਰ ਦੀ ਬਾਣੀ ਭਾਈ ਸੰਤ ਰਾਮ, ਗੁਰੂ ਦਾ ਭਗਤ, ਗੁਰੂ ਦਾ ਸਿੱਖ, ਗੁਰੂ ਦਾ ਗੋਲਾ ਬਣਿਆ, ਗੁਰੂ ਦਾ ਕੂਕਰ, ਗੁਰੂ ਦਾ ਸੇਵਾਦਾਰ ਬਣਿਆ, ਗੁਰੂ ਕਾ ਸਿੱਖ। ਉਹਨੇ ਸਭ ਲੋਭ ਲਾਲਚ ਵਿਸਾਰ ਦਿੱਤੇ ਗੁਰਮੁਖ ਪਿਆਰੇ, ਤਾਂ ਹੀ ਬਾਣੀ ਕਹਿੰਦੀ ਆ, ਜੋੜ ਕਦੇ ਵੀ ਨਾ ਜਾਗੇ ਉੱਤੇ ਆਇਆ, ਭਗਤਾਂ ਤੇ ਸੰਸਾਰੀਆਂ ਕਦੇ ਵੀ ਨਾ ਜਾਗੇ ਉੱਤੇ ਆਇਆ, ਭਗਤਾਂ ਤੇ ਸੰਸਾਰੀਆਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਜੋੜ ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਜੋੜ ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਕਦੇ ਵੀ ਨਾ ਜਾਗੂ ਜਾਗੂ ਸੰਸਾਰੀਆਂ ਪਿਆਰੇ ਜੀ ਭਗਤਾਂ ਦੇ ਸੰਸਾਰੀਆਂ, ਫਿਰ ਪਿਆਰੇ ਭਗਤਾਂ ਦੇ ਸੰਸਾਰੀਆਂ, ਪਿਆਰੇ ਜੀ ਭਗਤਾਂ ਦੇ ਸੰਸਾਰੀਆਂ ਦਾ, ਫਿਰ ਪਿਆਰੇ ਭਗਤਾਂ ਦੇ ਸੰਸਾਰੀਆਂ ਦਾ, ਪਿਆਰੇ ਜੀ ਭਗਤਾਂ ਦੇ ਸੰਸਾਰੀਆਂ ਦਾ, ਫਿਰ ਪਿਆਰੇ ਭਗਤਾਂ ਦੇ ਸੰਸਾਰੀਆਂ ਦਾ, ਕਦੇ ਵੀ ਨਾ ਜਾਗੂ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਜੋੜ ਕਦੇ ਵੀ ਨਾ ਜਾਗੂ ਭਗਤਾਂ ਦੇ ਸੰਸਾਰੀਆਂ ਦਾ, ਭਗਤਾਂ ਦੇ ਸਹਸਾਰੀਆਂ ਜੋੜ ਕਦੇ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰ, ਲਾਲ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵੱਲੋ ਨਿੱਕੀ ਏਤ ਮਾਰਗ ਜਾਣਾ, ਇਸ ਰਾਹ ਤੋਂ ਲੰਘਦੇ ਰੱਬ ਦੇ ਪਿਆਰੇ ਭਗਤ ਗੁਰਸਿੱਖ।
ਬਾਣੀ ਪੜ ਰਿਹਾ ਸਿੱਖ ਤਲਵਾਰ ਦੀ ਉਡੀਕ ਆ ਬਾਣੀ ਵਿੱਚ ਹੀ ਰਚ ਗਿਆ ਜਪ ਜੀ ਪੜਦਾ ਕਰਮ ਖੰਡ ਪੜਦਾ ਸ਼ਰਮ ਖੰਡ ਪੜਦਾ ਧਰਮ ਖੰਡ ਪੜਦਾ ਗਿਆਨ ਖੰਡ ਪੜਦਾ ਉਹਨਾਂ ਖੰਡਾਂ ਚੋਂ ਗੁਜ਼ਰਦੀ ਜਾਂਦੀ ਫਿਰਦੀ ਤੇ ਸੱਚ ਖੰਡ ਪੜਦਾ ਸੱਚ ਖੰਡ ਵਸੈ ਨਿਰੰਕਾਰ ਐਸਾ ਰੰਗ ਜਿਹੜਿਆ ਗੁਰੂ ਦੇ ਸਿੱਖ ਇਹੋ ਜਿਹਾ ਰੰਗ ਚਾੜ ਲਈਏ ਕਿਤੇ ਸਤਿਗੁਰ ਨੂੰ ਸਮਰਪਿਤ ਹੋ ਕੇ ਕਰਕੇ ਅਰਦਾਸ ਸੱਚੇ ਪਾਤਸ਼ਾਹ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਸਾਨੂੰ ਆਪਣੇ ਦਰ ਦੇ ਗੋਲੇ ਬਣਾ ਕੇ ਰੱਖ ਮੇਲ ਲਹਿੋ ਦਇਆਲ ਢਹਿ ਪਏ ਦੁਆਰਿਆ ਰੱਖ ਲਿਓ ਬਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਚੜ ਦਿਓ ਰੰਗ ਨਾਮ ਦਾ ਬੰਦਗੀ ਦਾ ਭਗਤੀ ਦਾ ਦਰ ਘਰ ਦੀ ਸੇਵਾ ਜਿਵੇਂ ਭਾਈ ਸੰਤ ਰਾਮ ਨੂੰ ਰੰਗ ਚੜਿਆ ਸਿੱਖੀ ਦਾ ਪਿਆਰ ਦਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗ ਦਾਗਾ ਇਹੋ ਜਿਹਾ ਰੰਗ ਇਹਨਾਂ ਨੂੰ ਚੜਦਾ ਬਾਣੀ ਕਹਿੰਦੇ ਉਹ ਚੜ ਗਿਆ ਨਾਮ ਵਾਲਾ ਗੂੜਾ ਕਰਮ ਵਾਲੇ ਬੰਦਿਆਂ ਨੂੰ ਰੰਗ ਕਰਮ ਵਾਲੇ ਬੰਦਿਆਂ ਨੂੰ ਰੰਗ ਚੜ ਗਿਆ ਨਾਮ ਵਾਲਾ ਗੂੜਾ ਬੰਦਿਆਂ ਨੂੰ ਰੰਗ ਚੜ ਗਿਆ ਨਾਮ ਵਾਲਾ ਗੂੜਾ ਕਰਮ ਵਾਲੇ ਬੰਦਿਆਂ ਨੂੰ ਰੰਗ ਚੜ ਗਿਆ ਨਾਮ ਵਾਲਾ ਗੂੜਾ ਕਰਮ ਵਾਲੇ ਬੰਦਿਆਂ ਨੂੰ ਰੰਗ ਚੜ ਗਿਆ ਨਾਮ ਵਾਲਾ ਗੂੜਾ ਕਰਮ ਵਾਲੇ ਬੰਦਿਆਂ ਨੂੰ ਪਿਆਰ ਜੀ ਉਹ ਕਰਮ ਵਾਲੇ ਬੰਦਿਆਂ ਨੂੰ ਪਿਆਰ ਕਰਮ ਵਾਲੇ ਬੰਦਿਆਂ ਨੂੰ ਕਰਮ ਵਾਲੇ ਬੰਦਿਆਂ ਨੂੰ ਕਰਮ ਵਾਲੇ ਬੰਦਿਆਂ ਨੂੰ ਹਰ ਜੀ ਕਰਮ ਵਾਲੇ ਬੰਦਿਆਂ ਨੂੰ ਕਰ ਕਰਮ ਵਾਲੇ ਬੰਦਿਆਂ ਨੂੰ ਹਾਂ ਕਰਮ ਵਾਲੇ ਜੀ ਬੰਦਿਆਂ ਨੂੰ ਭਾਗਾਂ ਵਾਲੇ ਜੀ ਬੰਦਿਆਂ ਨੂੰ ਕਰਮ ਵਾਲੇ ਜੀ ਬੰਦਿਆਂ ਨੂੰ ਭਾਗਾਂ ਵਾਲੇ ਜੀ ਬੰਦਿਆਂ ਨੂੰ ਕਰਮ ਵਾਲੇ ਜੀ ਰੰਗ ਚੜ੍ਹਿਆਂ ਵਾਲਾ ਗੂੜਾ ਨਾਮ ਵਾਲਾ ਗੂੜਾ ਕਰਮ ਵਾਲੇ ਬੰਦਿਆਂ ਨੂੰ ਰੰਗ ਚੜ੍ਹਿਆਂ ਨਾਮ ਵਾਲਾ ਗੂੜਾ ਰੰਗ ਚੜ੍ਹਿਆਂ ਨਾਮ ਵਾਲਾ ਗੂੜਾ ਰੰਗ ਚੜ੍ਹਿਆਂ ਨਾਮ ਵਾਲਾ ਗੂੜਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ ਦੁਨਿਆਵੀ ਰੰਗਾਂ ਨੂੰ ਦਾਗ ਲੱਗ ਜਾਂਦੇ ਮੈਲੇ ਹੋ ਜਾਂਦੇ ਲੱਥ ਜਾਂਦੇ ਰੰਗ ਪਰ ਨਾਮ ਦਾ ਰੰਗ ਸਿੱਖੀ ਦਾ ਰੰਗ ਭਗਤੀ ਬੰਦਗੀ ਦਾ ਰੰਗ ਇਹ ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ ਰਹੋ ਵਿਚਾਰ ਮੈਂ ਸਮਾਪਤੀ ਵੱਲ ਵਧਾਂ ਗੁਰਮੁਖ ਪਿਆਰਿਓ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਗੁਰੂ ਕੇ ਸਿੱਖ ਨੇ ਸਿੱਖੀ ਕਮਾਈ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਿਆ ਸਲੋਕ ਪੜਿਆ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇ ਮੁਖ ਜਿਲੇ ਕੇਤੀ ਛੁੱਟੀ ਨਾਲ ਆਪਾਂ ਵੀ ਸਾਰੇ ਰਲ ਕੇ ਪੜ੍ਹ ਲਈਏ ਸਾਰੀ ਸੰਗਤ ਜਾਪਿਓ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇ ਮੁਖ ਜਿਲੇ ਕੇਤੀ ਛੁੱਟੀ ਨਾਲ ਜਦੋਂ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਿਆ ਸਤਿਗੁਰ ਨੂੰ ਹਾਜ਼ਰ ਨਾਜ਼ਰ ਜਾਣਦੇ ਸੀਸ ਝੁਕਾ ਕੇ ਜਦੋਂ ਤਾਂ ਚੱਕਿਆ ਨਾ ਤੇ ਜਲਾਦ ਦੀ ਤਲਵਾਰ ਚੱਲੀ ਸਿਰ ਵੱਖਰਾ ਤੇ ਧੜ ਵੱਖਰਾ ਹੋ ਗਿਆ ਗੱਜ ਕੇ ਆਖੋ ਸਤਨਾਮ।
ਢੜ ਰੋੜਦਾ ਨਦੀ ਚ ਤੇ ਸਿਰ ਰੱਖਿਆ ਥਾਲ ਚ ਸਜਾ ਕੇ ਉੱਤੇ ਲਿਆ ਢੱਕ ਕਸੌਰ ਦਾ ਸੂਬੇਦਾਰ ਇਨਾਮ ਲੈਣ ਲਈ ਵੀ ਤੁਹਾਡਾ ਜਿਹੜਾ ਭੱਜਿਆ ਸੀ ਅਸੀਂ ਲੱਭ ਕੇ ਲਿਆਂਦਾ ਤੇ ਤੁਹਾਡਾ ਹੁਕਮ ਵਜਾਇਆ ਜੇ ਨਿਕਾਹ ਮੰਨ ਜਾਵੇ ਤੇ ਜੇ ਆਉਂਦਾ ਨਾ ਮੰਨੇ ਤੇ ਸਿਰ ਵੱਢ ਕੇ ਲਿਆ ਆ ਗਿਆ ਦਰਬਾਰ ਵਿੱਚ ਜਹਾਂਗੀਰ ਦੇ ਦਰਬਾਰ ਚ ਸਹੀ ਪੇਸ਼ ਕੀਤਾ ਭਾਈ ਸੰਤ ਰਾਮ ਦਾ ਦਰਬਾਰ ਲੱਗਿਆ ਤੇ ਕਹਿੰਦਾ ਬਾਦਸ਼ਾਹ ਸਲਾਮਤ ਇਹ ਤੁਹਾਡਾ ਜਿਹੜਾ ਮੁਜ਼ਰਮ ਸੀ ਅਸੀਂ ਲੈ ਆਂਦਾ ਜਦੋਂ ਫੜਿਆ ਧਰਮਸ਼ਾਲਾ ਚ ਵੜਦਾ ਪੁੱਛਿਆ ਇਹਨੂੰ ਪਰ ਮੰਨਿਆ ਨਹੀਂ ਇਸ ਕਰਕੇ ਤੁਹਾਡਾ ਹੁਕਮ ਕਿ ਸਿਰ ਲੈ ਕੇ ਆਉਣਾ ਆ ਸਿਰ ਇਹਦਾ ਹਾਜ਼ਰ ਹੈ ਜਦੋਂ ਸਿਰ ਗੁਰਮੁਖ ਪਿਆਰਿਓ ਦਰਬਾਰ ਚ ਪੇਸ਼ ਕੀਤਾ ਹੁਣ ਬਾਦਸ਼ਾਹ ਦਾ ਪਰਿਵਾਰ ਵੀ ਬੇਗਮ ਬੈਠੀ ਹੈ ਬੇਟੀ ਬੈਠੀ ਹੈ ਉੱਠ ਕੇ ਖੜੇ ਹੋ ਗਏ ਸ਼ਰਧਾ ਸਤਿਕਾਰ ਵਜੋਂ ਸਿੱਖ ਦਾ ਸਿਦਕ ਵੇਖ ਕੇ ਉਹ ਧੰਨ ਸਿੱਖ ਹੈ ਧੰਨ ਗੁਰੂ ਦਾ ਸਿੱਖ ਹੈ ਜਿਹਨੇ ਸਿੱਖੀ ਨੂੰ ਕਮਾਇਆ ਸਿਦਕ ਕਮਾਇਆ ਲਾਲਚ ਚ ਨਹੀਂ ਆਇਆ ਬਾਦਸ਼ਾਹ ਦੀ ਬੇਟੀ ਅਗਾਂਹ ਵਧੀ ਮਨ ਚ ਖਿਆਲ ਆਇਆ ਮੇਰਾ ਪਾਪ ਏਡਾ ਵੱਡਾ ਗੁਨਾਹ ਏਡਾ ਵੱਡਾ ਕਿੱਥੇ ਬਖਸ਼ਿਆ ਜਾਊਗਾ ਮੇਰੀ ਗੱਲ ਕਰਕੇ ਸਿੱਖ ਨੂੰ ਜਾਨ ਤੋਂ ਹੱਥ ਧੋਣੇ ਪਏ ਮੇਰੇ ਕਰਕੇ ਇਹਦਾ ਇਹ ਹਸ਼ਰ ਹੋਇਆ ਮੇਰੇ ਫੁਰਨੇ ਕਰਕੇ ਮੈਂ ਫੁਰਨਾ ਕੀਤਾ ਸੀ ਕਿ ਨਿਕਾਹ ਕਰਨਾ ਤੇ ਸਿੱਖ ਦੇ ਨਾਲ ਏਡਾ ਜਪੀ ਤਪੀ ਏਡਾ ਸੋਹਣਾ ਸੁਨੱਖਾ ਦਗ ਦਗ ਕਰਦਾ ਭਜਨ ਪਾਠ ਨਾਲ ਇਹਦਾ ਚਿਹਰਾ ਤੇ ਮੇਰੇ ਫੁਰਨੇ ਨਾਲ ਇਹਨੂੰ ਜਾਣ ਤੋਂ ਹੱਥ ਧੋਣੇ ਪਏ ਅਗਾਂਹ ਵਧੀ ਕਿਵੇਂ ਬਖਸ਼ੀ ਜਾਵਾਂਗੀ ਅੱਲਾ ਖੁਦਾ ਬਖਸ਼ ਲਈ ਮੈਨੂੰ ਹੈਗਾ ਜਦੋਂ ਵਧੀ ਗੁਰਮੁਖ ਪਿਆਰੇ ਤੇ ਜਲਾਦ ਨੇ ਕਹਿੰਦੀ ਮੈਨੂੰ ਇੱਕ ਵਾਰੀ ਦਰਸ਼ਨ ਤੇ ਕਰਾਓ ਮੈਂ ਚਿਹਰਾ ਦੇਖਣਾ ਨੇਤਰਾਂ ਚ ਨੀਰ ਆ ਮਨ ਭਰਿਆ ਕੰਠ ਰੁਕਿਆ ਬਾਦਸ਼ਾਹ ਦੀ ਬੇਟੀ ਦਾ ਜਹਾਂਗੀਰ ਦੀ ਦਾ ਤੇ ਜਦੋਂ ਜਲਾਦ ਨੇ ਗੁਰਮੁਖ ਪਿਆਰੇ ਉਪਰੋਂ ਸਿਪਾਹੀ ਨੇ ਬਸਤਰ ਉਤਾਰੇ ਉਸੇ ਤਰ੍ਹਾਂ ਦਗ ਦਗ ਕਰਦਾ ਚਿਹਰਾ ਥਾਲ ਵਿੱਚ ਰੱਖਿਆ ਮਨ ਚ ਪਿਆਰ ਉਮੜਿਆ ਗਾ ਤੇ ਹੱਥ ਲਾ ਕੇ ਜਦੋਂ ਸੀਸ ਤੇ ਸਿਰ ਨੂੰ ਪਲੋਸਣ ਲੱਗੀ ਨਾ ਚਿਹਰੇ ਤੇ ਹੱਥ ਲਾਉਣ ਲੱਗੀ ਬਾਦਸ਼ਾਹ ਦੀ ਬੇਟੀ ਤੇ ਦਸਵੇਂ ਪਾਤਸ਼ਾਹ ਨੇ ਦਸਵੇਂ ਗ੍ਰੰਥ ਚਰਿਤਰਾਂ ਚ ਲਿਖਿਆ ਕਹਿੰਦੇ ਸਵਾ ਗਲਿਸ਼ਟ ਸਿਰ ਉੱਠਿਓ ਦੇਖੋ ਸਤਿਗੁਰ ਦਾ ਸਿੱਖ ਸਿੱਖੀ ਤੇ ਸਤਿਗੁਰ ਦੀਆਂ ਪ੍ਰਤੱਖ ਕਰਾਮਾਤਾਂ ਜਿਉਂਦੇ ਜੀ ਸਿੱਖ ਨੇ ਧਰਮ ਨਿਭਾਇਆ ਤੇ ਅੱਜ ਚੜ੍ਹਾਈ ਕਰ ਗਿਆ ਤੇ ਅੱਜ ਗੁਰੂ ਉਹਦਾ ਧਰਮ ਨਿਭਾ ਰਿਹਾ ਗੁਰੂ ਉਹਦੀ ਰਾਖੀ ਰੱਖਿਆ ਕਰ ਰਿਹਾ ਗੁਰੂ ਉਹਦਾ ਸਿਦਕ ਧਰਮ ਨਿਭਾ ਰਿਹਾ ਜਦੋਂ ਉਹਨੇ ਹੱਥ ਅਗਾਂਹ ਵਧਾਇਆ ਬਾਦਸ਼ਾਹ ਦੀ ਬੇਟੀ ਉਹਦੇ ਚਿਹਰੇ ਨੂੰ ਸੋਹਣ ਲੱਗੀ ਤੇ ਕਹਿੰਦੇ ਸਵਾ ਗਲਿਸ਼ਟ ਸਿਰ ਉੱਠਿਓ ਥਾਲ ਦੇ ਵਿੱਚੋਂ ਉਹਦਾ ਸਿਰ ਸਵਾ ਗਿੱਠ ਤਾਂ ਨੂੰ ਹੋ ਗਿਆ ਇਕਦਮ ਡਰ ਗਈ ਘਬਰਾ ਗਈ ਹੱਥ ਪਛਾਂ ਕਰ ਲਿਆ ਫਿਰ ਸਿਰ ਹੇਠਾਂ ਲੱਗ ਗਿਆ ਤੇ ਦਸਵੇਂ ਪਾਤਸ਼ਾਹ ਨੇ ਲਿਖਿਆ ਉਹ ਜਿਹਾ ਸਿੱਖ ਸਿੱਖ ਸਿਦਕ ਕਮਾਇਆ ਸਵਾ ਗਲਿਸ਼ਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ ਕਹਿੰਦੇ ਜਿਉਂਦਿਆਂ ਦਾ ਕੀ ਬਾਦਸ਼ਾਹ ਦੀ ਬੇਟੀ ਨੂੰ ਕਬੂਲਣਾ ਸੀ ਸਿਰ ਧੜ ਤੋਂ ਵੱਖਰਾ ਚੜ੍ਹਾਈ ਕੀਤੇ ਸਿੱਖ ਨੇ ਵੀ ਬਾਦਸ਼ਾਹ ਦੀ ਬੇਟੀ ਨੂੰ ਕਬੂਲਿਆ ਨਹੀਂ ਧਰਮ ਨਿਭਾਇਆ ਉਹਦੇ ਹੱਥ ਨੂੰ ਸੋਹਣ ਨਹੀਂ ਦਿੱਤਾ ਵੀ ਮੇਰੇ ਨਾਲ ਇਹ ਵਾਸ਼ਨਾ ਭਰਿਆ ਜੋ ਮਨ ਦੀਆਂ ਵਾਸ਼ਨਾ ਮਨ ਦੇ ਫੁਰਨੇ ਸਨ ਵਾਸ਼ਨਾ ਦਾ ਭਰਿਆ ਹੱਥ ਮੇਰੇ ਨਾਲ ਲੱਗ ਜਾਵੇ ਮੇਰਾ ਧਰਮ ਭ੍ਰਿਸ਼ਟ ਨਾ ਹੋ ਜਾਵੇ ਦੇਖੋ ਗੁਰੂ ਕਾ ਸਿੱਖ ਗੁਰਮੁਖ ਪਿਆਰੇ ਸਿਦਕ ਨਿਭਾਇਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਜੋ ਗੁਰੂ ਦਾ ਬਚਨ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਤੂੰ ਤੇ ਹੈ ਪ੍ਰਣ ਤੁਹੇ ਪ੍ਰਾਣ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਢਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣਾ ਜਈਓ ਗੁਰੂ ਦੇ ਬਚਨ ਉਹ ਸਿੱਖ ਨੇ ਧਰਮ ਨਿਭਾਇਆ ਸਿੱਖੀ ਛੱਡਣੀ ਪੈਣੀ ਸੀ ਉਹਦੇ ਨਾਲ ਨਿਕਾਹ ਕਰਨ ਲਈ ਸੂਬੇਦਾਰੀ ਛੱਡਤੀ ਨਿਕਾਹ ਛੱਡ ਦਿੱਤਾ ਪਰ ਸਿੱਖੀ ਸਿਦਕ ਧਰਮ ਨਿਭਾਇਆ ਇਹੋ ਜਿਹੇ ਗੁਰਸਿੱਖ ਤੇ ਅਸੀਂ ਵੀ ਗੁਰੂ ਦੇ ਸਿੱਖ ਬਣ ਜਾਈਏ ਗੁਰੂ ਦੇ ਗੋਲੇ ਬਣ ਜਾਈਏ ਤੇ ਸਤਿਗੁਰ ਫਿਰ ਆਪ ਰੱਖਿਆ ਕਰਦੇ ਭਾਈ ਜੋਗੇ ਦਾ ਧਰਮ ਨਿਭਾਇਆ ਜੋਗੇ ਨੇ ਵਿਵਾਹ ਵਿੱਚ ਛੱਡ ਕੇ ਗੁਰੂ ਦਾ ਬਚਨ ਮੰਨ ਕੇ ਆਇਆ ਤੇ ਸਤਿਗੁਰ ਨੇ ਰਿਸ਼ੀਆਂ ਦੀ ਅੱਗ ਚ ਨਹੀਂ ਛੱਡਣ ਦਿੱਤਾ ਪਹਿਰੇਦਾਰ ਬਣ ਕੇ ਖੜਾ ਹੋ ਗਿਆ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀ ਦਾਰ ਬਣ ਕੇ ਆਪ ਚੌਂਕੀਦਾਰ ਬਣ ਕੇ ਤੇ ਅੱਜ ਸਿੱਖ ਨੇ ਸਿਦਕ ਨਿਭਾਇਆ ਤੇ ਗੁਰਮੁਖ ਪਿਆਰੇ ਅੱਜ ਚੜ੍ਹਾਈ ਕੀਤੇ ਕਾਲ ਚਲਾਣਾ ਕੀਤੇ ਸ਼ਹੀਦ ਹੋਏ ਸਿੱਖ ਦਾ ਕਿਉਂਕਿ ਧਰਮ ਨਿਭਾਉਂਦਾ ਜਿਹੜਾ ਧਰਮ ਲਈ ਮਿਲਿਆ ਉਹ ਸ਼ਹੀਦ ਤੇ ਗੁਰਮੁਖ ਪਿਆਰੇ ਜਿਸ ਵੇਲੇ
बादशाह दी बेटी दा हाथ गां वध्या सवा गिठ सिर उपर उठ गया छोड़ नहीं दिता धर्म निभाया सिदक निभाया सतगुर ने उहदी सिक्खी दी लाज रखी गुरु अंग संग वरतदा आओ सतगुर नूं समर्पित हो जाइए तुम दादे ठाकुर पुत पालक नायक खसम हमारे निमख निमख तुम ही प्रत पालो हम बारक तुमरे धारे जिहवा एक कमण गुण कही है बेसुमार बेअंत स्वामी केड़े केड़े गुण कहिए परमात्मा सतगुर तेरे बेसुमार बेअंत स्वामी तेरो अंत न किन्ही लहिया रहाओ कोट पराध हमारे खंडो पराध शब्द आहे ऐड़ा नहीं वर्तना नाल अपराध नहीं करना यथे पराध शब्द जिमे सो कहो टल गुर सेविया टल भट दा ना आया कई पाठी वीर अटल कह दिंदे सो कहो अटल गुर सेविया ऐड़ा नहीं लाउणा टल भट दा ना आया ऐड़ा नहीं होतो इथे भी ऐड़ा नहीं कोट पराध हमारे खंडो है अपराध दा ही वाचक गुनाहां दा पापां दा ही वाचक पर ऐड़ा शब्द नहीं है कोट पराध हमारे खंडो हो अनक विधि समझावो हो सतगुरु सच्चे पातशाह साडे करोड़ां अपराध खंड दियो अनक तरीकियां नाल समझावो सानू समझाउंदे हो तुसीं खंड दियो अपराध हम अज्ञान असी अज्ञानी अल्प मत थोड़ी सन थोड़ी बुद्धि है अल्प बुद्धि है ज्ञान नहीं है तुम्हें अपना बिरद रखावो तुसीं अपना बिरद अपना सुभा धर्म ओदी प्रतिपालना कर दियो करो महाराज तुमरी शरण तुम्हारी आसा तुहाडी शरण विच आ तुहाडी आस ओडिया तुम ही सजन सहेले ते हुण कृपा करो राखो राखण हार दयाला नानक करके बोली अरदास आसां सारे करिए पढ़ो रंगता दी धारना प्यार विच सारे नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो तेरे चार दे बोले सतगुरु रख लो सतगुरु रख लो करके बोले सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले 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 हाँ नानक करके बोले 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 सतगुरु रख लो सतगुरु रख लो तेरे चार दे बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो नानक करके बोले सतगुरु रख लो सतगुरु रख लो तुमरी शरण तुम्हारी आसा तुम ही सजन सहेले रब रब हर दयाला नानक करके बोले आओ गुरमुख प्यारे इन्नी सेवा प्रवान करने अज दे दीवान दी हाजरी होइयां भुलां चुकां दी खिमा बख्शो गुरमत दे वचन जो सतगुरु ने करवा लिया आपां सारिआं ने हिरदे च वसाउणे आ
ਵਾਧਾ ਘਾਟਾ ਗੁਰਮਤ ਅਨੁਸਾਰ ਕੁਝ ਬੋਲਿਆ ਗਿਆ ਹੋਵੇ, ਖਿਮਾ ਬਖਸ਼ਿਸ਼ ਕਰਨੀ, ਕੱਲ ਸਮਾਪਤੀ ਦਾ ਦੀਵਾਨ ਬਾਕੀ ਹੈ, ਸਮੇਂ ਸਿਰ ਸੰਗਤਾਂ ਨੇ ਹਾਜ਼ਰੀ ਭਰਨੀ ਹੈ, ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਣਾ, ਗੁਰਦੁਆਰਾ ਸਾਹਿਬ ਦਾ ਕਿਹੜੇ ਗੁਰਦੁਆਰਾ ਸਾਹਿਬ ਹੋਣਾ ਇਹ ਸਮਾਪਤੀ ਤੋਂ ਬਾਅਦ ਗੁਰਮੁਖ ਅਨਾਊਂਸ ਕਰ ਦਿੰਦੇ ਆ। ਭਾਈ ਜਗਤਾਰ ਸਿੰਘ ਉਹਨਾਂ ਦੇ ਸਾਥੀਆਂ ਕੋਲੇ ਆਪਣੇ ਨਾਂ ਲਿਖਾਓ, ਗੁਰਮੁਖ ਪਿਆਰੇ ਜਿਹਨਾਂ ਅੰਮ੍ਰਿਤ ਛਕ ਗੁਰੂ ਵਾਲੇ ਬਣਨਾ, ਕੁਝ ਪ੍ਰਾਣੀਆਂ ਦੇ ਨਾਂ।